ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ, ਕੀ ਹਾਲ ਚਾਲ ਹੈ? ਆਸ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ ਆਪਣੇ ਪਰਿਵਾਰਾਂ ਦੇ ਨਾਲ। ਅੱਜ ਆਪਾਂ ਗੱਲ ਕਰੀਏ ਜੀ ਲਾਈਵ ਦੇ ਵਿੱਚ ਮਹਿਰਾਜ ਦੇ ਵਿੱਚ ਹੋਈ ਅੱਜ ਇੱਕ ਵੱਡੀ ਰੈਲੀ ਬਾਰੇ, ਤੇ ਦੂਸਰਾ ਦੀਪ ਸਿੱਧੂ ਬਾਰੇ ਵੀ ਆਪਾਂ ਗੱਲ ਕਰਾਂਗੇ। ਸੋ ਅੱਜ ਉਹ ਦਿਨ ਚੜ੍ਹਿਆ ਕਿ ਜਦੋਂ ਲੰਬੇ ਸਮੇਂ ਤੋਂ ਆਪਾਂ ਇਹ ਕਹਿ ਲਈਏ 26 ਜਨਵਰੀ ਤੋਂ ਬਾਅਦ ਹਾਲਾਤ ਜਿਹੋ ਜਿਹੇ ਬਣ ਗਏ ਸੀ, ਤਾਂ ਨੌਜਵਾਨੀ ਦੇ ਵਿੱਚ ਖਾਸ ਤੌਰ ਦੇ ਉੱਤੇ ਜਾਂ ਫਿਰ ਜਿਹੜੇ ਅਸਲ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਦੇ ਵਿੱਚ ਨਮੋਸ਼ੀ ਚੱਲ ਰਹੀ ਸੀ 26 ਜਨਵਰੀ ਤੋਂ ਬਾਅਦ, ਕਿਉਂਕਿ ਉਹ ਘਟਨਾਵਾਂ ਜਿਹੜੀਆਂ ਹੋਈਆਂ ਉਸ ਤੋਂ ਬਾਅਦ ਦੀਪ ਸਿੱਧੂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਲੱਖੇ ਸਿਧਾਣੇ ਦੇ ਵਾਰੰਟ ਨਿਕਲ ਜਾਂਦੇ ਨੇ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਿੱਚ ਆਪਸੀ ਜਿਹੜਾ ਹੈ ਇੱਕ ਤਰੇੜ ਕਹਿ ਲਈਏ ਪੈ ਗਈ, ਜਾਂ ਫਿਰ ਦੋਨਾਂ ਪਾਸਿਆਂ ਤੋਂ ਇਸ ਤਰ੍ਹਾਂ ਦਾ ਜਿਹੜਾ ਹੈ ਇੱਕ ਗੁੰਝਲ ਪੈਦਾ ਹੋ ਗਈ। ਤੇ ਅੱਜ ਬਹੁਤ ਦਿਨਾਂ ਬਾਅਦ 26 ਜਨਵਰੀ ਤੋਂ ਬਾਅਦ ਅੱਜ ਦਾ ਦਿਨ ਜਿਹੜਾ ਹੈ, ਦੁਬਾਰਾ ਆਪਾਂ ਕਹੀਏ ਵੀ ਇੱਕ ਮਹੀਨਾ ਹੋਣ ਵਾਲਾ ਸੀ ਜਦੋਂ ਰੈਲੀ ਅਨਾਊਂਸ ਕਰ ਦਿੱਤੀ ਗਈ ਮਹਿਰਾਜ ਦੇ ਵਿੱਚ ਨੌਜਵਾਨਾਂ ਵੱਲੋਂ। ਲੱਖੇ ਸਿਧਾਣੇ ਦੀ ਐਂਟਰੀ ਹੁੰਦੀ ਹੈ ਉਸ ਰੈਲੀ ਦੇ ਵਿੱਚ, ਇੱਕ ਪਾਸੇ ਇਨਾਮ ਰੱਖਿਆ ਹੋਇਆ ਲੱਖੇ ਸਿਧਾਣੇ ਦੇ ਉੱਤੇ 1 ਲੱਖ ਰੁਪਈਆ ਜਿਵੇਂ ਦੀਪ ਸਿੱਧੂ ਦੇ ਉੱਤੇ ਰੱਖਿਆ ਸੀ, ਤੇ ਉਸ ਦੇ ਬਾਵਜੂਦ ਵੀ ਪੁਲਿਸ ਲੱਭ ਰਹੀ ਹੈ ਲੱਖੇ ਸਿਧਾਣੇ ਨੂੰ, ਪਰ ਲੱਖਾ ਸਿਧਾਣਾ ਅੱਜ ਮਹਿਰਾਜ ਦੀ ਰੈਲੀ ਦੇ ਵਿੱਚ ਪਹੁੰਚਿਆ। ਤੇ ਉਹ ਉਸ ਦਿਨ ਦੇ ਜਿਹੜੇ ਨਮੋਸ਼ੀ ਦੇ ਵਿੱਚ ਗਏ ਹੋਏ ਸੀ ਪੰਜਾਬ ਵਾਸੀ, ਪੰਜਾਬ ਨੂੰ ਪਿਆਰ ਕਰਨ ਵਾਲੇ, ਜਿਹੜੇ ਦਿਲੋਂ ਚਾਹੁੰਦੇ ਸੀ ਕਿ ਇਹ ਸੰਘਰਸ਼ ਜਿਹੜਾ ਹੈ ਕਿਸੇ ਪਾਸੇ ਲੱਗੇ, ਸੋ ਉਹਨਾਂ ਲੋਕਾਂ ਦੇ ਵਿੱਚ ਅੱਜ ਖੁਸ਼ੀ ਦੀ ਲਹਿਰ ਦੌੜ ਗਈ ਜਿਸ ਵੇਲੇ ਇਹ ਰੈਲੀ ਦੇ ਵਿੱਚ ਵੱਡਾ ਇਕੱਠ ਹੋਇਆ। ਇਹ ਰੈਲੀ ਬਹੁਤ ਜ਼ਰੂਰੀ ਵੀ ਸੀ, ਰੈਲੀ ਬਹੁਤ ਜ਼ਰੂਰੀ ਸੀ ਜੋ ਕਿ ਅੱਜ ਹੋ ਨਿਬੜੀ ਹੈ। ਲੱਖਾ ਸਿਧਾਣਾ ਉੱਥੇ ਪਹੁੰਚਦਾ, ਪਹਿਲਾਂ ਲੱਖੇ ਨੇ ਕਿਹਾ ਸੀ ਕਿ ਸ਼ਾਇਦ ਉਹ ਵੀਡੀਓ ਕਾਨਫਰੰਸ ਰਾਹੀਂ ਆਪਣੀ ਜਿਹੜੀ ਸਪੀਚ ਹੈ ਉੱਥੇ ਆਏ ਹੋਏ ਲੋਕਾਂ ਦੇ ਅੱਗੇ ਦੇਵੇਗਾ, ਪਰ ਇਹ ਚੀਜ਼ਾਂ ਬਹੁਤ ਸੀਕ੍ਰੇਟ ਹੁੰਦੀਆਂ। ਮੈਂ ਪਹਿਲੀਆਂ ਵੀਡੀਓਜ਼ ਦੇ ਵਿੱਚ ਵੀ ਇਹ ਗੱਲਾਂ ਕਹੀਆਂ ਕਿ ਲੱਖਾ ਬਹੁਤ ਇੱਕ ਰੋਸ਼ਨ ਦਿਮਾਗ ਇਨਸਾਨ ਹੈਗਾ, ਬਹੁਤ ਚੰਗੇ ਤਰੀਕੇ ਦੇ ਨਾਲ ਉਹ ਪੰਜਾਬ ਨੂੰ ਸਮਝਦਾ, ਪੰਜਾਬ ਦੇ ਵਰਤਾਂਤ ਨੂੰ ਸਮਝਦਾ, ਪੰਜਾਬ ਪੁਲਿਸ ਕਿਵੇਂ ਕੰਮ ਕਰਦੀ ਹੈ, ਦਿੱਲੀ ਪੁਲਿਸ ਕਿਵੇਂ ਕੰਮ ਕਰਦੀ ਹੈ, ਸਰਕਾਰਾਂ ਕਿਵੇਂ ਕੰਮ ਕਰਦੀਆਂ ਨੇ, ਲੱਖਾ ਸਿਧਾਣਾ ਬਹੁਤ ਚੰਗੀ ਤਰ੍ਹਾਂ ਜਾਣਦਾ। ਸੋ ਇਸ ਤਰੀਕੇ ਦੇ ਨਾਲ ਅੱਜ ਪਹਿਲਾਂ ਉਸ ਵੱਲੋਂ ਕਿਹਾ ਗਿਆ ਸੀ ਕਿ ਵੀਡੀਓ ਕਾਨਫਰੰਸ ਰਾਹੀਂ ਮੈਂ ਜਿਹੜੇ ਉੱਥੇ ਆਏ ਹੋਏ ਲੋਕ ਨੇ ਮਹਿਰਾਜ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰਾਂਗਾ, ਪਰ ਅਚਾਨਕ ਉਸ ਦੀ ਐਂਟਰੀ ਹੁੰਦੀ ਹੈ ਬਿਨਾਂ ਕਿਸੇ ਨੂੰ ਦੱਸਿਆ ਹੋਇਆ, ਕਿਉਂਕਿ ਜੇਕਰ ਇਹ ਗੱਲ ਪਹਿਲਾਂ ਨਿਕਲ ਜਾਂਦੀ, ਸੂਹ ਨਿਕਲ ਜਾਂਦੀ ਕਿ ਲੱਖਾ ਸਿਧਾਣਾ ਇਸ ਰੈਲੀ ਵਿੱਚ ਪਹੁੰਚਣਾ, ਤਾਂ ਪੁਲਿਸ ਨੇ ਜਿਹੜਾ ਹੈ ਆਪਣੇ ਸ਼ਿਕੰਜਾ ਕੱਸ ਦੇਣਾ ਸੀਗਾ ਆਲੇ ਦੁਆਲੇ ਸਾਰੀ, ਉਹਨਾਂ ਨੇ ਇੰਟੈਲੀਜੈਂਸ ਆਪਣੀ ਛੱਡ ਦੇਣੀ ਸੀ, ਸਾਰੇ ਰਸਤੇ ਕਵਰ ਕਰ ਲਏ ਜਾਣੇ ਸੀ ਕਿ ਆਖਰ ਕਿੱਥੋਂ ਲੱਖਾ ਪਹੁੰਚੇਗਾ। ਸੋ ਬਿਨਾਂ ਕਿਸੇ ਨੂੰ ਦੱਸਿਆ, ਬਿਨਾਂ ਕਿਸੇ ਦੇ ਤੱਕ ਸੂਹ ਪਹੁੰਚਾਇਆ, ਲੱਖਾ ਸਿਧਾਣਾ ਅਚਾਨਕ ਇਸ ਰੈਲੀ ਦੇ ਵਿੱਚ ਪਹੁੰਚਿਆ, ਸਟੇਜ ਦੇ ਉੱਤੇ ਆ ਗਿਆ। ਸਟੇਜ ਦੇ ਉੱਤੇ ਆਉਣ ਤੋਂ ਬਾਅਦ ਜਿਹੜਾ ਇੱਕ ਜੋਸ਼ ਹੈ ਉੱਥੇ ਆਏ ਹੋਏ ਲੋਕਾਂ ਦੇ ਵਿੱਚ ਦੁੱਗਣਾ ਚੁਗਣਾ ਹੋ ਗਿਆ। ਐਵੇਂ ਲੱਗਿਆ ਲੋਕਾਂ ਨੂੰ, ਦੁਨੀਆ ਭਰ ਦੇ ਵਿੱਚ ਬੈਠੇ ਹੋਏ ਲੋਕਾਂ ਨੂੰ ਇਸ ਤਰ੍ਹਾਂ ਲੱਗਿਆ ਵੀ ਅੱਜ ਜਿਵੇਂ ਕਿਸਾਨੀ ਮੋਰਚਾ ਜਿਹੜਾ ਹੈ ਨਮੋਸ਼ੀ ਦੇ ਵਿੱਚ ਗਿਆ ਹੋਇਆ ਸੀ ਤੇ ਅੱਜ ਦੁਬਾਰਾ ਸੁਰਜੀਤ ਹੋ ਗਿਆ। ਸੋ ਇਹ ਕਾਮਯਾਬੀ ਜਿਹੜੀ ਹੈ ਨੌਜਵਾਨਾਂ ਦੇ ਸਿਹਰੇ ਜਾਂਦੀ ਹੈ। ਨੌਜਵਾਨ ਅੱਜ ਇੱਕ ਬਹੁਤ ਵਧੀਆ ਮੈਸੇਜ ਜਿਹੜਾ ਉਹਨਾਂ ਵੱਲੋਂ ਦੇ ਦਿੱਤਾ ਗਿਆ ਕਿ ਨੌਜਵਾਨ ਜਿਹੜੇ ਨੇ ਜਦੋਂ ਚਾਹੁਣ ਤਾਂ ਇਹ ਸਾਰਾ ਕੁਝ ਕਰ ਸਕਦੇ ਨੇ। ਇਹ ਉਹਨਾਂ ਲੋਕਾਂ ਨੂੰ ਵੀ ਵੰਗਾਰ ਤੁਸੀਂ ਪਾ ਕੇ ਅੱਜ ਦੱਸ ਦਿੱਤੀ ਹੈ ਵੀ ਜਿਹੜੇ ਕਹਿੰਦੇ ਵੀ ਨੌਜਵਾਨੀ ਹੁੱਲੜਬਾਜ਼ ਹੈ, ਡੈਕ ਲਾ ਕੇ ਕਦੀ ਇਧਰ ਭੱਜ ਜਾਂਦੇ ਆ ਕਦੀ ਇਧਰ ਭੱਜ ਜਾਂਦੇ, ਇਹਨਾਂ ਦਾ ਕੋਈ ਵੀ ਲੈਣ ਦੇਣ ਨਹੀਂ ਹੈਗਾ। ਅੱਜ ਨੌਜਵਾਨਾਂ ਨੇ ਇਹ ਵੀ ਗੱਲ ਦੱਸ ਦਿੱਤੀ ਹੈ ਕਿ ਜੇਕਰ ਅਸੀਂ ਚਾਹੀਏ ਤਾਂ ਤਖਤੇ ਪਲਟ ਸਕਦੇ ਹਾਂ। ਮਤਲਬ ਕਹਿਣ ਦਾ, ਇਹ ਨਮੋਸ਼ੀ ਜਿਹੜੀ ਦਿੱਲੀ ਦੇ ਵਿੱਚ ਭਰ ਦਿੱਤੀ ਗਈ ਸੀ 26 ਜਨਵਰੀ ਤੋਂ ਬਾਅਦ ਇਸ ਤਰ੍ਹਾਂ ਕਰ ਦਿੱਤਾ ਗਿਆ ਸੀ ਕਿ ਸਾਨੂੰ ਤਾਂ ਨੌਜਵਾਨ ਚਾਹੀਦੇ ਹੀ ਨਹੀਂ। ਅੱਜ ਵੀ ਜੇ ਕਹੀਏ ਤਾਂ ਕਿਸਾਨ ਆਗੂ ਕੁਝ ਐਸੇ ਨੇ ਜਿਹੜੇ ਆਪਣੇ ਬੇਤੁਕੇ ਬਿਆਨਾਂ ਤੋਂ ਬਾਜ਼ ਨਹੀਂ ਆ ਰਹੇ। ਅੱਜ ਵੀ ਉਗਰਾਹਾਂ ਵਰਗਿਆਂ ਨੇ ਦੁਬਾਰਾ ਇਹ ਗੱਲ ਰਿਪੀਟ ਕਰ ਦਿੱਤੀ ਹੈ, ਕਹਿੰਦਾ ਅਸੀਂ ਲੱਖੇ ਸਿਧਾਣੇ ਦਾ ਠੇਕਾ ਨਹੀਂ ਲਿਆ, ਦੀਪ ਸਿੱਧੂ ਦਾ ਅਸੀਂ ਠੇਕਾ ਨਹੀਂ ਲਿਆ ਹੋਇਆ, ਸਾਡਾ ਜਿੱਥੇ ਚਿੱਤ ਕਰੇਗਾ ਅਸੀਂ ਜਾਵਾਂਗੇ। ਇਹ ਲੋਕ ਹੰਕਾਰ ਚੁੱਕੇ ਨੇ ਜਿਹੜੇ ਇਹੋ ਜਿਹੇ ਬਿਆਨ ਦਿੰਦੇ ਆ। ਇਹਨਾਂ ਨੂੰ ਜਿੱਥੋਂ ਤੱਕ ਤੁਸੀਂ ਪਹੁੰਚਾ ਦਿੱਤਾ ਇਹਦੇ ਉਹ ਕਾਬਲ ਨਹੀਂ ਸੀ। ਇਹ ਪੰਜਾਬ ਦੇ ਬਾਹਰ, ਮਾਫ ਕਰਨਾ, ਪਿੰਡਾਂ ਦੇ ਬਾਹਰ ਜਿੱਥੇ ਸੱਥਾਂ ਹੁੰਦੀਆਂ ਜਾਂ ਫਿਰ ਉਸ ਤੋਂ ਬਾਅਦ ਆਪਾਂ ਇਹ ਕਹਿ ਲਈਏ ਵੀ ਪੰਚਾਇਤ ਘਰ ਹੁੰਦਾ ਜਾਂ ਫਿਰ ਵੱਧ ਤੋਂ ਵੱਧ ਇਹਨਾਂ ਦੀ ਮਾਰ ਸੀ ਟੋਲ ਪਲਾਜ਼ੇ, ਇਹ ਉਥੋਂ ਤੱਕ ਬਹਿਣ ਵਾਲੇ ਲੋਕ ਸੀ ਜਿਨ੍ਹਾਂ ਨੂੰ ਤੁਸੀਂ ਦਿੱਲੀ ਭੇਜ ਦਿੱਤਾ। ਦਿੱਲੀ ਦੇ ਵਿੱਚ ਜਾਣਾ ਯਾਨੀ ਕਿ ਸੈਂਟਰ ਸਰਕਾਰ ਦੇ ਨਾਲ ਮੱਥਾ ਲਾਉਣਾ, ਇਹਨੇ ਇਹ ਕਾਬਲ ਲੋਕ ਨਹੀਂ ਸੀ ਜਿਨ੍ਹਾਂ ਨੂੰ ਤੁਸੀਂ ਉੱਥੇ ਤੱਕ ਭੇਜ ਦਿੱਤਾ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਵਿੱਚੋਂ ਚੰਗੇ ਲੀਡਰ ਵੀ ਹੈਗੇ ਆ, ਪਰ ਅੱਜ ਇਹ ਹੰਕਾਰ ਚੁੱਕੇ ਨੇ। ਇਹ ਲੋਕ ਇੱਥੋਂ ਤੱਕ ਹੰਕਾਰ ਚੁੱਕੇ ਨੇ ਕਿ ਬੰਦੇ ਨੂੰ ਬੰਦਾ ਨਹੀਂ ਸਮਝਦੇ, ਤੇ ਇਹਨਾਂ ਨੂੰ ਆਪਣੇ ਤੋਂ ਜ਼ਿਆਦਾ ਕੱਦਵਾਰ ਲੀਡਰ ਜਿਹੜਾ ਹੈ ਉਹਨੂੰ ਵੀ ਦੇਖਣਾ ਪਸੰਦ ਨਹੀਂ ਕਰਦੇ। ਹੁਣ ਇੱਕ ਪਾਸੇ ਇਹਨਾਂ ਲੀਡਰਾਂ ਦੇ ਬਿਆਨਾਂ ਨੂੰ ਲੈ ਲਈਏ, ਇਹਨਾਂ ਦੀਆਂ ਸਪੀਚਸ ਨੂੰ ਲੈ ਲਈਏ, ਦੂਸਰੇ ਪਾਸੇ ਲੱਖੇ ਸਿਧਾਣੇ ਦੀ ਗੱਲ ਕਰ ਲਈਏ,
ਤਾਂ ਇੱਕ ਪੱਲੜਾ ਭਾਰੀ ਪੈ ਜਾਂਦਾ ਉਹ ਲੱਖੇ ਸਿਧਾਣੇ ਦਾ, ਦੂਸਰਾ ਦੀਪ ਸਿੱਧੂ ਦਾ। ਮਤਲਬ ਕਿ ਇਹਨਾਂ ਦੀ ਫੈਨ ਫਾਲੋਇੰਗ ਲੋਕਾਂ ਦੇ ਵਿੱਚ ਇਹਨਾਂ ਦਾ ਪਿਆਰ ਜਿਹੜਾ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਆ, ਇਹ ਗੱਲ ਮੰਨਣੀ ਪਊਗੀ ਆਪਾਂ ਨੂੰ ਅੱਜ। ਤੇ ਇਹਦਾ ਸਬੂਤ ਸੀ ਜਿਹੜੀ ਅੱਜ ਰੈਲੀ ਕੀਤੀ ਗਈ, ਲੱਖੇ ਸਿਧਾਣੇ ਨੇ ਜਾਂ ਫਿਰ ਉਹਦੇ ਸਾਥੀਆਂ ਵੱਲੋਂ ਇਹ ਜਿਹੜੀ ਆਪਾਂ ਕਹਿ ਲਈਏ ਕਿ ਇਹਨੂੰ ਅੱਜ ਦੀ ਰੈਲੀ ਨੂੰ ਆਰਗੇਨਾਈਜ਼ ਕੀਤਾ ਗਿਆ, ਇੱਕ ਸਾਈਨ ਸੀਗਾ, ਇੱਕ ਸਾਈਨ ਦਿੱਤਾ ਗਿਆ, ਇਹ ਉਹਨਾਂ ਲੋਕਾਂ ਨੂੰ ਸਾਈਨ ਦਿੱਤਾ ਗਿਆ, ਇੱਕ ਮੈਸੇਜ ਦਿੱਤਾ ਗਿਆ ਭਾਈ ਵੀ ਜੇਕਰ ਅਸੀਂ ਚਾਹੀਏ ਤਾਂ ਕੀ ਕਰ ਸਕਦੇ ਹਾਂ, ਜੇਕਰ ਅਸੀਂ ਚਾਹੀਏ ਤਾਂ ਤੁਹਾਨੂੰ ਦਿੱਲੀ ਤੋਂ ਵਾਪਸ ਮੰਗਾ ਕੇ ਤੇ ਆਪ ਉੱਥੇ ਜਾ ਕੇ ਫਿਰ ਤੋਂ ਬੈਠ ਸਕਦੇ ਹਾਂ, ਆਪਾਂ ਉੱਥੇ ਫਿਰ ਜਾ ਕੇ ਬੈਠ ਸਕਦੇ ਹਾਂ। ਦੋਸਤੋ ਸ਼ੇਅਰ ਕਰ ਦਿਓ ਆਪਣੀ ਵੀਡੀਓ ਚੱਲਦੀ ਚੱਲਦੀ, ਜਿੰਨੇ ਵੀ ਸਾਡੇ ਨਾਲ ਸਾਡੇ ਦੋਸਤ ਮਿੱਤਰ ਜੁੜੇ ਨੇ ਬਹੁਤ ਮੈਂ ਧੰਨਵਾਦ ਕਰਦਾ ਤੁਹਾਡਾ, ਤੁਸੀਂ ਨਾਲ ਜੁੜਦੇ ਹੋ, ਇਹਨੂੰ ਸ਼ੇਅਰ ਕਰੋ ਤਾਂ ਕਿ ਸਾਡੀ ਗੱਲਬਾਤ ਜਿਹੜੀ ਹੈ ਉਹ ਦੂਰ ਤੱਕ ਜਾ ਸਕੇ। ਸੋ ਅੱਜ ਮੈਂ ਦੁਬਾਰਾ ਇੱਕ ਵਾਰ ਇਹੀ ਗੱਲ ਰਿਪੀਟ ਕਰਦਾ ਕਿ ਅੱਜ ਦੀ ਮਹਿਰਾਜ ਦੇ ਵਿੱਚ ਹੋਈ ਰੈਲੀ ਨੇ ਇੱਕ ਵਾਰ ਹੌਸਲਾ ਭਰ ਦਿੱਤਾ, ਇੱਕ ਪੈਂਚਰ ਹੋਈ ਕਾਰ ਜਿਵੇਂ ਹੋਏ ਉਹਦੇ ਟਾਇਰਾਂ ਦੇ ਵਿੱਚ ਹਵਾ ਭਰਨ ਵਾਲਾ ਕੰਮ ਕੀਤਾ ਗਿਆ ਤੇ ਦੁਬਾਰਾ ਇਹ ਮੋਰਚਾ ਸੁਰਜੀਤ ਹੋ ਗਿਆ। ਤੇ ਹੁਣ ਆਪਾਂ ਨੂੰ ਇਸ ਮੋਰਚੇ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕਰਨੀ ਚਾਹੀਦੀ ਹੈ ਕਿ ਮੋਰਚਾ ਹੁਣ ਬੁਲੰਦੀਆਂ ਨੂੰ ਜਾਵੇ। ਹੁਣ ਲੱਖੇ ਸਿਧਾਣੇ ਦੀ ਅੱਜ ਦੀ ਸਪੀਚ ਵੀ ਜੇਕਰ ਆਪਾਂ ਦੇਖੀਏ ਤੇ ਉਹਦੇ ਵਿੱਚ ਕਿੱਡੀ ਵੱਡੀ ਸਿਆਣਪ ਸੀ। ਅੱਜ ਦੀ ਸਪੀਚ ਦੇਖੀ, ਇੱਕ ਪਾਸੇ ਬਜ਼ੁਰਗ ਨੇਤਾ ਕਹਿ ਰਿਹਾ, ਇੱਕ ਪਾਸੇ ਬਲਵੀਰ ਸਿੰਘ ਰਾਜੇਵਾਲ ਉਗਰਾਹਾਂ ਵਰਗੇ ਬਜ਼ੁਰਗ ਨੇਤਾ ਕਹਿ ਰਹੇ ਆ ਕਿ ਅਸੀਂ ਕੋਈ ਠੇਕਾ ਨਹੀਂ ਲਿਆ ਹੋਇਆ, ਦੂਸਰਾ ਕਹਿੰਦਾ ਵੀ ਲੱਖੇ ਸਿਧਾਣੇ ਦੇ ਬਾਰੇ ਕੀ ਕਰਨਾ, ਦੀਪ ਸਿੱਧੂ ਦਾ ਕੀ ਕਰਨਾ, ਇਹ ਸਰਕਾਰ ਦੇਖੇ। ਤੇ ਇੱਕ ਜਵਾਨ ਜਿਹਨੂੰ ਕਹਿੰਦੇ ਸੀ ਵੀ ਜਵਾਨਾਂ ਨੂੰ ਨੌਜਵਾਨਾਂ ਨੂੰ ਹੋਸ਼ ਨਹੀਂ ਹੁੰਦੀ, ਇਹਨਾਂ ਨੂੰ ਪਤਾ ਨਹੀਂ ਹੁੰਦਾ ਗੱਲਬਾਤ ਕਰਨ ਦਾ, ਇਹ ਸਿਰਫ ਹਿੰਸਾ ਫੈਲਾਉਣਾ ਜਾਣਦੇ ਨੇ, ਅੱਜ ਇੱਕ ਨੌਜਵਾਨ ਲੀਡਰ ਕੀ ਕਹਿ ਰਿਹਾ, ਕਹਿੰਦਾ ਰਾਜੇਵਾਲ ਸਾਹਿਬ ਜੇਕਰ ਤੁਸੀਂ ਚਾਹੁੰਦੇ ਹੋ, ਤੁਸੀਂ ਇਹ ਕਹਿੰਦੇ ਹੋ ਕਿ ਇਹਨਾਂ ਦਾ ਸਰਕਾਰ ਦੇਖੇ ਜਾਂ ਕੋਈ ਵੀ ਦੇਖੇ, ਸਾਨੂੰ ਨਹੀਂ ਪਤਾ ਇਹਦੇ ਬਾਰੇ, ਕਹਿੰਦਾ ਤੁਹਾਡੇ ਬੰਦਿਆਂ ਨੂੰ ਰਾਜੇਵਾਲ ਸਾਹਿਬ ਜੇਕਰ ਫੜਨ ਆ ਗਿਆ ਤੇ ਅਸੀਂ ਛਡਾਵਾਂਗੇ, ਅਸੀਂ ਤੁਹਾਡੇ ਬੰਦਿਆਂ ਦੇ ਨਾਲ ਖੜਾਂਗੇ। ਸੋ ਇਹ ਹੁੰਦੀ ਹੈ ਇੱਕ ਸੂਝਵਾਨ ਲੀਡਰ ਦੀ ਗੱਲ, ਤੇ ਜੇਕਰ ਇਹੀ ਸੂਝਵਾਨਤਾ ਦੇ ਨਾਲ ਆਪਾਂ ਯੂਨਿਟੀ ਰੱਖ ਕੇ ਦਿੱਲੀ ਨੂੰ ਦਿਖਾਉਂਦੇ ਤਾਂ ਤੁਹਾਡੇ ਬਿੱਲ 26 ਜਨਵਰੀ ਤੱਕ ਕੀ ਉਸ ਤੋਂ ਪਹਿਲਾਂ ਮਾਫ਼ ਹੋ ਜਾਂਦੇ, ਪਰ ਤੁਸੀਂ ਬਿਲਕੁਲ ਵੀ ਉਹਨਾਂ ਦੇ ਨਾਲ ਸੋਚਿਆ ਨਹੀਂ। ਬਾਰ ਬਾਰ ਇਹ ਗੱਲਾਂ ਜਿਹੜੀਆਂ ਹੈ ਉਹ ਸਟੇਜਾਂ ਤੋਂ ਹੁਣ ਹੋਣ ਲੱਗ ਪਈਆਂ, ਇਹ ਗੱਲਾਂ ਨੋਟ ਕਰਿਆ ਕਰੋ, ਇਹ ਗੱਲਾਂ ਹੋਣ ਲੱਗ ਪਈਆਂ ਹੁਣ ਕਿ ਇਹ ਮੋਰਚਾ ਜਿਹੜਾ ਲੰਬਾ ਚੱਲਣਾ, ਬਹੁਤ ਲੰਬਾ ਚੱਲਣਾ, ਮਤਲਬ ਕਿ ਤੁਹਾਨੂੰ ਮੋਰਚੇ ਦੇ ਵਿੱਚ ਉਲਝਾ ਕੇ ਤੁਹਾਡੀ ਐਨਰਜੀ ਵੇਸਟ ਕਰਕੇ ਹੌਲੀ 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 ਦੋ ਦੋ ਚਾਰ ਚਾਰ ਕਰਦਿਆਂ ਹੋਇਆਂ ਪਿੰਡਾਂ ਨੂੰ ਵਾਪਸ ਮੋੜ ਦਿੱਤਾ ਜਾਣਾ। ਸੋ ਉਹਦੇ ਵਿੱਚੋਂ ਕੱਖ ਨਹੀਂ ਨਿਕਲਣਾ, ਫਿਰ ਇਹ ਮੋਰਚਾ ਠੰਡਾ ਪਾਉਣ ਵਾਸਤੇ ਜਿਹੜਾ ਹੈ ਲੰਬਾ ਖਿੱਚਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਮਤਲਬ ਕਹਿਣ ਦਾ ਅੱਜ ਜੇਕਰ ਆਪਾਂ ਦੇਖ ਲਈਏ, ਹੁਣ ਤਾਂ ਆਪਾਂ ਇਹ ਵੀ ਕਹਿ ਸਕਦੇ ਨਾ ਵੀ ਲੱਖਾ ਸਿਧਾਣਾ ਦੀਪ ਸਿੱਧੂ ਜਿਹੜੇ ਨੇ ਮੋਰਚੇ ਤੋਂ ਪਰੇ ਹੋ ਚੁੱਕੇ ਆ, ਇਹ ਆਪਾਂ ਮੰਨਦੇ ਹਾਂ ਸਾਰੇ ਜਾਣੇ, ਕਰ ਵੀ ਦਿੱਤੇ ਗਏ ਨੇ ਜੇਕਰ ਆਪਾਂ ਉਹਨਾਂ ਦੇ ਹਿਸਾਬ ਦੇ ਨਾਲ ਦੇਖੀਏ, ਮੋਰਚੇ ਚੋਂ ਵੱਖਰੇ ਕਰ ਦਿੱਤੇ ਗਏ ਆ। ਤੇ ਤੋਮਰ ਸਾਹਿਬ ਦਾ ਬਿਆਨ ਕੀ ਆਉਂਦਾ, ਆ ਲੇਟੈਸਟ ਬਿਆਨ ਹੈ ਉਹਨਾਂ ਦਾ, ਕਹਿੰਦਾ ਭੀੜਾਂ ਇਕੱਠੀਆਂ ਕਰਨ ਦੇ ਨਾਲ ਕਾਨੂੰਨ ਰੱਦ ਨਹੀਂ ਹੋਣੇ, ਦੁਬਾਰਾ ਗੱਲ ਉਹਨਾਂ ਨੇ ਰਿਪੀਟ ਕਰ ਦਿੱਤੀ ਹੈ, ਕੋਈ ਅਸਰ ਨਹੀਂ ਹੈਗਾ, ਕੋਈ ਅਸਰ ਨਹੀਂ ਹੈਗਾ, ਜਿੱਦਾਂ ਤੁਸੀਂ ਚੱਲ ਰਹੇ ਹੋ, ਤੁਹਾਡੇ ਕਹਿਣ ਦੇ ਉੱਤੇ ਕੋਈ ਵੀ ਜਿਹੜਾ ਬਿੱਲ ਹੈ ਉਹ ਰੱਦ ਨਹੀਂ ਹੋਣਾ, ਇਹ ਗੱਲਾਂ ਲਿਖਾ ਲਓ। ਜਿਹੜੇ ਅਸਲ ਬੰਦੇ ਸੀ ਉਹਨਾਂ ਨੂੰ ਤੁਸੀਂ ਕਹਿ ਦਿੱਤਾ ਕਿ ਇਹਨਾਂ ਦਾ ਸਰਕਾਰ ਦੇਖੇ ਹੁਣ ਕੀ ਕਰਨਾ, ਕਿੱਡੀ ਵੱਡੀ ਬੇਸ਼ਰਮੀ ਹੈਗੀ ਇਹਨਾਂ ਲੋਕਾਂ ਦੇ ਵਿੱਚ। ਅੱਛਾ, ਦੀਪ ਸਿੱਧੂ ਦੀ ਤਾਂ ਵੀਡੀਓ ਵਾਇਰਲ ਹੋ ਗਈ ਸੀ, ਲੱਖੇ ਸਿਧਾਣੇ ਦਾ ਕੋਈ ਵੀ ਐਸਾ ਪੁਆਇੰਟ ਨਹੀਂ ਹੈ ਜਿਹਦੇ ਤੋਂ ਉਹਨੂੰ ਗੱਦਾਰ ਕਿਹਾ ਜਾਵੇ ਜਾਂ ਫਿਰ ਕੋਈ ਵੀ ਐਸੀ ਉਹਦੇ ਉੱਤੇ ਐਲੀਗੇਸ਼ਨ ਲਾਏ ਜਾਣ, ਪਰ ਇਹ ਲੋਕ ਫਿਰ ਵੀ ਕਹਿ ਰਹੇ ਨੇ ਕਿ ਲੱਖਾ ਕ੍ਰਿਮੀਨਲ ਹੈ, ਜਦਕਿ ਜਿੰਨੀਆਂ ਜਥੇਬੰਦੀਆਂ ਦੇ ਹੈਗੀਆਂ ਇਸ ਵੇਲੇ ਉੱਥੇ ਬੈਠੀਆਂ ਹੋਈਆਂ, ਸਾਰਿਆਂ ਦੇ ਆਗੂਆਂ ਦੇ ਉੱਤੇ ਸੇਮ ਪਰਚੇ ਹੋਏ ਹੋਏ ਨੇ, ਆਪਣੇ ਬਾਰੇ ਨਹੀਂ ਬੋਲਦੇ ਇਹ, ਆਪਣੇ ਬਾਰੇ ਤਾਂ ਕਹਿਣਗੇ ਭਈ ਸਾਨੂੰ ਕੋਈ ਫੜਨ ਆਵੇ ਆਪਾਂ ਫਿਰ ਦੇਖਾਂਗੇ, ਕਿਤੇ ਪੇਸ਼ੀ ਨਹੀਂ ਦੇਣੀ, ਕੁਛ ਨਹੀਂ ਕਰਨਾ, ਲੱਖੇ ਵਾਰੀ ਕਹਿਣਗੇ ਉਹ ਸਰਕਾਰ ਦੇਖੇ। ਇਹ ਕਿੰਨੀ ਅਕਿਰਤ ਘਣਤਾ ਨਹੀਂ ਹੋ ਗਈ ਇਹ ਵੀ ਤੁਹਾਡੇ ਉੱਤੇ ਵੀ ਪਰਚੇ ਨੇ, ਜਾਂ ਤੇ ਫਿਰ ਇਹ ਕਹੋ ਨਾ ਵੀ ਤੁਹਾਡਾ ਵੀ ਸਰਕਾਰ ਦੇਖੇ, ਸਰਕਾਰ ਸੋਚੇ ਸਾਡਾ ਵੀ ਕੀ ਕਰਨਾ, ਸਾਨੂੰ ਕਦੋਂ ਫੜ ਕੇ ਲਿਜਾਣਾ, ਸੇਮ ਪਰਚੇ ਤੁਹਾਡੇ ਉੱਤੇ, ਸੇਮ ਲੱਖੇ ਦੇ ਉੱਤੇ ਪਰਚਾ, ਲੱਖੇ ਸਿਧਾਣੇ ਦਾ ਇੱਕ ਵੀ ਐਸਾ ਪੁਆਇੰਟ ਨਹੀਂ ਜਿਹਦੇ ਵਿੱਚ ਉਹਨੇ ਭੜਕਾਉਣ ਦੀ ਗੱਲ ਕੀਤੀ ਹੋਵੇ, ਕੋਈ ਵੀ ਹੈ ਨਹੀਂ। ਜੇਕਰ 25 ਤਰੀਕ ਰਾਤ ਵਾਲੀਆਂ ਵੀਡੀਓਜ਼ ਆਪਾਂ ਲੱਖੇ ਦੀਆਂ ਵੇਖ ਲਈਏ, ਉਹਦੇ ਵਿੱਚ ਵੀ ਇਹ ਗੱਲ ਸੀ ਕਿ ਅਸੀਂ ਸ਼ਾਂਤੀ ਰੱਖਣੀ ਹੈ, ਜਿਵੇਂ ਸਾਡੇ ਲੀਡਰ ਕਹਿਣਗੇ ਉਵੇਂ ਹੀ ਅਸੀਂ ਅੱਗੇ ਚੱਲਣਾ, ਇਹੀ ਕਿਹਾ ਉਹਨਾਂ ਨੇ ਬਾਰ ਬਾਰ। ਪਰ ਇਹ ਲੋਕ ਨਹੀਂ ਸੀ ਚਾਹੁੰਦੇ, ਆਪਣੇ ਤੋਂ ਵੱਡਾ ਕੱਦ ਦਾ ਨੇਤਾ ਨਹੀਂ ਚਾਹੁੰਦੇ ਸੀ ਇਹ ਕਿ ਕਿਤੇ ਲੱਖਾ ਸਿਧਾਣਾ ਜਿਹੜਾ ਸਾਰੀ ਕਮਾਂਡ ਨਾਲ ਲੈ ਜੇ, ਪਰ ਇਹਨਾਂ ਦੀ ਨਲਾਇਕੀ ਕਰਕੇ ਅੱਜ ਕਮਾਂਡ ਇਹਨਾਂ ਦੇ ਹੱਥੋਂ ਨਿਕਲ ਕੇ ਟਕੈਤ ਦੇ ਕੋਲ ਚਲੀ ਗਈ ਹੈ। ਹੁਣ ਤੁਹਾਨੂੰ ਵੀ ਕੋਈ ਨਹੀਂ ਪੁੱਛਦਾ, ਜਦੋਂ ਤੁਸੀਂ ਕਿਸੇ ਦੇ ਅੱਗੇ ਕੰਡੇ ਵਿਛਾਓਗੇ ਤਾਂ ਤੁਹਾਡੇ ਅੱਗੇ ਵੀ ਫਿਰ ਵਿਛਣੇ ਵਿਛੜੇ। ਸਾਡੇ ਬਹੁਤ ਸਾਰੇ ਸੱਜਣ ਨੇ ਮੇਰੇ ਯੂਕੇ ਦੇ ਵਿੱਚ ਵੀ ਦੋਸਤ ਮਿੱਤਰ ਬਹੁਤ ਸਾਰੇ ਐਸੇ ਹੈਗੇ ਆ, ਉਹਨਾਂ ਵੱਲੋਂ ਵੀ ਪਰਸਨਲ ਕਈ ਵਾਰੀ ਕਿਹਾ ਗਿਆ ਮੈਨੂੰ ਕਿ ਨਾ ਬੋਲੋ, ਸਮਾਂ ਬੜਾ ਨਾਜ਼ੁਕ ਹੈਗਾ, ਅੱਗੇ ਚੱਲਣ ਤੋਂ ਲੀਡਰਾਂ ਦੇ ਖਿਲਾਫ ਨਾ ਬੋਲੋ ਕੋਈ ਵੀ ਗੱਲ।
ਤੁਸੀਂ ਕਦੀ ਉਹਨਾਂ ਲੀਡਰਾਂ ਨੂੰ ਕਿਹਾ ਜਿਹੜੇ ਅੱਜ ਵੀ ਕਹਿ ਰਹੇ ਨੇ ਅਸੀਂ ਕੋਈ ਠੇਕਾ ਨਹੀਂ ਲਿਆ ਹੋਇਆ, ਕੋਈ ਲੱਖੇ ਦਾ ਠੇਕਾ ਨਹੀਂ ਲਿਆ, ਦੀਪ ਸਿੱਧੂ ਦਾ ਠੇਕਾ ਨਹੀਂ ਲਿਆ ਹੋਇਆ ਆਪਾਂ, ਉਹਨਾਂ ਨੂੰ ਰੋਕਿਆ ਤੁਸੀਂ ਕਦੀ? ਤੁਹਾਡੀ ਇੱਕ ਵੀ ਲਫ਼ਜ਼ ਜਿਹੜਾ ਹੈ ਤੁਹਾਡਾ ਉਹਨਾਂ ਦੇ ਖਿਲਾਫ ਨਹੀਂ ਭੁਗਤਦਾ। ਤੁਸੀਂ ਨਿੱਤ ਦਿਨ ਵਡਿਆਈਆਂ ਕਰਨ ਦੇ ਵਿੱਚ ਹੀ ਰੁੱਝੇ ਹੋਏ ਹੋ। ਮਤਲਬ ਕਹਿਣ ਦਾ ਹਰ ਤੁਹਾਡੀ ਪੋਸਟ ਜਿਹੜੀ ਹੈ ਉਹਦੇ ਵਿੱਚ ਤੁਹਾਡਾ ਇੱਕ ਝਲਕਦਾ ਹੈ ਕਿ ਤੁਸੀਂ ਉਹਨਾਂ ਦੀ ਖਿਲਾਫਤ ਕਰ ਰਹੇ ਹੋ, ਦੀਪ ਸਿੱਧੂ ਲੱਖਾਂ ਸਿਧਾਣਾ ਦੀ। ਤੇ ਤੁਸੀਂ ਜਿਹੜੇ ਇਹ ਲੀਡਰ ਨੇ ਇਹਨਾਂ ਦੀਆਂ ਬੇਤੁਕੀਆਂ ਗੱਲਾਂ ਦੇ ਉੱਤੇ ਵੀ ਕੋਈ ਵੀ ਤੁਹਾਡੇ ਕੋਲ ਉਹਨਾਂ ਦੇ ਵਿਰੁੱਧ ਬੋਲਣ ਦੀ ਕੋਈ ਵੀ ਤੁਹਾਡੀ ਜ਼ਰੂਰਤ ਨਹੀਂ ਹੈਗੀ। ਅੱਜ ਦੇ ਬਿਆਨ ਨੇ ਇਹ, ਅੱਜ ਦੇ ਉਗਰਾਹਾਂ ਸਾਹਿਬ ਕੀ ਕਹਿ ਰਹੇ ਆ। ਤੇ ਉਸ ਤੋਂ ਬਾਅਦ ਜਿਹੜੀ ਹੁਣ ਮਹਿਰਾਜ ਦੇ ਵਿੱਚ ਰੈਲੀ ਹੋਈ ਹੈ ਉਹਨੂੰ ਰੋਕਣ ਦੇ ਲਈ ਵੀ ਜੋ ਕੀਤਾ ਗਿਆ ਤੇ ਉਹ ਵੀ ਤੁਹਾਨੂੰ ਦਿਖਾਉਣਾ। ਜਸਪ੍ਰੀਤ ਸਿੰਘ ਹੋਰਾਂ ਨੇ ਕਿਹਾ ਸੀ ਕਿ ਆਹ ਦੋ ਤਿੰਨ ਵੀਡੀਓ ਉਹਨਾਂ ਨੇ ਭੇਜੀਆਂ ਕਿ ਇਹਦੇ ਉੱਤੇ ਜ਼ਰੂਰ ਗੱਲ ਕਰਿਓ। ਆਹ ਜੀ ਬੰਦਾ ਇਹ ਕਿਸਾਨ ਆਗੂਆਂ ਦਾ ਕੋਈ ਬੰਦਾ ਹੈ, ਹੁਣ ਇਹ ਕੀ ਕਹਿ ਰਿਹਾ ਵੀ ਲੱਖਾ ਸਿਧਾਣਾ ਦੋਸ਼ੀ ਹੈਗਾ ਉਸ ਘਟਨਾ ਦਾ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ। ਹੁਣ ਅਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਇਹ ਗੱਲ ਸਾਬਤ ਕਰ ਚੁੱਕੇ ਹਾਂ ਵੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਟੇਜ ਤੋਂ ਕਿਹਾ ਸੀ ਵੀ ਲਾਲ ਕਿਲੇ ਦੇ ਉੱਤੇ ਝੰਡਾ ਲਾਉਣਾ। ਅਸੀਂ ਸਾਬਤ ਕਰ ਚੁੱਕੇ ਹਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਇਹਨਾਂ ਦੇ ਬਿਆਨ ਇਹਨਾਂ ਦੇ ਮੂੰਹੋਂ। ਰਜਿੰਦਰ ਸਿੰਘ ਦੀਪ ਸਿੰਘ ਵਾਲੇ ਨੇ ਇਹ ਗੱਲ ਕਹੀ ਸੀ ਕਿ ਮੋਦੀ ਦੀ ਹਿੱਕ ਤੇ ਟਰੈਕਟਰ ਚੜਾਵਾਂਗੇ, ਜਦਕਿ ਇੱਕ ਵੀ ਲਫ਼ਜ਼ ਜਿਹੜਾ ਲੱਖੇ ਦਾ ਇਸ ਤਰ੍ਹਾਂ ਦਾ ਨਹੀਂ ਆਇਆ, ਦੀਪ ਸਿੱਧੂ ਦਾ ਵੀ ਨਹੀਂ ਆਇਆ। ਇਹ ਹੁਣ ਝੂਠ ਲੋਕ ਬੋਲ ਰਹੇ ਨੇ, ਮਕਾਰ ਨੇ, ਜਿਹੜੇ ਜਾਣ ਬੁੱਝ ਕੇ ਪੰਜਾਬ ਦੇ ਅਸਲੀ ਜਿਹੜੇ ਪੁੱਤਰ ਨੇ, ਅਸਲੀ ਸਪੂਤ ਪੰਜਾਬ ਦਾ ਸੋਚਣ ਵਾਲੇ, ਆਹੀ ਸੋਚ ਹੈ ਮੈਨੂੰ ਲੱਗਦਾ ਕਿ ਅਸੀਂ ਅੱਜ ਤੱਕ ਧੱਕੇ ਖਾ ਰਹੇ ਹਾਂ ਪੰਜਾਬ ਵਾਲੇ। ਆਹੀ ਸੋਚ ਹੈ, ਆਹ ਸੋਚ ਮਰਵਾਉਂਦੀ ਸਾਨੂੰ, ਇਹ ਜਿਹੜੀ ਕਹਿ ਲਈਏ ਇਹ ਸੋਚ ਜਿਹੜੀ ਹੈਗੀ ਆ ਅਕਿਰਤ ਘਣਤਾ ਵਾਲੀ ਸੋਚ ਮਰਵਾਉਂਦੀ ਸਾਨੂੰ। ਹੈਗਾ ਸੋ ਇਹ ਉਹ ਬੰਦੇ ਨੇ ਜਿਹੜੇ ਕਦੇ ਵੀ ਪੰਜਾਬ ਦਾ ਭਲਾ ਨਹੀਂ ਚਾਹੁੰਦੇ, ਇਹ ਉਹ ਬੰਦੇ ਨੇ ਜਿਹੜੇ ਪੰਜਾਬ ਦਾ ਕਦੀ ਭਲਾ ਨਹੀਂ ਚਾਹੁੰਦੇ। ਜਦੋਂ ਵੀ ਕੋਈ ਨਿਖਰ ਕੇ ਬਾਹਰ ਆਉਣ ਲੱਗਦਾ ਤੇ ਉਹਦੇ ਉੱਤੇ ਇਸ ਤਰ੍ਹਾਂ ਦੇ ਐਲੀਗੇਸ਼ਨ ਲਾਏ ਜਾਂਦੇ ਆ, ਜਦਕਿ ਇਹਦੇ ਸਾਥੀਆਂ ਨੇ ਝੰਡਾ ਚੜਾਉਣ ਦੀ ਗੱਲ ਕੀਤੀ ਹੈ, ਇਹ ਉਹਨਾਂ ਬਾਰੇ ਨਹੀਂ ਬੋਲਦਾ। ਲੱਖਾ ਸਿਧਾਣਾ ਨੇ ਇੱਕ ਵਾਰ ਨਹੀਂ ਕਿਹਾ ਵੀ ਆਪਾਂ ਲਾਲ ਕਿਲੇ ਤੇ ਜਾ ਕੇ ਝੰਡਾ ਚੜਾਉਣਾ, ਇਹ ਕਹਿੰਦਾ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਲੱਖਾ ਦੋਸ਼ੀ ਹੈਗਾ ਇਸ ਚੀਜ਼ ਦਾ। ਸੋ ਇਸ ਤੋਂ ਬਾਅਦ ਹੁਣ ਤੁਹਾਨੂੰ ਹੋਰ ਵੀਡੀਓ ਦਿਖਾਉਂਦੇ ਆ, ਅਗਲੀ ਵੀਡੀਓ ਦਿਖਾਉਂਦੇ ਤੁਹਾਨੂੰ। ਅੱਜ ਦਾ ਵੀਡੀਓ ਹੈ ਜੀ ਆਹ, ਇੱਕ ਆਹ ਦੇਖੋ, ਆਹ ਦੇਖ ਲਓ ਬਾਈ, ਰੋਡ ਜਾਮ ਕਰਕੇ ਗਏ ਲੱਖੇ ਸਿਧਾਣੇ, ਰੈਲੀ ਜਾਣ ਨਹੀਂ ਦੇ ਰਹੇ ਹੈਗੇ, ਆਹ ਗੱਡੀ ਭਰੀ ਹੋਈ ਆ, ਮੁੰਡੇ ਖੜੇ ਨੇ, ਕਿਸੇ ਨੂੰ ਲੰਘਣ ਨਹੀਂ ਦੇ ਰਹੇ ਹੈਗੇ, ਇਹ ਸਾਰੀਆਂ ਸਾਜ਼ਿਸ਼ਾਂ ਨੇ ਇਹਨਾਂ ਦੀਆਂ ਕਾਮਰੇਡਾਂ ਦੀਆਂ। ਦੇਖ ਲਈ ਜੀ ਵੀਡੀਓ, ਇਹਦਾ ਮਤਲਬ ਹੁਣ ਕੀ ਬਣਦਾ ਵੀ ਇਹ ਉਹ ਲੱਖਾ ਸਿਧਾਣਾ, ਉਹ ਦੀਪ ਸਿੱਧੂ ਹੈ ਜਿਹੜਾ ਇਹਨਾਂ ਨੂੰ ਬੈਰੀਗੇਟ ਤੋੜ ਕੇ ਤੇ ਦਿੱਲੀ ਪਹੁੰਚਾ ਕੇ ਆਇਆ, ਉਹ ਲੱਖਾ ਸਿਧਾਣਾ ਜਿਸਨੇ ਅੱਜ ਰੈਲੀ ਸੱਦੀ ਹੈ ਤੇ ਉਹਦੀ ਰੈਲੀ ਦੇ ਅੱਗੇ ਇਹਨਾਂ ਨੇ ਬੈਰੀਗੇਟ ਲਾ ਦਿੱਤੇ ਆ ਕਿ ਉੱਥੇ ਕੋਈ ਪਹੁੰਚ ਨਾ ਪਾਵੇ। ਸੋ ਆਹ ਕਿਹਦੇ ਵੱਲੋਂ ਕੀਤਾ ਜਾ ਰਿਹਾ, ਇਹਦੇ ਵਿੱਚ ਪੁਲਿਸ ਤਾਂ ਨਹੀਂ ਨਾ ਹੈਗੀ, ਕਿਤੇ ਦੇਖੀ ਪੁਲਿਸ ਇਸ ਵੀਡੀਓ ਦੇ ਵਿੱਚ ਨਹੀਂ ਹੈਗੀ ਪੁਲਿਸ। ਇੰਨੇ ਅਸੀਂ ਅਕਿਰਤ ਘਣ ਹੋ ਗਏ, ਇੰਨੇ ਅਹਿਸਾਨ ਫਰਾਮੋਸ਼ ਹੋ ਗਏ ਅਸੀਂ, ਤੁਸੀਂ ਕਰਾ ਕੇ ਦਿਓਗੇ ਸਾਨੂੰ ਬਿੱਲ ਮਾਫ਼? ਤੁਹਾਡੀ ਆਪਣੀ ਸੋਚ ਕਿੱਥੇ ਖੜੀ ਹੈ, ਤੁਸੀਂ ਕਿੱਥੋਂ ਕਰਾ ਲਓਗੇ? ਜਦੋਂ ਤੁਸੀਂ ਝੂਠ ਤੇ ਝੂਠ, ਝੂਠ ਦਾ ਪਲੰਦਾ ਬਣਾ ਕੇ ਤੁਸੀਂ ਅੱਗੇ ਵੱਧ ਰਹੇ ਹੋ, ਸਰਕਾਰ ਵੀ ਦੇਖ ਰਹੀ ਹੈ ਤੁਹਾਨੂੰ ਕਿ ਤੁਸੀਂ ਕਿੰਨੇ ਕੁ ਝੂਠ ਮਾਰਦੇ ਹੋ, ਉਹਨਾਂ ਨੇ ਤੁਹਾਡੇ ਉੱਤੇ ਅੱਖ ਰੱਖੀ ਹੋਈ ਹੈ, ਉਹਨਾਂ ਨੂੰ ਪਤਾ ਵੀ ਇਹ ਵੀ ਝੂਠੇ ਲੀਡਰ ਆ, ਇਹ ਲੀਡਰ ਝੂਠੇ ਨੇ, ਤੁਹਾਨੂੰ ਉਹਨਾਂ ਨੇ ਬਿੱਲ ਥਾਲੀ ਚ ਪਰੋਸ ਕੇ ਨਹੀਂ ਦੇਣੇ, ਇਹ ਭੁੱਲ ਜਾਓ। ਜਿਹੋ ਜਿਹਾ ਤੁਸੀਂ ਹਾਲ ਜਿਹੜੇ ਹੈ ਉਹ ਕਰ ਦਿੱਤੇ ਆ, ਝੂਠ ਮਾਰ ਕੇ ਆਪਣਿਆਂ ਦੇ ਵਿੱਚੋਂ ਗ੍ਰਿਫਤਾਰੀਆਂ ਤੁਸੀਂ ਕਰਵਾ ਰਹੇ ਹੋ। ਅਗਲੀ ਵੀਡੀਓ, ਵੀਡੀਓ ਨਹੀਂ ਐਕਚੁਅਲੀ, ਇਹ ਇੱਕ ਪੋਸਟ ਹੈਗੀ ਆ ਉਗਰਾਹਾਂ ਸਾਹਿਬ ਦੀ, ਉਹਦੇ ਉੱਤੇ ਹੈਡਿੰਗ ਕੀ ਲਿਖਿਆ ਹੋਇਆ ਕਿ ਕਿਸਾਨ ਯੂਨੀਅਨ ਉਗਰਾਹਾਂ ਦੀ ਲੜਾਈ ਸਰਕਾਰ ਨਾਲ ਹੈ ਜਾਂ ਫਿਰ ਸਿੱਖਾਂ ਦੇ ਨਾਲ। ਇਹ ਹੁਣ ਅੰਮ੍ਰਿਤਸਰ ਟਾਈਮਸ ਦੇ ਵਿੱਚ ਇਹ ਖਬਰ ਲੱਗੀ ਹੋਈ ਆ ਤੇ ਇਹਦੇ ਵਿੱਚ
ਤੁਸੀਂ ਸਾਰਾ ਕੁਝ ਪੜ ਸਕਦੇ ਹੋ ਇਹ ਕੀ ਕਿਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਹੈ ਉਹਨੂੰ ਲੈ ਕੇ ਹੁਣ ਤੱਕ ਸਾਡੇ ਕਿਸਾਨ ਆਗੂ ਚੁੱਪ ਰਹੋ ਚੁੱਪ ਰਹੋ ਆ ਰਹਿ ਲੋ ਚੁੱਪ ਤੁਸੀਂ ਚੁੱਪ ਕਰ ਜਾਂਦੇ ਹੋ ਤੇ ਅਗਲੇ ਦਿਨ ਹੀ ਤੁਹਾਡੇ ਉਲਟ ਜਾਂ ਫਿਰ ਇਹਨਾਂ ਨੌਜਵਾਨਾਂ ਦੇ ਉਲਟ ਕੋਈ ਨਾ ਕੋਈ ਬਿਆਨ ਆ ਜਾਂਦਾ ਅੱਜ ਇੱਕ ਹੋਰ ਮੈਂ ਆਗੂ ਦਾ ਬਿਆਨ ਸੁਣ ਰਿਹਾ ਸੀਗਾ ਬਰਮਿੰਗਮ ਦੇ ਵਿੱਚ ਇੱਕ ਰੇਡੀਓ ਚੱਲਦਾ ਉਹਦੇ ਉੱਤੇ ਉਹ ਕਿਸਾਨ ਆਗੂ ਜਿਹੜਾ ਹੈ ਸਵੇਰੇ ਬ੍ਰੇਕਫਾਸਟ ਸ਼ੋਅ ਹੁੰਦਾ ਤੇ ਉਹਦੇ ਵਿੱਚ ਆਪਣਾ ਬਿਆਨ ਦੇ ਰਿਹਾ ਕਹਿੰਦਾ ਜੀ ਦੇਖੋ ਕਹਿੰਦਾ 26 ਜਨਵਰੀ ਤੋਂ ਪਹਿਲਾਂ ਤੇ ਹੁਣ ਦੇ ਮੋਰਚੇ ਦੇ ਵਿੱਚ ਬੜਾ ਫਰਕ ਆ ਗਿਆ ਕਹਿੰਦਾ ਕਹਿੰਦਾ ਹੁਣ ਅਸਲੀ ਸੂਝਵਾਨ ਲੋਕ ਕਹਿੰਦਾ ਉੱਥੇ ਬੈਠੇ ਆ ਨਹੀਂ ਤੇ ਪਹਿਲਾਂ ਕੀ ਹੁੰਦਾ ਸੀ ਕਹਿੰਦਾ ਕੋਈ ਡੈਕ ਲਾਇਆ ਚਾਰ ਜਣਾਂ ਨੇ ਕੋਈ ਇਧਰ ਨੂੰ ਤੁਰ ਪਿਆ ਉਧਰ ਨੂੰ ਤੁਰ ਪਿਆ ਕਹਿੰਦਾ ਹੁਣ ਸਾਰੇ ਭੱਜ ਗਏ ਉੱਥੋਂ ਹੁਣ ਅਸਲੀ ਕਹਿੰਦਾ ਉੱਥੇ ਸਾਡੇ ਬਜ਼ੁਰਗ ਲੋਕ ਬੈਠੇ ਹੋਏ ਆ ਹੁਣ ਮੋਰਚਾ ਅਸਲੀ ਜਿਹੜਾ ਕਹਿ ਲਈਏ ਵੀ ਦਿਸ਼ਾ ਦੇ ਵਿੱਚ ਤੁਰਿਆ ਕਹਿੰਦਾ ਪਹਿਲਾਂ ਨਹੀਂ ਸੀ ਤੁਰਿਆ ਮੈਂ ਨਾਮ ਜਿਹੜਾ ਹੈ ਕਿਉਂਕਿ ਮੈਨੂੰ ਯਾਦ ਨਹੀਂ ਪੂਰੀ ਤਰ੍ਹਾਂ ਮੈਂ ਗਲਤ ਨਾਮ ਲੈਣਾ ਨਹੀਂ ਚਾਹੁੰਦਾ ਕਿਸਾਨ ਆਗੂ ਸੀ ਬਰਮਿੰਗਮ ਦੇ ਵਿੱਚ ਚੱਲਣ ਵਾਲੇ ਇੱਕ ਰੇਡੀਓ ਦੇ ਵਿੱਚ ਉਹ ਬਿਆਨ ਦੇ ਰਿਹਾ ਕਿ ਹੁਣ ਕਹਿੰਦਾ ਮੋਰਚਾ ਸਹੀ ਚੱਲਿਆ ਪਹਿਲਾਂ ਹੁੱਲੜਬਾਜ ਸੀ ਉੱਥੇ ਨੌਜਵਾਨਾਂ ਨੂੰ ਹੁੱਲੜਬਾਜ ਕਿਹਾ ਜਿਹੜੇ ਇਹਨਾਂ ਨੂੰ ਉੱਥੇ ਲੈ ਕੇ ਗਏ ਅਸੀਂ ਆਪਣੇ ਵੀਡੀਓਜ਼ ਦੇ ਵਿੱਚ ਵਾਰ ਵਾਰ ਇਹ ਗੱਲ ਕਹੀ ਹੈ ਵੀ ਅਸੀਂ ਕਿਤੇ ਵੀ ਤੁਹਾਡੇ ਤੋਂ ਦੂਰ ਨਹੀਂ ਹੁੰਦੇ ਅਸੀਂ ਇਹ ਨਹੀਂ ਕਹਿੰਦੇ ਵੀ ਬਜ਼ੁਰਗ ਨਹੀਂ ਹੋਣੇ ਚਾਹੀਦੇ ਤੁਸੀਂ ਕਮਾਂਡ ਨਾ ਕਰੋ ਸਾਨੂੰ ਬਜ਼ੁਰਗ ਪਿਆਰੇ ਨੇ ਪਰ ਬਜ਼ੁਰਗਾਂ ਵਾਲਾ ਕੰਮ ਤੇ ਕਰੋ ਤੁਹਾਡੀ ਸੋਚ ਤਾਂ ਉੱਥੇ ਤੱਕ ਹੋਵੇ ਤੁਹਾਡਾ ਦਿਲ ਇੰਨਾ ਵੱਡਾ ਹੋਵੇ ਕਿ ਤੁਸੀਂ ਵਾਕਿਆ ਬਜ਼ੁਰਗ ਕਹਾਉਣ ਦੇ ਲਾਇਕ ਤਾਂ ਹੋਵੋ ਤੁਹਾਨੂੰ ਲੀਡਰ ਬਣਾ ਦਿੱਤਾ ਤੁਸੀਂ ਜ਼ਹਿਰ ਉਗਲ ਰਹੇ ਹੋ ਬਾਰ ਬਾਰ ਜ਼ਹਿਰ ਉਗਲ ਰਹੇ ਹੋ ਜਦਕਿ ਲੱਖੇ ਸਿਧਾਣੇ ਦੀ ਜਿਹਦੇ ਤੁਸੀਂ ਗੱਲ ਕਰਦੇ ਹੋ ਕਿ ਉਹ ਦੇਸ਼ ਧਰੋਈ ਹੈ ਉਹ ਗੱਦਾਰ ਹੈ ਅੱਜ ਕਿੰਨਾ ਸੁਲਝਿਆ ਹੋਇਆ ਬਿਆਨ ਸੀ ਉਹਦਾ ਕਹਿੰਦਾ ਤੁਸੀਂ ਭਾਵੇਂ ਸਾਡੇ ਬੰਦਿਆਂ ਨੂੰ ਕਹੋ ਸਾਡੇ ਬਾਰੇ ਕਹੋ ਕਿ ਸਰਕਾਰ ਵੇਖੇਗੀ ਕਹਿੰਦਾ ਤੁਹਾਡੇ ਬੰਦਿਆਂ ਦੇ ਉੱਤੇ ਪਰਚਾ ਹੋਇਆ ਉਹਨਾਂ ਨੂੰ ਵੀ ਫੜਨ ਕੋਈ ਆਇਆ ਅਸੀਂ ਹੈਲਪ ਕਰਾਂਗੇ ਉਹਨਾਂ ਦੀ ਜਦਕਿ ਤੁਸੀਂ ਸਟੇਜਾਂ ਤੋਂ ਗੱਦਾਰ ਵੀ ਕਹਾ ਦਿੱਤਾ ਉਹਨੂੰ ਉਸ ਤੋਂ ਬਾਅਦ ਤੁਸੀਂ ਉਹਨੂੰ ਦੇਸ਼ ਧਰੋਈ ਵੀ ਕਹਿ ਦਿੱਤਾ ਸਰਕਾਰ ਨੂੰ ਕਹਿ ਦਿੱਤਾ ਵੀ ਇਹਨੂੰ ਫੜ ਕੇ ਅੰਦਰ ਪਾਓ ਅੱਜ ਵੀ ਕਹਿ ਰਿਹਾ ਆਹ ਕਿਸਾਨ ਆਗੂ ਜਿਹੜਾ ਹੈ ਕਿ ਲੱਖੇ ਨੂੰ ਫੜ ਕੇ ਅੰਦਰ ਪਾਇਆ ਜਾਵੇ ਸ਼ੇਅਰ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਦੋਸਤੋ ਤਾਂ ਕਿ ਗੱਲਬਾਤ ਸਾਡੀ ਜਿਹੜੀ ਅੱਗੇ ਤੱਕ ਪਹੁੰਚ ਸਕੇ ਸੋ ਦੂਸਰੀ ਗੱਲ ਅੱਜ ਜਿਹੜੀ ਲੱਖੇ ਸਿਧਾਣੇ ਨੇ ਕੀਤੀ ਹੈ ਉਹਨੂੰ ਆਪਾਂ ਹੁਣ ਥੋੜਾ ਜਿਹਾ ਸੀਰੀਅਸ ਲੈਣਾ ਲੱਖੇ ਸਿਧਾਣੇ ਨੇ ਇੱਕ ਬਹੁਤ ਵੱਡੀ ਗੱਲ ਕਹੀ ਹੈ ਕਿ ਪਹਿਲਾਂ ਤਾਂ ਗੋਦੀ ਮੀਡੀਆ ਜਿਹੜਾ ਹੁੰਦਾ ਸੀ ਉਹ ਤਾਂ ਸਾਨੂੰ ਪਤਾ ਹੀ ਸੀ ਸ਼ਰੇਆਮ ਕਿ ਸਾਡੇ ਖਿਲਾਫ ਹੈਗਾ ਉਹ ਕਹਿੰਦਾ ਅੱਜ ਪੰਜਾਬ ਦੇ ਵਿੱਚ ਵੀ ਐਸੇ ਮੀਡੀਆਜ਼ ਪੈਦਾ ਹੋ ਗਏ ਆ ਐਸੇ ਮੀਡੀਆ ਚੈਨਲ ਜਿਹੜੇ ਆ ਉਹ ਪੈਦਾ ਹੋ ਗਏ ਜਿਹੜੇ ਖਿਲਾਫਤ ਕਰ ਰਹੇ ਨੇ ਇਹਨਾਂ ਪੰਜਾਬ ਦੇ ਸਬੂਤਾਂ ਦੀ ਹੁਣ ਜਦੋਂ ਦੁਨੀਆਂ ਦੇ ਵਿੱਚ ਇਹ ਗੱਲਾਂ ਹੁੰਦੀਆਂ ਭਈ ਇੱਕ ਗੋਦੀ ਮੀਡੀਆ ਹੋ ਗਿਆ ਜਿਹੜਾ ਕਿਸਾਨੀ ਸੰਘਰਸ਼ ਦੇ ਖਿਲਾਫ ਭੁਗਦਾ ਆਇਆ ਸ਼ੁਰੂ ਤੋਂ ਤੇ ਹੁਣ ਪੰਜਾਬ ਦਾ ਆਪਣਾ ਮੀਡੀਆ ਜਿਹਦੇ ਉੱਤੇ ਮਾਣ ਹੁੰਦਾ ਸੀ ਕਿਸੇ ਵੇਲੇ ਕਿ ਬਈ ਤਾਜ਼ੀ ਤੋਂ ਤਾਜ਼ੀ ਖ਼ਬਰ ਹੁਣੇ ਝੱਟ ਉਸੇ ਵੇਲੇ ਤੁਹਾਡੇ ਤੱਕ ਪਹੁੰਚਾ ਦਿੰਦੇ ਆ ਤੇ ਅੱਜ ਉਹ ਕਿਵੇਂ ਦੋਸ਼ੀ ਬਣਾ ਰਹੇ ਨੇ ਜਿਵੇਂ ਲੱਖੇ ਸਿਧਾਣੇ ਨੇ ਇਹ ਗੱਲ ਕਹੀ ਹੈ ਕਿ ਉਹਦੇ ਉੱਤੇ ਗੋਲ ਚੱਕਰ ਜਿਹਾ ਲਾ ਕੇ ਭੰਭੀਰੀ ਜੀ ਲਾ ਕੇ ਉਹ ਇੱਕ ਤੀਰ ਜਿਹਾ ਮਾਰਦੇ ਨੇ ਵੀ ਆਹ ਦੇਖੋ ਦੋਸ਼ੀ ਜਿਹੜਾ ਹੈ ਲਾਲ ਕਿਲੇ ਦੀ ਘਟਨਾ ਦਾ ਦੋਸ਼ੀ ਇਹ ਕੀ ਹੈ ਬਾਦਲਾਂ ਦੇ ਚੈਨਲ ਨੇ ਤਾਂ ਕਰਨਾ ਹੀ ਸੀ ਆ ਇੱਕ ਦੂਸਰਾ ਵੀ ਹੈਗਾ ਇਨਡਾਇਰੈਕਟਲੀ ਕਹਿੰਦੇ ਉਹ ਵੀ ਕਿਤੇ ਬਾਦਲਾਂ ਦਾ ਹੀ ਹੈ ਇਹਦੀ ਮੈਂ ਪੁਸ਼ਟੀ ਤਾਂ ਨਹੀਂ ਕਰਦਾ ਇਹਦੇ ਬਾਰੇ ਮੇਰੇ ਕੋਲ ਸਬੂਤ ਤਾਂ ਨਹੀਂ ਹੈਗੇ ਪਰ ਇਨਡਾਇਰੈਕਟਲੀ ਕਹਿੰਦੇ ਆ ਇਹ ਵੀ ਬਾਦਲਾਂ ਤੋਂ ਸ਼ੁਰੂ ਹੁੰਦਾ ਦੂਜਾ ਵੈਬ ਚੈਨਲ ਜਿਹੜਾ ਤੇ ਕਿੱਥੇ ਤੱਕ ਅੱਜ ਇਹ ਲੋਕ ਖੜਨ ਲੱਗ ਪਏ ਨੇ ਕਿੱਥੇ ਅੱਜ ਸੰਘਰਸ਼ ਨੂੰ ਤਾਰ ਪਿੱਡੋ ਇਹ ਲੋਕ ਕਰ ਰਹੇ ਨੇ ਜਿੱਥੇ ਗੋਦੀ ਮੀਡੀਆ ਉੱਥੇ ਇਹ ਵੀ ਲੋਕ ਨਾਲ ਉਹ ਨਹੀਂ ਜਿਹੜੇ ਹੈ ਵਿੱਚ ਸ਼ਾਮਲ ਹੈਗੇ ਆ ਸੋ ਇਹਨਾਂ ਨੂੰ ਵੀ ਆਪਾਂ ਨੂੰ ਸਬਕ ਸਿਖਾਉਣਾ ਪੈਣਾ ਇਹਨਾਂ ਦੇ ਖਿਲਾਫ ਵੀ ਡਟੀਏ ਆਪਾਂ ਇਹਨਾਂ ਦੀਆਂ ਵੀਡੀਓਜ਼ ਜਿਹੜੀਆਂ ਹੈਗੀਆਂ ਜਦੋਂ ਵੀ ਇਹ ਕੋਈ ਇਦਾਂ ਦੀ ਵੀਡੀਓ ਅਪਲੋਡ ਕਰਦੇ ਆ ਉਹਦਾ ਠੋਕ ਕੇ ਵਿਰੋਧ ਕਰਿਆ ਕਰੋ ਰਿਪੋਰਟਾਂ ਕਰਿਆ ਕਰੋ ਸਿੱਧੀ ਗੱਲ ਆ ਫੇਸਬੁੱਕ ਨੂੰ ਜੇਕਰ ਤੁਹਾਡੇ ਇੱਕ ਵੀਡੀਓ ਦੇ ਉੱਤੇ ਕੋਈ 100 ਰਿਪੋਰਟ ਚਲੀ ਗਈ ਮੰਨ ਲਓ 100 ਰਿਪੋਰਟ ਚਲੀ ਗਈ ਤਾਂ ਉਹ ਵੀਡੀਓ ਡਿਲੀਟ ਹੋ ਜਾਣੀ ਉਹਨਾਂ ਦੀ ਜਿਹੜੀ ਪਾਵਰ ਆਪਣੀ ਸਮਝਿਆ ਕਰੋ ਜਦੋਂ ਤੁਸੀਂ ਯੂਨਿਟੀ ਦੇ ਵਿੱਚ ਕੰਮ ਕਰਦੇ ਹੋ ਤਾਂ ਸਾਰਾ ਕੁਝ ਸੰਭਵ ਹੈ ਟਵਿੱਟਰ ਖਾਤੇ ਐ ਨਹੀਂ ਬੰਦ ਹੋ ਰਹੇ ਯੂਟਿਊਬ ਦੇ ਉੱਤੋਂ ਵੀਡੀਓ ਐ ਨਹੀਂ ਡਿਲੀਟ ਹੋ ਰਹੀਆਂ ਉਹ ਤੁਸੀਂ ਰਿਪੋਰਟਾਂ ਕਰਦੇ ਹੋ ਤਾਂ ਉਹਦਾ ਅਸਰ ਹੁੰਦਾ ਇੱਕ ਬੰਦਾ ਰਿਪੋਰਟ ਕਰੇਗਾ ਤੇ ਕੋਈ ਜ਼ਿਆਦਾ ਅਸਰ ਨਹੀਂ ਹੁੰਦਾ ਦੋ ਕਰਨਗੇ ਫਿਰ ਫੇਸਬੁੱਕ ਸੋਚਣ ਲੱਗ ਪੈਂਦੀ ਹੈ ਤਿੰਨ ਕਰਨਗੇ ਫਿਰ ਉਹਨਾਂ ਨੂੰ ਜ਼ਿਆਦਾ ਹੋ ਜਾਂਦਾ ਵੀ ਇਹ ਵਾਕਿਆ ਕੁਝ ਹੈ ਜਿੱਥੇ ਤੁਸੀਂ 100 ਬੰਦਾ ਇੱਕ ਵੀਡੀਓ ਦੀ ਰਿਪੋਰਟ ਕਰ ਦਿਓਗੇ ਤਾਂ ਉਹ ਵੀਡੀਓ ਡਿਲੀਟ ਹੋਊਗੀ ਫਿਰ ਉਸ ਚੈਨਲ ਨੂੰ ਵਾਰਨਿੰਗ ਵੀ ਹੋਊਗੀ ਵੀ ਤੁਹਾਡਾ ਇਹ ਸਾਰਾ ਜਿਹੜਾ ਤੁਸੀਂ ਮਿਲੀਅਨ ਲਈ ਫਿਰਦੇ ਹੋ ਲਾਈਕ 1-2 ਮਿਲੀਅਨ ਇਹ ਸਾਰਾ ਵਿੱਚੇ ਰਹਿ ਜਾਣਾ ਵੜ ਜਾਣਾ ਭਾਂਡੇ 'ਚ ਜੇਕਰ ਤੁਸੀਂ ਇਦਾਂ ਹੀ ਚੱਲਦੇ ਰਹੇ ਤਾਂ ਆਪਣੀ ਤਾਕਤ ਨੂੰ ਆਪਾਂ ਨੂੰ ਸਮਝਣਾ ਚਾਹੀਦਾ ਕਿ ਜੇ ਇਹ ਸੋਸ਼ਲ ਮੀਡੀਆ ਦੀ ਵਰਤੋਂ ਤੁਹਾਡੇ ਵਿਰੁੱਧ ਕਰਦੇ ਨੇ ਤੁਸੀਂ ਵੀ ਸੋਸ਼ਲ ਮੀਡੀਆ ਦੀ ਵਰਤੋਂ ਇਹਨਾਂ ਦੇ ਖਿਲਾਫ ਕਰ ਸਕਦੇ ਹੋ ਜਦੋਂ ਇਹ ਕੁਝ ਗਲਤ ਕਰਦੇ ਨੇ ਮੈਂ ਇਹ ਨਹੀਂ ਕਹਿੰਦਾ ਵੀ ਜਦੋਂ ਸਹੀ ਕਰਦੇ ਆ ਉਦੋਂ ਵੀ ਕਰੋ ਜਦੋਂ ਕੁਝ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਭੁਗਤਦੇ ਆ ਤੇ ਇਹਨਾਂ ਦਾ ਕਰ ਦਿਓ ਕੰਮ ਗੋਦੀ ਮੀਡੀਆ ਤਾਂ ਦੇਖਣਾ ਬੰਦ ਕਰ ਦਿਓ ਇਹਨਾਂ ਦੇ ਸੋਸ਼ਲ ਮੀਡੀਆ ਤੋਂ ਜਿਹੜੇ ਚੈਨਲ ਨੇ ਉਹਨਾਂ ਨੂੰ ਡਿਸਲਾਈਕ ਕਰ ਦਿਓ ਉਹਨਾਂ ਨੂੰ ਹਟਾ ਦਿਓ ਆਪਣੇ ਵਿੱਚੋਂ ਤੇ ਘਰਾਂ ਦੇ ਵਿੱਚ ਜਿਹੜੇ ਤੁਸੀਂ ਟੀਵੀ ਸੈੱਟ ਰੱਖੇ ਹੋਏ ਨੇ ਬਾਕਸ ਰੱਖੇ ਹੋਏ ਆ ਉਹਨਾਂ ਦੇ ਵਿੱਚੋਂ ਵੀ ਇਹ ਚੈਨਲਾਂ ਨੂੰ ਦਫਾ ਕਰ ਦਿਓ
सची सुची पत्रकारी सचे सुचे जेड़े लोग ने चैनल जेड़े थोनू पसंद है मैं कोई प्रेफर नहीं करूंगा थोनू उन्होंने देखिया करो उन्हां दी खबरां जड़ियां है उह सुनिया करो की थोनू दसदे ने उह अज पंजाब दा हित किधर है उस पासे खड़ो जेड़ा एक जेड़ा थोनू लगे एक सैकेंड लई भी जेड़ा बंदा विरुद्ध भुगत रहा उन्हूं कढ दिओ बाहर उन्हूं हटा दिओ अपने चो अज गोदी मीडिया भी लगा होया सीगा एक चैनल उन्हां दा हैगा 18 ਉਹ ਵੀ ਲੱਗਾ ਹੋਇਆ ਕਿੱਦਾਂ ਇੱਕ ਲਾਲ ਕਿਲੇ ਦਾ ਦੋਸ਼ੀ ਲਾਲ ਕਿਲੇ ਦਾ ਦੋਸ਼ੀ ਇੱਥੇ ਆ ਗਿਆ ਪੁਲਿਸ ਕੀ ਕਰ ਰਹੀ ਸੀ ਪੁਲਿਸ ਕੀ ਕਰ ਰਹੀ ਸੀ ਇਹਨਾਂ ਨੂੰ ਵੀ ਪਤਾ ਉਹ ਕਹਿੰਦਾ ਕਿ ਮੈਂ ਪੱਤਰਕਾਰ ਹਾਂ ਬੜੀ ਠੋਕ ਕੇ ਉਹ ਗੱਲ ਕਰ ਰਿਹਾ ਬੰਦਾ ਮੈਂ ਕਹਿੰਦਾ ਪੱਤਰਕਾਰ ਹਾਂ ਮੇਰੇ ਕੈਰੀਅਰ ਦੇ ਵਿੱਚ ਇਸ ਤਰ੍ਹਾਂ ਨਹੀਂ ਕਦੀ ਹੋਇਆ ਵੀ ਇੱਕ ਦੋਸ਼ੀ ਆ ਕੇ ਰੈਲੀ ਕਰ ਜਾਂਦਾ ਉਸ ਬੰਦੇ ਨੂੰ ਵੀ ਪਤਾ ਹੈ ਵੀ ਲੱਖੇ ਸਿਧਾਣੇ ਦਾ ਕੋਈ ਹੱਥ ਨਹੀਂ ਇਹਦੇ ਵਿੱਚ ਜਿਹੜਾ ਝੰਡਾ ਚੜਿਆ ਸੀਗਾ ਜਾਂ ਨਿਸ਼ਾਨ ਸਾਹਿਬ ਦੀ ਆਪਾਂ ਗੱਲ ਕਰਦੇ ਹਾਂ ਉਹ ਚੜ ਗਿਆ ਆਪ ਮੁਹਾਰੇ ਭੀੜ ਨੇ ਚੜਾ ਦਿੱਤਾ ਜਿਹੜੀ ਉੱਥੇ ਪਹੁੰਚੀ ਹੋਈ ਸੀ ਨੌਜਵਾਨਾਂ ਦੀ ਭੀੜ ਲੱਖਾ ਸਿਧਾਣਾ ਲਾਲ ਕਿਲੇ ਤੇ ਨਹੀਂ ਸੀ ਉਸ ਦਿਨ ਨਾ ਉਹ ਇਧਰ ਉਧਰ ਵੀ ਕਿਤੇ ਦੇਖਿਆ ਗਿਆ ਨਾ ਉਹਦੀ ਕੋਈ ਏਦਾਂ ਦੀ ਸਪੀਚ ਸੀਗੀ ਤੇ ਉਹ ਬੰਦਾ ਕਹਿ ਰਿਹਾ ਮੇਰਾ ਪੱਤਰਕਾਰੀ ਦਾ ਕੈਰੀਅਰ ਡੁੱਬ ਕੇ ਮਰ ਜਾਣਾ ਚਾਹੀਦਾ ਤੁਹਾਨੂੰ ਜਿਹੜਾ ਤੁਸੀਂ ਪੱਤਰਕਾਰੀ ਦਾ ਕੈਰੀਅਰ ਕਹਿੰਦੇ ਹੋ ਕੋਈ ਕੈਰੀਅਰ ਨਹੀਂ ਤੁਹਾਡਾ ਤੁਹਾਡਾ ਤੇ ਸਟੈਂਡ ਵੀ ਕੋਈ ਨਹੀਂ ਤੁਸੀਂ ਕਿਸ ਪਾਸੇ ਭੁਗਤਣਾ ਤੁਹਾਨੂੰ ਇਹ ਵੀ ਗੱਲਾਂ ਦਾ ਕੋਈ ਇਲਮ ਨਹੀਂ ਹੈਗਾ ਸੋ ਅਗਲੀ ਗੱਲ ਜਿਹੜੀ ਕਰਨੀ ਦੀਪ ਸਿੱਧੂ ਦੀ ਦੀਪ ਸਿੱਧੂ ਦੀ ਜਿਹੜੀ ਹੈ ਅੱਜ ਰਿਮਾਂਡ ਜਿਹੜਾ ਉਹਨਾਂ ਦਾ ਖਤਮ ਹੋ ਗਿਆ 15 ਦਿਨ ਕੱਲ ਹੀ ਕਿਸੇ ਵਕੀਲ ਸਾਹਿਬ ਨਾਲ ਗੱਲ ਹੋ ਰਹੀ ਸੀ ਉਹਨਾਂ ਨੇ ਦੱਸਿਆ ਸੀ ਕਿ 15 ਦਿਨ ਤੋਂ ਜ਼ਿਆਦਾ ਲਗਾਤਾਰ ਕੰਟੀਨਿਊਸਲੀ ਜਿਹੜਾ ਹੈਗਾ ਰਿਮਾਂਡ ਨਹੀਂ ਦਿੱਤਾ ਜਾਂਦਾ ਕਿਸੇ ਦਾ ਵੀ 7 ਦਿਨ 1 7 ਦਿਨ 1 14 ਦਿਨ ਸੋ ਹੁਣ ਰਿਮਾਂਡ ਜਿਹੜਾ ਹੈ ਜੇਕਰ ਲੈਣਾ ਹੋਵੇ ਤਾਂ ਆਉਣ ਵਾਲੇ ਕੁਝ ਗੈਪ ਪਾ ਕੇ ਉਹ ਦੁਬਾਰਾ ਲੈ ਸਕਦੇ ਆ ਪਰ ਇਹ ਹੁਣ ਬਿਲਕੁਲ ਵੀ ਇਹਦੇ ਵਿੱਚ ਕੋਈ ਚਾਂਸਿਸ ਨਹੀਂ ਹੈਗੇ ਕਿ ਦੁਬਾਰਾ ਦੀਪ ਸਿੱਧੂ ਨੂੰ ਰਿਮਾਂਡ ਤੇ ਲਿਆ ਜਾਵੇ ਕਿਉਂਕਿ 14 ਦਿਨਾਂ ਦੇ ਵਿੱਚ ਕੋਈ ਜ਼ਿਆਦਾ ਖੁਲਾਸੇ ਨਹੀਂ ਹੋਏ ਅਦਰਵਾਈਜ਼ ਗੋਦੀ ਮੀਡੀਆ ਪੁਲਿਸ ਕਾਨਫਰੰਸ ਦੇ ਵਿੱਚ ਇਹ ਬੜਾ ਚੀਖ ਚੀਖ ਕੇ ਰੋਲਾ ਪਾਇਆ ਜਾਣਾ ਸੀਗਾ ਗੋਦੀ ਮੀਡੀਆ ਨੇ ਚੀਖ ਚੀਖ ਕੇ ਕਹਿਣਾ ਸੀ ਆਹ ਖੁਲਾਸੇ ਹੋ ਗਏ ਆਹ ਦੱਸਿਆ ਅੱਜ ਆਹ ਦੱਸਿਆ ਉਹ ਦੱਸਿਆ ਕੁਛ ਨਹੀਂ ਦੱਸਿਆ ਗਿਆ ਮਤਲਬ ਕੁਛ ਹੈ ਹੀ ਨਹੀਂ ਦੱਸਣਾ ਵੀ ਕੀ ਸੀਗਾ ਸ਼ੁਰੂ ਸ਼ੁਰੂ ਦੇ ਵਿੱਚ ਜਿਸ ਦਿਨ ਦੀਪ ਸਿੱਧੂ ਨੂੰ ਅਰੈਸਟ ਕੀਤਾ ਗਿਆ ਅਗਲੇ ਦਿਨ ਥੋੜਾ ਜਿਹਾ ਗੋਦੀ ਮੀਡੀਆ ਨੇ ਖੰਭ ਜਿਹੜੇ ਹੈਗੇ ਉਹ ਖਿਲਾਰੇ ਸੀ ਆਪਣੇ ਕਿ ਕਿਸਾਨ ਦੀਪ ਸਿੱਧੂ ਨੇ ਵੱਡਾ ਖੁਲਾਸਾ ਕੀਤਾ ਕਿ ਵਿਦੇਸ਼ਾਂ ਤੋਂ ਕਿਸਾਨੀ ਅੰਦੋਲਨ ਨੂੰ ਹੁੰਦੀ ਹੈ ਫੰਡਿੰਗ ਸੋ ਇਹ ਉਹਨਾਂ ਦਾ ਖੁਲਾਸਾ ਸੀਗਾ ਇਹ ਕਿੱਡਾ ਕੁ ਖੁਲਾਸਾ ਹੁਣ ਵੀ ਕਿਸਾਨੀ ਅੰਦੋਲਨ ਨੂੰ ਬਾਹਰੋਂ ਫੰਡਿੰਗ ਹੋ ਰਹੀ ਹੈ ਲੰਗਰ ਚੱਲ ਰਹੇ ਨੇ ਬਿਜਲੀ ਪਾਣੀ ਦਾ ਖਰਚਾ ਹੈ ਉੱਥੇ ਬਹੁਤ ਹੈਗੇ ਨੇ ਇਹ ਖੁਲਾਸਾ ਸੀਗਾ ਉਹਨਾਂ ਦੇ ਹਿਸਾਬ ਦੇ ਨਾਲ ਸੋ ਹੋਰ ਕਿਹੜਾ ਖੁਲਾਸਾ ਹੋਰ ਕਿਹੜਾ ਕੋਈ ਉਹ ਟੈਰਰਿਸਟ ਆਰਗੇਨਾਈਜੇਸ਼ਨ ਦੇ ਨਾਲ ਜੁੜਿਆ ਹੋਇਆ ਬੰਦਾ ਐਕਟਰ ਬੰਦਾ ਤੁਹਾਡੇ ਵਿੱਚੋਂ ਉਹ ਗਿਆ ਹੋਇਆ ਕਦੇ ਬੰਬੇ ਰਹਿੰਦਾ ਕਦੇ ਕਿਤੇ ਰਹਿੰਦਾ ਉੱਥੇ ਵਕਾਲਤ ਵੀ ਕੀਤੀ ਹੈ ਸਾਰਾ ਕੁਝ ਸੀਗਾ ਤੇ ਹੋਰ ਉਹਦਾ ਕਿਹੜਾ ਕਿਹਦੇ ਨਾਲ ਕੋਈ ਅਲਕਾਇਦਾ ਦੇ ਨਾਲ ਹੱਥ ਹੋਣਾ ਸੀਗਾ ਉਹਦਾ ਸੋ ਕੋਈ ਖੁਲਾਸਾ ਨਹੀਂ ਕੋਈ ਕੁਛ ਨਹੀਂ ਉਹਦੇ ਵਿੱਚੋਂ ਨਿਕਲਿਆ ਤੇ ਜਿਸ ਤੋਂ ਬਾਅਦ ਹੁਣ 14 ਦਿਨ ਹੋ ਗਏ ਤੇ ਹੁਣ ਅਗਲਾ ਰਿਮਾਂਡ ਜਿਹੜਾ ਸੀ ਉਹ ਮੰਗਿਆ ਤੇ ਜ਼ਰੂਰ ਗਿਆ ਸੀ ਪਰ ਜੱਜ ਨੇ ਕਹਿ ਦਿੱਤਾ ਵੀ ਹੁਣ ਅਗਲਾ ਰਿਮਾਂਡ ਨਹੀਂ ਮਿਲਣਾ ਜੁਡੀਸ਼ੀਅਲ ਕਸਟਡੀ ਦੇ ਵਿੱਚ ਉਹਨਾਂ ਨੂੰ ਤਿਹਾੜ ਜੇਲ੍ਹ ਦੇ ਵਿੱਚ ਭੇਜਿਆ ਗਿਆ ਦੀਪ ਸਿੱਧੂ ਹੋਰਾਂ ਨੂੰ ਤੇ ਇਹ ਹੁਣ ਆਪਾਂ ਨੂੰ ਲੱਗਦਾ ਵੀ ਉਹ ਕਾਲੇ ਬੱਦਲ ਜਿਹੜੇ ਛਾਏ ਹੋਏ ਸੀਗੇ ਹਰ ਇੱਕ ਸ਼ਖਸ ਜਿਹੜਾ ਚਾਹੇ ਕੋਈ ਨੌਜਵਾਨ ਮੁੰਡਾ ਹੈ ਚਾਹੇ ਨੌਜਵਾਨ ਕੁੜੀ ਹੈ ਸਾਡੇ ਬਜ਼ੁਰਗ ਨੇ ਹਰ ਇੱਕ ਕੋਈ ਇਹ ਗੱਲ ਜਿਹੜਾ ਹੈ 26 ਜਨਵਰੀ ਤੋਂ ਬਾਅਦ ਇਹ ਸੋਚ ਰਿਹਾ ਸੀ ਕਿ ਦੀਪ ਸਿੱਧੂ ਦੀ ਜਦੋਂ ਅਰੈਸਟ ਹੋ ਜਾਂਦੀ ਹੈ ਵੀ ਆਖਰ ਬਣਨਾ ਕੀ ਹੈ ਜੋ ਸਾਰਾ ਕੁਝ ਹੋ ਗਿਆ ਹੁਣ ਕੀ ਕਿੱਥੇ ਤੱਕ ਗੱਲ ਜਾਊਗੀ ਸੋ ਹੁਣ ਅੱਜ ਕਿਤੇ ਨਾ ਕਿਤੇ ਸਕੂਨ ਦੇਣ ਵਾਲਾ ਸਾਰਾ ਦਿਨ ਰਿਹਾ ਮਹਿਰਾਜ ਰੈਲੀ ਵੀ ਚੜ੍ਹਦੀ ਕਲਾ ਚ ਗਈ ਹੈ ਦੀਪ ਸਿੱਧੂ ਦਾ ਰਿਮਾਂਡ ਵੀ ਖਤਮ ਹੋ ਗਿਆ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਤੇ ਦੀਪ ਸਿੱਧੂ ਨੇ ਇੱਕ ਸੁਨੇਹਾ ਵੀ ਦਿੱਤਾ ਦੀਪ ਸਿੱਧੂ ਨੇ ਅੱਜ ਅਦਾਲਤ ਦੇ ਵਿੱਚ ਜਦੋਂ ਉਹਨਾਂ ਨੂੰ ਭੇਜਿਆ ਜਾ ਰਿਹਾ ਸੀ ਉੱਥੇ ਆਪਣੇ ਵਕੀਲਾਂ ਰਾਹੀਂ ਇੱਕ ਸੁਨੇਹਾ ਦਿੱਤਾ ਤੁਹਾਨੂੰ ਸਾਰਿਆਂ ਨੂੰ ਤੁਸੀਂ ਸਾਰੇ ਜਿੰਨੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਨਾਲ ਪਿਆਰ ਕਰਨ ਵਾਲੇ ਹੋ ਉਹਨਾਂ ਦੀ ਸੋਚ ਨੂੰ ਲੈ ਕੇ ਚੱਲਣ ਵਾਲੇ ਲੋਕ ਹੋ ਤੁਹਾਡੇ ਵਾਸਤੇ ਸੁਨੇਹਾ ਸੀ ਕਿ ਪਹਿਲੇ ਨੰਬਰ ਤੇ ਦੀਪ ਸਿੱਧੂ ਨੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕੀਤਾ ਉਹਨੇ ਕਿਹਾ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ ਤੇ ਉਸ ਤੋਂ ਬਾਅਦ ਜਿਹੜੀ ਉਹਨੇ ਅਗਲੀ ਗੱਲ ਕਹੀ ਹੈ ਕਿ ਇਸੇ ਤਰ੍ਹਾਂ ਯੂਨਿਟੀ ਜਿਹੜੀ ਹੈ ਉਹ ਬਣਾ ਕੇ ਰੱਖੋ ਮੈਂ ਠੀਕ ਠਾਕ ਹਾਂ ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ ਜਿਹੜੇ ਇਹ ਕਹਿੰਦੇ ਸੀ ਮਤਲਬ ਕਿ ਇਹ ਸੋਚਦੇ ਸੀ ਕਿ ਸ਼ਾਇਦ ਬੜਾ ਕੁਝ ਹੋ ਗਿਆ ਹੋਣਾ ਬੜੀ ਕੁੱਟ ਪਈ ਹੋਊਗੀ ਟੌਰਚਰ ਹੋਇਆ ਹੋਊਗਾ ਸੁਦੀਪ ਸਿੱਧੂ ਨੇ ਅੱਜ ਜਿਹੜਾ ਸੁਨੇਹਾ ਹੈਗਾ ਦਿੱਤਾ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ ਤੇ ਉਹਨੇ ਧੰਨਵਾਦ ਵੀ ਕੀਤਾ ਉਹਨੂੰ ਸਾਰੀ ਖਬਰ ਮਿਲੀ ਹੈ ਕਿ ਕਿੱਦਾਂ ਇੱਕ ਵਰਲਡ ਵਾਈਡ ਲਹਿਰ ਬਣੀ ਹੈ ਉਹਦੇ ਹੱਕ ਦੇ ਵਿੱਚ ਤੇ ਕਿਵੇਂ 27 ਤਰੀਕ ਨੂੰ ਉਹਨੂੰ ਗਦਾਰ ਕਿਹਾ ਜਾ ਰਿਹਾ ਸੀ ਤੇ 28-29-30 ਹੁੰਦੀ ਹੈ 31 ਹੁੰਦੀ ਹੈ 1 ਆਉਂਦੀ ਹੈ ਤਾਂ ਹੌਲੀ ਹੌਲੀ ਉਹ ਗਦਾਰ ਤੋਂ ਹੀਰੋ ਬਣਦਾ ਗਿਆ ਤੇ ਅੱਜ ਉਹ ਉਹਨਾਂ ਵੱਡਾ ਐਕਟਰ ਜਾਂ ਹੀਰੋ ਉਹ ਜ਼ੋਰਾ ਫਿਲਮ ਦੇ ਵਿੱਚ ਨਹੀਂ ਬਣਿਆ ਹੋਣਾ ਜਿੰਨਾ ਅੱਜ ਰੀਅਲ ਲਾਈਫ ਦੇ ਵਿੱਚ ਬਣ ਗਿਆ ਉਦੋਂ ਉਹਨੂੰ ਅੱਧੇ ਕੁ ਲੋਕ ਜਾਣਦੇ ਹੋਣਗੇ 40% ਲੋਕ ਜਾਣਦੇ ਹੋਣਗੇ ਅੱਜ 100% ਲੋਕ ਜਿਹੜੇ ਉਹਨੂੰ ਜਾਣਦੇ ਆ ਤੇ ਸਾਰੇ ਉਹਦੇ ਹੱਕ ਦੇ ਵਿੱਚ ਵੀ ਖੜੇ ਹੋਏ ਆ ਇਹ ਹੁੰਦਾ
ਫਿਲਮਾਂ ਦੀ ਐਕਟਿੰਗ ਜਾਂ ਉੱਥੇ ਹੀਰੋ ਹੋਣਾ ਕੁਝ ਅਲੱਗ ਗੱਲ ਹੁੰਦਾ ਹੈ, ਪਰ ਅੱਜ ਦੀਪ ਸਿੱਧੂ ਨੇ ਦੱਸ ਦਿੱਤਾ ਕਿ ਉਹ ਰੀਅਲ ਹੀਰੋ ਆ, ਮਤਲਬ ਕਿ ਲੋਕਾਂ ਦੇ ਵਿੱਚ ਉਹ ਰੀਅਲ ਹੀਰੋ ਬਣ ਚੁੱਕਿਆ ਅੱਜ। ਤੇ ਜਿਹੜੇ ਲੋਕ ਉਹਦੀ ਛਵੀ ਖਰਾਬ ਕਰਨਾ ਚਾਹੁੰਦੇ ਸੀ, ਅੱਜ ਉਹਨਾਂ ਦੀ ਛਵੀ ਕੀ ਬਣ ਗਈ ਹੈ? ਅੱਜ ਉਹਨਾਂ ਦੀ ਛਵੀ ਆਪਣੇ ਆਪ ਹੀ, ਇਹ ਸਾਰਾ ਕੁਝ ਕੁਦਰਤ ਹੈ, ਇਹ ਕੁਦਰਤ ਜਿਹੜੀ ਕਰਦੀ ਹੈ, ਪਰਮਾਤਮਾ ਦਾ ਬਣਾਈ ਹੋਈ ਵਿਉਂਤਬੰਦੀ ਹੁੰਦੀ ਹੈ। ਤੇ ਜਿਹੜੀ ਚੀਜ਼ ਨੂੰ, ਸੱਚਾਈ ਨੂੰ ਜਿੰਨਾ ਦਬਾਉਣ ਦੀ ਕੋਸ਼ਿਸ਼ ਕਰੋਗੇ, ਉਹ ਸੱਚਾਈ ਦੁਬਾਰਾ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਉਣੀ ਹੈ, ਤੇ ਤੁਹਾਡੇ ਅੱਗੇ ਹੀ ਆਊਗੀ। ਉਹ ਲਾ ਲਓ ਜਿੰਨਾ ਜ਼ੋਰ ਲਾਉਣਾ। ਅੱਜ ਤੁਹਾਡੀਆਂ ਸਟੇਜਾਂ ਤੋਂ ਆ ਕੇ ਬੰਦੇ ਮਾਈਕ ਦੇ ਉੱਤੇ ਵੀ ਬੋਲਦੇ ਆ, ਤੇ ਤੁਹਾਨੂੰ ਖਰੀਆਂ ਖੋਟੀਆਂ ਵੀ ਸੁਣਾ ਕੇ ਜਾਂਦੇ ਨੇ। ਇੱਕ ਆਪਣੇ ਹਰਿਆਣਵੀ ਭਾਊ ਜਾਂ ਫਿਰ ਯੂਪੀ ਦਾ ਮੈਨੂੰ ਪਤਾ ਨਹੀਂ, ਜਿਹਨੇ ਸਟੇਜ ਤੋਂ ਇਹ ਕਿਹਾ, ਕਹਿੰਦਾ ਵੀ ਡਾਂਗਾ ਮਾਰ ਕੇ ਤੁਹਾਨੂੰ ਮੈਂ ਪੰਜਾਬ ਛੱਡ ਕੇ ਆਊਂਗਾ। ਕਿਹਾ ਨਾ, ਇੱਥੋਂ ਤੱਕ ਤੁਸੀਂ ਹੁਣ ਤੱਕ ਖੱਟੀ ਆਪਣੀ, 2-3 ਮਹੀਨੇ ਹੋ ਗਏ ਤੁਸੀਂ ਅਗਵਾਈ ਕੀਤੀ, ਪੰਜਾਬ ਨੇ ਅਗਵਾਈ ਕਰ ਦਿੱਤੀ ਜੀ, ਅਸੀਂ ਅੱਗੇ ਲਾ ਰਹੇ, ਹਰਿਆਣਾ ਸਾਡਾ ਛੋਟਾ ਭਰਾ ਆ ਗਿਆ, ਸਾਡਾ ਛੋਟਾ ਭਰਾ ਆ ਗਿਆ, ਨਾਲ ਵੱਡਾ ਆ ਗਿਆ, ਉਹ ਆ ਗਿਆ, ਇੱਧਰ ਉੱਧਰ ਅਸੀਂ ਇੱਜ਼ਤ ਕਰਦੇ ਹਾਂ, ਰਿਸਪੈਕਟ ਕਰਦੇ ਹਾਂ। ਪਰ ਅੱਜ ਤੁਹਾਡੀ ਇਹ ਇੱਜ਼ਤ ਹੈ ਵੀ ਤੁਹਾਡੀ ਸਟੇਜ ਤੋਂ ਤੁਹਾਨੂੰ ਇਹ ਵੀ ਬੰਦਾ ਸੁਣਾ ਗਿਆ ਵੀ ਡਾਂਗਾ ਮਾਰ ਕੇ ਤੁਹਾਨੂੰ ਪੰਜਾਬ ਛੱਡ ਕੇ ਆਵਾਂਗੇ। ਕਿਉਂ? ਕਿਉਂਕਿ ਤੁਸੀਂ ਆਪਣਿਆਂ ਦੇ ਖਿਲਾਫ ਭੁਗਤਣਾ ਸ਼ੁਰੂ ਕਰ ਦਿੱਤਾ, ਤੁਸੀਂ ਆਪਣੇ ਲੋਕਾਂ ਨੂੰ ਹੀ ਗੱਦਾਰ ਜਾਂ ਦੂਜੇ ਤੀਜੇ ਟੈਗ ਲਾਉਣੇ ਸ਼ੁਰੂ ਕਰ ਦਿੱਤੇ। ਉਹਦਾ ਨਤੀਜਾ ਅੱਜ ਨਿਕਲਿਆ ਕਿ ਤੋਮਰ ਸਾਹਿਬ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਵੀ ਬਿੱਲ ਬੁੱਲ ਭੀੜਾਂ ਕਰਕੇ ਮਾਫ਼ ਨਹੀਂ ਹੋਣੇ, ਭੁੱਲ ਜਾਓ। ਤੇ ਹੁਣ ਇਹ ਬੇਵਕੂਫ ਬਣਾਉਣਾ ਜਿਹੜਾ ਹੈ ਜਨਤਾ ਨੂੰ, ਆਪਾਂ ਥੋੜਾ ਘੱਟ ਕਰੀਏ, ਅਸਲੀ ਕੰਮ ਕਰਕੇ ਦੱਸੀਏ ਵੀ ਕਰਾਉਣੇ ਆ ਬਿੱਲ ਜਿਹੜੇ ਮਾਫ਼ ਜਾਂ ਨਹੀਂ ਕਰਾਉਣੇ। ਲੰਬਾ ਪਾਉਣਾ ਜੀ, ਲੰਬਾ ਪਾਉਣਾ। ਹੁਣ ਇੱਥੇ ਹੁਣ ਲੰਬਾ ਪਾਉਣ ਦਾ ਮਤਲਬ ਇਹ ਹੈ ਵੀ ਇੱਕ ਤਾਂ ਕੌਮ ਦਾ ਪੈਸਾ, ਕੌਮ ਦੀ ਐਨਰਜੀ ਵੇਸਟ ਕਰਨੀ। ਪੰਜਾਬ ਦੇ ਵਿੱਚ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵਾਢੀਆਂ ਵੀ ਹੋਣਗੀਆਂ, ਸੋ ਉੱਥੇ ਵੀ ਸਾਰੇ ਲੋਕ ਚਾਹੀਦੇ ਹੋਣਗੇ ਕੰਮ ਕਰਨ ਵਾਲੇ। ਟਕੈਤ ਨੇ ਇੱਥੋਂ ਤੱਕ ਕਹਿਤਾ, ਕਹਿੰਦਾ ਅਸੀਂ ਖੜੀ ਫਸਲ ਵਾਹ ਦਿਆਂਗੇ, ਏਦਾਂ ਦੇ ਬਿਆਨ। ਉਹਦੀ ਆਪਣੀ 80 ਕਰੋੜ ਦੀ ਪ੍ਰਾਪਰਟੀ ਕਹਿੰਦੇ ਆ ਵੀ ਬਾਹਰ ਆਈ ਆ, ਹੁਣ ਪਤਾ ਲੱਗਿਆ ਦਾ 80 ਕਰੋੜ ਦੀ ਪ੍ਰਾਪਰਟੀ ਤਾਂ ਚਲੋ ਜਿਹੜੀ ਸ਼ੋਅ ਹੋ ਗਈ ਉਹਦੀ ਉਹ ਆ ਟਕੈਤ ਦੀ, ਤੇ ਬਿਆਨ ਉਹ ਕੀ ਦੇ ਰਿਹਾ ਵੀ ਅਸੀਂ ਖੜੀਆਂ ਫਸਲਾਂ ਵਾਹ ਦਿਆਂਗੇ। ਜਿਹਦੀ 5 ਕਿੱਲੇ ਜਿਹੜੀ ਕਣਕ ਜਾਂ ਝੋਨਾ ਹੈ ਉਹ ਖੜਾ ਵਾਹ ਦਿੱਤਾ ਜਾਵੇ, ਉਹਦੇ 6 ਮਹੀਨੇ ਪਰਿਵਾਰ ਨੂੰ ਕੌਣ ਰੋਟੀ ਖਵਾਊਗਾ? ਤੂੰ ਵੇਚੇਗਾ ਆਪਣੇ ਫਲੈਟ ਜਿਹੜੇ ਦਿੱਲੀ ਦੇ ਵਿੱਚ ਜਾਂ ਨੋਇਡਾ ਦੇ ਵਿੱਚ ਜਿੱਥੇ ਜਿੱਥੇ ਵੀ ਹੈਗੇ ਆ, ਇੱਕ ਇੱਕ ਵੇਚ ਕੇ ਦੇਗਾ ਉਹਨਾਂ ਨੂੰ? ਕਿਸੇ ਨੇ ਨਹੀਂ ਪੁੱਛਣਾ ਕਿਸੇ ਦੇ ਕਹਿਣ ਤੇ ਕੋਈ ਵੀ ਕਣਕ ਨੂੰ ਅੱਗ ਲਾਉਣੀ ਜਾਂ ਇੱਦਾਂ ਦਾ, ਇਹ ਖਿਆਲ ਛੱਡ ਦਿਓ। ਜਿਹੜੇ ਇਸ ਵੇਲੇ ਲੋਕ ਇਹੋ ਜਿਹੇ ਬਿਆਨ ਦੇ ਰਹੇ ਨੇ, ਇਹਨਾਂ ਦੀਆਂ ਪ੍ਰਾਪਰਟੀਆਂ ਬਹੁਤ ਜ਼ਿਆਦਾ ਨੇ, ਇਹ ਅਰਬਾਂ ਪਤੀ ਵੀ ਹੈਗੇ ਆ, ਅਰਬਾਂ ਰੁਪਈਆ ਇਹਨਾਂ ਦੇ ਕੋਲ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ, ਤੇ ਗਰੀਬ ਕਿਸਾਨ ਜਿਹੜਾ ਉਹ ਇਹਨਾਂ ਦੇ ਕਹਿਣ ਦੇ ਉੱਤੇ ਉੱਥੇ ਬੈਠਾ ਤਾਂ ਹੋਇਆ, ਪਰ ਇਹੋ ਜਿਹਾ ਇਹਨਾਂ ਦਾ ਬਿਆਨ ਜਿਹੜਾ ਆਉਂਦਾ ਉਹਨੂੰ ਸੀਰੀਅਸ ਨਾ ਲਿਆ ਕਰੋ। ਪਹਿਚਾਣ ਕਰਨੀ ਸਿੱਖੀ ਅਸੀਂ, ਅੱਜ ਵੀ ਬਹੁਤ ਸਾਰੇ ਬਜ਼ੁਰਗ ਕਹੀ ਜਾਂਦੇ ਉਹ ਨਹੀਂ ਨਹੀਂ ਉਹ ਗਲਤ ਹੋ ਗਈ ਸੀ ਘਟਨਾ, ਉਹਨਾਂ ਨੇ ਆਹ ਕਰਤਾ, ਸਾਰਾ ਸਤਿਆਨਾਸ਼ ਕਰਤਾ ਸੀ ਉਸ ਦਿਨ। ਕੁਛ ਨਹੀਂ ਸੀ ਹੋਇਆ, ਕੁਛ ਨੌਜਵਾਨ ਜੋਸ਼ ਦੇ ਵਿੱਚ ਆਏ, ਲਾਲ ਕਿਲੇ ਵਾਲਾ ਰਸਤਾ ਸਰਕਾਰ ਵੱਲੋਂ ਖੋਲਿਆ ਗਿਆ, ਉੱਥੇ ਪਹੁੰਚ ਗਏ, ਉਹਨਾਂ ਨੂੰ ਲਾਲ ਕਿਲਾ ਦਿਖਿਆ, ਮਨ ਦੇ ਵਿੱਚ ਉਹ ਗੱਲਾਂ ਚੱਲੀਆਂ, ਬਾਬਾ ਬਘੇਲ ਸਿੰਘ, ਕੁਛ ਕਿਸਾਨ ਜਥੇਬੰਦੀਆਂ ਦੀਆਂ ਸਪੀਚਾਂ ਯਾਦ ਆ ਗਈਆਂ, ਅਸੀਂ ਝੰਡਾ ਚੜਾ ਦਿਆਂਗੇ, ਮੋਦੀ ਦੀ ਹਿੱਕ ਤੇ ਚੜ ਜਾਂਗੇ, ਉਹ ਕੁਛ ਸਾਰਾ ਮਾਇੰਡ ਦੇ ਵਿੱਚ ਸੀਗਾ 2 ਮਹੀਨਿਆਂ ਦਾ। ਉਹਦਾ ਫਿਰ ਆਊਟਪੁੱਟ ਇਹ ਨਿਕਲੀ ਕਿ ਝੰਡਾ ਚੜ ਗਿਆ, ਜੋ ਕਿ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਹੋਣੀਆਂ ਸੀ, ਪਰ ਉਹਨਾਂ ਨੂੰ ਕੰਟਰੋਲ ਵੀ ਕਰ ਸਕਦੇ ਸੀ ਜੇਕਰ ਤੁਹਾਡੇ ਵਿੱਚ ਸਾਰੀ ਗੱਲਬਾਤ ਹੁੰਦੀ। ਸੋ ਅੱਜ ਆਪਾਂ ਨੂੰ ਸੋਚਣਾ ਪੈਣਾ ਵੀ ਇਹ ਇੱਦਾਂ ਨਾ ਆਪਾਂ ਸੋਚੀਏ ਬਿਲਕੁਲ ਵੀ, ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਦੋਸ਼ ਨਾ ਦਈਏ। ਮਹਿਰਾਜ ਦੀ ਰੈਲੀ, ਅੱਜ ਬਹੁਤ ਸਾਰੇ ਵੀਰਾਂ ਨੇ ਇਹ ਵੀ ਲਿਖਿਆ ਹੋਇਆ ਸੋਸ਼ਲ ਮੀਡੀਆ ਤੇ ਵੀ ਅੱਜ ਕਾਮਰੇਡਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਣੀ, ਅੱਜ ਕਹਿੰਦੇ ਕਾਮਰੇਡ ਰਾਤ ਨੂੰ ਸੌਂਦੇ ਰਹੀ ਜਾ ਕੇ ਕੱਟਣਗੇ। ਵਾਕਿਆ ਗੱਲ ਸਹੀ ਵੀ ਇਹ ਹੈਗੀ ਆ ਕਿ ਅਸੀਂ ਤਾਂ ਬਹੁਤ ਕੁਝ ਸੋਚਿਆ ਹੋਇਆ ਸੀ ਕਿ ਇੱਦਾਂ ਹੋ ਗਿਆ, ਅਸੀਂ ਤਾਂ ਗੱਦਾਰੀ ਦੇ ਟੈਗ ਲਾ ਦਿੱਤੇ ਆ, ਅਸੀਂ ਇੱਕ ਜੇਲ੍ਹ ਚ ਭੇਜ ਦਿੱਤਾ, ਦੂਜਾ ਜਾਣ ਨੂੰ ਤਿਆਰ ਆ, ਤੇ ਹੁਣ ਨਹੀਂ ਆਉਂਦੇ ਇਹ, ਤੇ ਇਹਨਾਂ ਨੇ ਤਾਂ ਇਕੱਠ ਵੱਡਾ ਕਰ ਦਿੱਤਾ, ਉੱਥੇ ਹਾਜ਼ਰੀਆਂ ਵੀ ਭਰ ਲਈਆਂ, ਉੱਥੇ ਖੁਦ ਆ ਗਿਆ ਲੱਖਾ ਸਿਧਾਣਾ, ਗਿਆ ਵੀ ਆ ਉੱਥੋਂ ਵਾਪਸ। ਇਹ ਵੀ ਜ਼ਰੂਰਤ ਦੀ ਗੱਲ ਹੁੰਦੀ ਹੈ, ਆਉਣਾ ਵੀ ਤੇ ਜਾਣਾ ਵੀ ਏਡੇ ਵੱਡੇ ਇਕੱਠ ਦੇ ਵਿੱਚ। ਬੰਦਾ ਉਹ ਗਵਾਚ ਸਕਦਾ, ਉਹ ਛੱਪਣ ਹੋ ਸਕਦਾ ਜਿਹਦੀ ਪਹਿਚਾਣ ਕੋਈ ਨਾ ਹੋਵੇ, ਲੱਖੇ ਸਿਧਾਣੇ ਨੂੰ ਤਾਂ ਸਾਰੀ ਦੁਨੀਆਂ ਜਾਣਦੀ ਹੈ, ਉਹ ਫਿਰ ਵੀ ਉੱਥੇ ਪਹੁੰਚਿਆ, ਉੱਥੋਂ ਗਿਆ ਵੀ ਹੈ। ਹੁਣ ਕੈਪਟਨ ਸਰਕਾਰ ਨੂੰ ਉਕਸਾਇਆ ਜਾ ਰਿਹਾ ਕਿ ਤੁਹਾਡੇ ਰਾਜ ਦੇ ਵਿੱਚ ਇਸ ਤਰ੍ਹਾਂ ਹੋ ਗਿਆ, ਆਹ ਹੋ ਗਿਆ, ਇੱਦਾਂ ਹੋ ਗਿਆ, ਇਹ ਗੱਲਾਂ ਬਿਲਕੁਲ ਸਹੀ ਨਹੀਂ ਹੈਗੀਆਂ, ਬਿਲਕੁਲ ਸਹੀ ਨਹੀਂ। ਜੇਕਰ ਕੈਪਟਨ ਸਰਕਾਰ ਕਿਸਾਨਾਂ ਦਾ ਸਾਥ ਦੇ ਰਹੀ ਹੈ ਤੇ ਅਸੀਂ ਮੰਨਦੇ ਹਾਂ ਕਿ ਇਹ ਗੱਲ ਸਹੀ ਹੈ, ਠੀਕ ਹੈ, ਅਸੀਂ ਉਸ ਇਸ ਪੁਆਇੰਟ ਦੇ ਉੱਤੇ ਉਹਨਾਂ ਦੇ ਨਾਲ ਆ ਕਿ ਤੁਸੀਂ ਸਾਥ ਦੇ ਰਹੇ ਹੋ, ਪਰ ਜੇਕਰ ਤੁਸੀਂ ਵੀ ਵਧੀਕੀ ਕਰੋਗੇ ਫਿਰ ਤੁਹਾਡੇ ਵੀ ਖਿਲਾਫ ਆ, ਇਹ ਗੱਲਾਂ। ਦੂਸਰੀ ਇੱਕ ਗੱਲ, ਹਾਂ ਇਹ ਪੁਆਇੰਟ ਜਿਹੜਾ ਹੈ ਕਿਤੇ ਰਹਿ ਨਾ ਜਾਵੇ, ਬੜਾ ਜ਼ਰੂਰੀ ਪੁਆਇੰਟ ਹੈਗਾ ਆਪਣਾ। ਸ਼੍ਰੋਮਣੀ ਅਕਾਲੀ ਦਲ ਮਾਨ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ,
ਉਹਨਾਂ ਦੀ ਇਸ ਦਿਨ ਦੇ ਉੱਤੇ ਭੂਮਿਕਾ, ਚਾਹੇ ਕੋਈ ਗੁੱਸਾ ਹੀ ਕਰ ਜਾਏ ਮੇਰਾ ਵੀਰ, ਪਰ ਇੱਕ ਪਾਸੇ ਮਹਿਰਾਜ ਦੇ ਵਿੱਚ ਰੈਲੀ ਰੱਖੀ ਹੋਈ ਹੈ ਤੇ ਇਹ ਜਿਹੜੀ ਰਾਜਨੀਤਿਕ ਪਾਰਟੀ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸੱਦਾ ਦੇ ਦਿੱਤਾ। ਪਹਿਲਾਂ ਪੋਸਟਾਂ ਵੀ ਆਉਂਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਹੈ ਉਹ ਮਹਿਰਾਜ ਰੈਲੀ ਟਰਾਲੀਆਂ ਭਰ ਭਰ ਜਾਊਗੀ, ਪਰ ਉਸੇ ਦਿਨ ਦਾ ਅਕਾਲ ਤਖ਼ਤ ਸਾਹਿਬ ਦਾ ਸੱਦਾ ਦੇ ਦਿੱਤਾ ਗਿਆ। ਅਗਲਾ ਦਿਨ ਵੀ ਰੱਖਿਆ ਜਾ ਸਕਦਾ ਸੀ, ਇੱਕ ਦਿਨ ਪਹਿਲਾਂ ਵੀ ਰੱਖਿਆ ਜਾ ਸਕਦਾ ਸੀ। ਇਹ ਵੀ ਯੂਨਿਟੀ ਦੀ ਗੱਲ ਆ ਜਾਂਦੀ ਹੈ ਨਾ, ਇੱਥੇ ਵੀ ਤਾਂ ਯੂਨਿਟੀ ਦੇਖਣੀ। ਆਪਾਂ ਗੋਦੀ ਮੀਡੀਆ ਸਾਡੇ ਨਾਲ ਨਹੀਂ, ਕਿਸਾਨ ਜਥੇਬੰਦੀਆਂ ਕੁਛ ਗਲਤ ਬੋਲ ਰਹੀਆਂ, ਫਲਾਨਾ ਸਿੰਘ ਜਿਹੜਾ ਉਹ ਸਾਡੇ ਖਿਲਾਫ ਭੁਗਤ ਰਿਹਾ, ਅਸੀਂ ਤਾਂ ਇੱਕ ਆ ਨਾ। ਸਿਮਰਜੀਤ ਸਿੰਘ ਮਾਨ ਹੋਰੀ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਰਹਿੰਦੇ ਆ ਹਮੇਸ਼ਾ, ਉਹਨਾਂ ਦੀ ਪਾਰਟੀ ਦੇ ਬੜੇ ਸੂਝਵਾਨ ਲੀਡਰ ਨੇ ਪ੍ਰੋਫੈਸਰ ਮਹਿੰਦਰਪਾਲ ਸਿੰਘ, ਬਹੁਤ ਸਾਰੇ ਵਧੀਆ ਹੈਗੇ ਆ, ਬੁਲਾਰੇ ਵੀ ਬਹੁਤ ਸੋਹਣੇ ਆ। ਪਰ ਕੀ ਉਸੇ ਦਿਨ ਹੀ ਤੁਹਾਨੂੰ ਜਾਣਾ ਜ਼ਰੂਰੀ ਸੀ ਵੀ ਅਕਾਲ ਤਖ਼ਤ ਦੇ ਉੱਤੇ ਅੱਜ ਹੀ ਜਾਣਾ? ਪਰ ਖੈਰ, ਇਹਦੇ ਨਾਲ ਕੋਈ ਬਹੁਤਾ ਫਰਕ ਤਾਂ ਨਹੀਂ ਪਿਆ, ਪਰ ਆਪਾਂ ਨੂੰ ਯੂਨਿਟੀ, ਜਦੋਂ ਯੂਨਿਟੀ ਦੀ ਗੱਲ ਆਉਂਦੀ ਹੈ ਤਾਂ ਫਿਰ ਅਸੀਂ ਸਾਰੇ ਉਹਦੇ ਵਿੱਚ ਆ ਜਾਂਦੇ। ਜੇ ਮਹਿਰਾਜ ਦਾ ਸੱਦਾ ਤੇ ਮਹਿਰਾਜ ਹੀ ਜਾਣਾ, ਜੇ ਅਕਾਲ ਤਖ਼ਤ ਸਾਹਿਬ ਦਾ ਸੱਦਾ ਤੇ ਉੱਥੇ ਜਾਣਾ। ਇਹ ਨਹੀਂ ਵੀ ਦੋ ਦੋ ਤੁਸੀਂ ਇਕੱਠ ਵੱਖਰੇ ਵੱਖਰੇ ਕਰ ਦਿਓ, ਇਹਦਾ ਮਤਲਬ ਇਹ ਹੁੰਦਾ ਵੀ 50-50 ਹੋ ਜਾਏ ਕੰਮ, ਅੱਧੇ ਉਧਰ ਚਲੇ ਜਾਣ ਅੱਧੇ ਇਧਰ ਚਲੇ ਜਾਣ। ਕਿੰਨਾ ਚੰਗਾ ਹੁੰਦਾ ਸਿਮਰਜੀਤ ਸਿੰਘ ਮਾਨ ਹੋਰੀ ਖੁਦ ਇੱਥੇ ਪਹੁੰਚਦੇ, ਇਸ ਸਟੇਜ ਦੇ ਉੱਤੇ ਸੰਬੋਧਨ ਹੁੰਦੇ ਆ ਕੇ, ਤਾਂ ਦੋ ਹਸਤੀਆਂ ਵੱਡੀਆਂ ਉੱਥੇ ਪਹੁੰਚ ਜਾਂਦੀਆਂ। ਲੱਖਾ ਹੋ ਗਿਆ, ਸਿਮਰਜੀਤ ਸਿੰਘ ਮਾਨ ਹੋ ਗਏ, ਇਹਨਾਂ ਦੀ ਸਪੀਚ ਉੱਥੇ ਹੁੰਦੀ ਤਾਂ ਗੱਲਾਂ ਹੋਰ ਹੋ ਜਾਣੀਆਂ ਸੀ। ਸੋ ਕਿਤੇ ਨਾ ਕਿਤੇ ਇਹ ਆਪਣਾ ਕਹਿ ਲਈਏ ਵੀ ਡਿਵੀਜ਼ਨ ਬਣ ਗਈ। ਇਹ ਗੱਲਾਂ ਆਪਾਂ ਨੂੰ ਪੁੱਛਣੀਆਂ ਚਾਹੀਦੀਆਂ ਜਿਹੜੇ ਜਿਹੜੇ ਕਿਸੇ ਵੀ ਪਾਰਟੀ ਨਾਲ ਜੁੜੇ ਹੋਵੋ। ਤੁਸੀਂ ਤੁਸੀਂ ਕਾਂਗਰਸ ਨਾਲ ਜੁੜੇ ਹੋ, ਅਕਾਲੀ ਦਲ ਨਾਲ ਜੁੜੇ ਹੋ, ਜਾਂ ਜਿਹੜੇ ਵੀ, ਜਦੋਂ ਪੰਜਾਬ ਦੇ ਹਿੱਤਾਂ ਦੀ ਗੱਲ ਆਉਂਦੀ ਹੈ ਤਾਂ ਫਿਰ ਉੱਥੇ ਪੰਜਾਬ ਦੇ ਹਿੱਤ ਦੇਖਿਆ ਕਰੋ, ਪਾਰਟੀ ਦਾ ਹਿੱਤ ਨਾ ਵੇਖਿਆ ਕਰੋ, ਕਿਉਂਕਿ ਪਾਰਟੀਆਂ ਤੁਹਾਨੂੰ ਯੂਜ਼ ਕਰਦੀਆਂ, ਤੁਹਾਨੂੰ ਵਰਤਦੀਆਂ। ਆ ਪਿਛਲੇ ਦਿਨੀ ਚੋਣਾਂ ਹੋਈਆਂ ਨਾ, ਜਿਹੜੀਆਂ MC ਦੀਆਂ ਮਿਊਂਸੀਪਲ ਜਿਹੜੀਆਂ ਚੋਣਾਂ ਹੋਈਆਂ, ਉਹਦੇ ਵਿੱਚ ਮੌਤਾਂ ਹੋ ਗਈਆਂ, ਪੱਗਾਂ ਲੱਥ ਗਈਆਂ। ਉਹਦੇ ਵਿੱਚ ਕਿਸੇ ਕਾਂਗਰਸੀ MC ਉਮੀਦਵਾਰ ਦੀ ਪੱਗ ਲੱਥੀ, ਕਿਸੇ ਅਕਾਲੀ ਉਮੀਦਵਾਰ ਦੀ ਪੱਗ ਲੱਥੀ, ਕਿਸੇ ਆਮ ਆਦਮੀ ਆੜੇ ਦੀ ਪੱਗ ਲੱਥੀ, ਨਹੀਂ। ਪੱਗਾਂ ਲੱਥੀਆਂ ਉੱਥੇ ਆਮ ਬੰਦਿਆਂ ਦੀਆਂ, ਗਿੱਟੇ ਤੜਾਏ ਆਮ ਬੰਦਿਆਂ ਨੇ, ਕੁਛ ਮਰੇ ਵੀ ਹੋਣਗੇ। ਇੱਕ ਦੇ ਗੋਲੀ ਚੱਲੀ ਹੈ, ਇੱਕ ਨੌਜਵਾਨ ਸੀਗਾ ਕਾਂਗਰਸ ਦੇ ਨਾਲ ਸੰਬੰਧਿਤ, ਉਹਦੀ ਮੌਤ ਹੋ ਗਈ। ਇਹ ਸਿਆਣਪ ਦੀ ਗੱਲ ਹੈ ਕਿ ਇਹ ਲੋਕ ਤੁਹਾਨੂੰ ਅੱਗੇ ਕਰਕੇ ਸਾਰਾ ਕੁਛ ਤੁਹਾਡੇ ਉੱਤੇ ਸੁੱਟ ਕੇ ਚੁੱਪ ਚਪੀਤੇ ਮਲਾਈ ਜਿਹੜੀ ਹੈ ਉਹ ਖਾ ਰਹੇ ਹੁੰਦੇ ਨੇ। ਮਤਲਬ ਕਹਿਣ ਦਾ, ਉਹਨਾਂ ਨੂੰ ਘਰ ਬੈਠਿਆਂ ਨੂੰ ਤੁਸੀਂ ਉੱਥੇ ਲੜ ਕੇ ਮਰ ਜਾਓ, ਭਾਵੇਂ ਬੂਥ ਦੇ ਉੱਤੇ ਜਾ ਕੇ ਤੁਸੀਂ ਆਪਸ ਚ ਲੜ ਲੜ ਮਰ ਜਾਓ, ਉਹ ਘਰ ਬੈਠਾ ਚਿੱਟਾ ਕੁੜਤਾ ਪਜਾਮਾ ਪਾ ਕੇ, ਉਹਦੀਆਂ ਤਾਂ ਵੋਟਾਂ ਪੈ ਰਹੀਆਂ, ਉਹਦਾ ਪ੍ਰਚਾਰ ਤੁਸੀਂ ਕਰ ਰਹੇ ਹੋ, ਉਹਦੇ ਪਿੱਛੇ ਡਾਂਗਾ ਤੁਸੀਂ ਖਾ ਰਹੇ ਹੋ, ਉਹਦੀਆਂ ਵੋਟਾਂ ਪੈ ਰਹੀਆਂ। ਜਦੋਂ ਗਿਣਤੀ ਹੋਣੀ ਹੈ, ਹੋ ਸਕਦਾ MC ਵੀ ਉਹ ਬਣ ਜਾਵੇ। ਘਰ ਬੈਠੇ ਬਿਠਾਏ ਨੂੰ ਸਾਰਾ ਕੁਛ ਮਿਲ ਗਿਆ, ਕੋਈ ਖਰੋਚ ਨਹੀਂ ਆਈ, ਪਰ ਸਾਡੇ ਬੁੱਝੜ ਲੋਕ ਜਿਹੜੇ ਹੈ ਉੱਥੇ ਜਾ ਕੇ ਛਿੱਤਰ ਖਾਂਦੇ ਨੇ ਤੇ ਛਿੱਤਰ ਮਾਰਦੇ ਨੇ, ਫਿਰ ਕਹਿੰਦੇ ਵੀ ਉਹ ਫਲਾਨਾ ਸਿੰਘ ਦੇ ਕਰਕੇ ਅਸੀਂ ਉਹਦੀ ਸਪੋਰਟ ਦੇ ਵਿੱਚ ਹਾਂ। ਤੁਹਾਨੂੰ ਕੌਡੀਆਂ ਵੱਟੇ ਨਹੀਂ ਪੁੱਛਦੇ ਜਦੋਂ ਇਹਨਾਂ ਨੂੰ, ਜਦੋਂ ਇਹ ਜਿੱਤ ਜਾਂਦੇ ਨੇ, ਇਧਰੋਂ ਐਲਾਨ ਹੁੰਦਾ ਵੀ ਫਲਾਨਾ ਸਿੰਘ MC ਬਣ ਗਿਆ ਤੇ ਉਹਦੀ ਨਜ਼ਰ ਬਦਲ ਜਾਂਦੀ ਹੈ, ਜਿਹਨੇ MC ਨੇ ਨਜ਼ਰ ਬਦਲ ਜਾਂਦੀ, ਉਹਦੀ ਪਛਾਣਦਾ ਹੀ ਨਹੀਂ, ਉਹ ਕਹਿੰਦਾ ਤੂੰ ਕੌਣ ਹੈ। ਤੇ ਤੁਸੀਂ ਜਿਹਨਾਂ ਨੇ ਡਾਂਗਾਂ ਖਾਧੀਆਂ ਹੁੰਦੀਆਂ, ਜਿਹੜਾ ਕੋਈ ਹਸਪਤਾਲ ਚ ਪਿਆ ਹੁੰਦਾ, ਕੋਈ ਜ਼ਿੰਦਗੀ ਭਰ ਲਈ ਅਪਾਹਜ ਹੋ ਜਾਂਦਾ। ਸੋ ਸਿਆਣਪ ਹਰ ਪਾਸੇ ਵਰਤਣ ਦੀ ਲੋੜ ਹੁੰਦੀ ਹੈ। ਅਸੀਂ ਆਪਣੇ ਵੀਡੀਓਜ਼ ਦੇ ਵਿੱਚ ਇਹੀ ਕਰਨ ਦੀ ਗੱਲ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਨੂੰ ਹਰ ਪਾਸਿਓਂ ਚੇਤਨ ਹੋਣ ਦੀ ਲੋੜ ਹੈ, ਕਿੱਥੇ ਕੀ ਹੋ ਰਿਹਾ। ਤੁਹਾਡੇ ਨਾਲ ਕੋਈ ਖੇਡ ਤਾਂ ਨਹੀਂ ਰਿਹਾ, ਤੁਹਾਡੀਆਂ ਭਾਵਨਾਵਾਂ ਨੂੰ ਕੋਈ ਕੈਸ਼ ਤਾਂ ਨਹੀਂ ਕਰ ਰਿਹਾ, ਤੁਹਾਡੀਆਂ ਫੀਲਿੰਗਸ ਨੂੰ ਲੈ ਕੇ ਕੋਈ ਅੱਗੇ ਤਾਂ ਨਹੀਂ ਵਧ ਰਿਹਾ ਹੈਗਾ, ਤੁਹਾਡਾ ਨੁਕਸਾਨ ਕਰ ਰਿਹਾ, ਮੂੰਹ ਦਾ ਮਿੱਠਾ ਬਣਿਆ ਹੋਇਆ। ਹੁਣ 2-2.5 ਮਹੀਨਿਆਂ ਦੇ ਵਿੱਚ ਜੇ ਆਪਾਂ ਪ੍ਰਾਪਤੀ ਦੇਖ ਲਈਏ ਕਿਸਾਨੀ ਮੋਰਚੇ ਦੀ, ਕਹਿਣਾ ਨਹੀਂ ਚਾਹੀਦਾ ਆਪਾਂ ਨੂੰ, ਪਰ ਆਪਾਂ ਨੂੰ ਫਿਰ ਵੀ ਇਹਦਾ ਨਿਚੋੜ ਵੀ ਕੱਢਣਾ ਚਾਹੀਦਾ, ਸਾਨੂੰ ਕੁਛ ਐਨਾਲਾਈਜ਼ ਦੇਖਣਾ ਚਾਹੀਦਾ ਕਰਕੇ ਵੀ ਹੁਣ ਤੱਕ ਕੀ ਹੋਇਆ। ਅੱਜ ਦੀ ਸਿਚੁਏਸ਼ਨ ਇਹ ਹੈ ਕਿ ਅੱਜ ਲੀਡਰ ਕਹਿ ਰਹੇ ਨੇ ਮੋਰਚਾ ਬਹੁਤ ਲੰਬਾ ਚੱਲਣਾ। ਕਿੰਨਾ ਕੁ ਲੰਬਾ ਮੋਰਚਾ ਚੱਲਣਾ? ਕੋਈ ਸਾਲ ਮੋਰਚਾ ਚੱਲੂਗਾ? 2 ਸਾਲ ਚੱਲੂ? 2 ਸਾਲ ਕੌਣ ਬੈਠਾ ਰਹੂਗਾ ਉੱਥੇ ਤੁਹਾਡੇ ਮੂੰਹ ਵੱਲ ਵੇਖਦਾ? 1 ਸਾਲ ਦੀ ਗੱਲ ਕਰ ਲਈ, ਆ ਦਸੰਬਰ ਤੱਕ ਕੌਣ ਵੇਖੂਗਾ? ਪੂਰੀ ਸਰਦੀ ਲੰਘ ਚੁੱਕੀ ਹੈ, ਠੰਡ ਆਪਣੇ ਪਿੰਡਿਆਂ ਤੇ ਹੰਢਾ ਲਈ ਆਪਾਂ, ਗਰਮੀ ਸ਼ੁਰੂ ਹੋ ਚੁੱਕੀ ਹੈ, ਪੱਖਿਆਂ ਦਾ ਅਰੇਂਜਮੈਂਟ ਹੋਣ ਲੱਗ ਪਿਆ, ਹੁਣ ਅਗਲੇ ਮਹੀਨਿਆਂ ਦੇ ਵਿੱਚ ਫਿਰ ਤੋਂ ਠੰਡ ਆ ਜਾਣੀ ਹੈ, 4 ਮਹੀਨਿਆਂ ਦੀ ਹੁੰਦੀ ਹੈ, ਉਸ ਤੋਂ ਬਾਅਦ ਫਿਰ ਠੰਡ ਹੋ ਜੂਗੀ। ਅਸੀਂ ਤਾਂ ਇਹੀ ਦੇਖੀ ਜਾਵਾਂਗੇ ਕਿ ਤੁਸੀਂ ਕਦੋਂ ਸਾਨੂੰ ਬਿੱਲ ਮਾਫ਼ ਕਰਵਾ ਕੇ ਦਿੰਦੇ ਹੋ। ਨਹੀਂ ਤੁਹਾਡੇ ਵਿੱਚ ਹਿੰਮਤ ਹੈਗੀ ਤਾਂ ਦੱਸ ਦਿਓ। ਹੋਰ ਲੀਡਰ ਨੇ, ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਹੋਰੀ ਹੈਗੇ ਆ ਸੂਝਵਾਨ ਲੀਡਰ ਨੇ, ਜਾਂ ਫਿਰ ਲੱਖਾ ਸਧਾਣਾ ਨੂੰ ਕਮਾਂਡ ਦੇ ਦਿਓ, ਦੀਪ ਸਿੱਧੂ ਨੂੰ ਕਮਾਂਡ ਦੇ ਦਿਓ, ਹੋਰ ਬਹੁਤ ਨੇ, ਇਹਨਾਂ ਨੂੰ ਕਮਾਂਡ ਦਿਓ, ਇਹ ਚਲਾਉਣਗੇ।
ਛੱਡ ਦਿਓ ਕੰਮ ਜੇ ਨਹੀਂ ਹੁੰਦਾ ਤੇ ਇਹ ਨਹੀਂ ਕਿ ਲੰਬਾ ਚੱਲੂਗਾ ਮੋਰਚਾ ਅਸੀਂ ਲੰਬਾ ਚਲਾਵਾਂਗੇ ਕਿੰਨਾ ਕੁ ਲੰਬਾ ਚਲਾ ਲੈਣਾ ਆਪਾਂ ਉਹਦੇ ਉੱਤੇ ਪੈਸਾ ਵੀ ਲੱਗਦਾ ਹੁਣ ਤੁਹਾਡੇ ਕੋਲੋਂ ਪੈਸੇ ਦਾ ਹਿਸਾਬ ਤਾਂ ਕਿਸੇ ਨੇ ਹਜੇ ਤੱਕ ਮੰਗਿਆ ਨਹੀਂ ਕਿੰਨਾ ਪੈਸਾ ਜਿਹੜਾ ਹੈ ਉਹ ਆ ਰਿਹਾ ਤੇ ਉਹ ਕਿੱਥੇ ਜਾ ਰਿਹਾ ਇਹ ਵੀ ਇਹ ਨਹੀਂ ਮੈਂ ਕਹਿੰਦਾ ਵੀ ਖਰਚਾ ਨਹੀਂ ਹੁੰਦਾ ਖਰਚਾ ਬਹੁਤ ਹੁੰਦਾ ਵੱਡੇ ਇਕੱਠ ਕਰਨੇ ਪੈਂਦੇ ਆ ਖਰਚਾ ਜ਼ਰੂਰ ਹੁੰਦਾ ਜਿੱਥੇ ਟੈਂਟ ਲੱਗਾ ਹੋਇਆ ਬਿਜਲੀ ਚੱਲ ਰਹੀ ਹੈ ਪਾਣੀ ਲੰਗਰ ਪ੍ਰਸ਼ਾਦਾ ਸਭ ਕੁਝ ਚੱਲ ਰਿਹਾ ਹੁੰਦਾ ਹੈ ਖਰਚਾ ਪਰ ਫਿਰ ਵੀ ਪੈਸਾ ਜਿਹੜਾ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਆ ਰਿਹਾ ਕਿ ਇਹੀ ਤਾਂ ਨਹੀਂ ਕਾਰਨ ਕਿਤੇ ਵੀ ਲੰਬਾ ਚੱਲੇਗਾ ਮਤਲਬ ਕਿ ਲੱਗੀਆਂ ਰਹਿਣ ਤਨਖਾਹਾਂ ਆਪਾਂ ਨੂੰ ਇਹ ਵੀ ਸੋਚਣਾ ਪੈਣਾ ਆਪਾਂ ਨੂੰ ਇਹ ਵੀ ਸੋਚ ਕੇ ਚੱਲਣਾ ਪੈਣਾ ਕਿ ਲੰਬਾ ਮੋਰਚਾ ਚੱਲੇਗਾ ਠੀਕ ਹੈ ਲਿਖ ਕੇ ਦੇ ਦਿਓ ਸਾਨੂੰ ਇਹ ਗੱਲ ਸਾਨੂੰ ਲਿਖ ਕੇ ਦੇ ਦਿਓ ਕਿ ਮੋਰਚਾ ਜਿਹੜਾ ਸਾਡਾ 6 ਮਹੀਨੇ ਚੱਲਣਾ ਇੰਨਾ ਖਰਚਾ ਆਊਗਾ ਤੇ ਆਪਾਂ ਤੁਹਾਨੂੰ ਲਿਖ ਕੇ ਦਿੰਦੇ ਹਾਂ ਵੀ ਇਹ ਬਿੱਲ ਜਿਹੜੇ ਉਹ ਰੱਦ ਹੋਣਗੇ ਜੇ ਤੁਸੀਂ 6 ਮਹੀਨਿਆਂ ਬਾਅਦ ਇਹ ਕਹਿ ਦਿੱਤਾ ਵੀ ਹਾਂ ਆਹ ਮਾਮੂਲੀ ਜੀਆਂ ਜਿਹੜੀਆਂ ਸੋਧਾਂ ਕਰ ਦਿੱਤੀਆਂ ਚਲੋ ਜੀ ਇਹਦੇ ਨਾਲ ਚੱਲ ਪਈਏ ਕੋਈ ਲੀਡਰ ਤੁਹਾਡੇ ਵਿੱਚ ਹੋਰ ਆ ਗਿਆ ਉਹਨੇ ਜੀ ਐਂ ਕਹਿ ਦਿੱਤਾ ਸੀ ਇਸ ਕਰਕੇ ਅਸੀਂ ਉੱਠ ਕੇ ਆ ਗਏ ਕੁਛ ਏਦਾਂ ਦਾ ਬਹਾਨਾ ਬਣਾ ਕੇ ਜੇਕਰ ਤੁਸੀਂ 6 ਮਹੀਨਿਆਂ ਬਾਅਦ ਸਾਨੂੰ ਇਹ ਗੱਲ ਕਹਿਤੀ ਵੀ ਨਹੀਂ ਜੀ ਗੱਲ ਨਹੀਂ ਬਣੀ ਫਿਰ ਕੀ ਕਰਾਂਗੇ ਆਪਾਂ ਇਸ ਕਰਕੇ ਲੀਡਰ ਉਹੋ ਹੀ ਚੰਗਾ ਹੁੰਦਾ ਲੀਡਰ ਦਾ ਮਤਲਬ ਕੀ ਹੁੰਦਾ ਆਪਾਂ ਇਹ ਗੱਲ ਪਹਿਲਾਂ ਕਰ ਲਈ ਲੀਡਰ ਦਾ ਮਤਲਬ ਕੀ ਹੁੰਦਾ ਜਿਹੜਾ ਲੀਡ ਕਰਦਾ ਮਤਲਬ ਸਿਆਣੇ ਸਾਰੇ ਹੁੰਦੇ ਆ ਸਿਆਣੇ ਸਾਰੇ ਹੁੰਦੇ ਆ ਇੱਕ ਬੰਦੇ ਨੂੰ ਵਾਗਡੋਰ ਦਿੱਤੀ ਜਾਂਦੀ ਹੈ ਭਾਈ ਤੂੰ ਅੱਗੇ ਹੋ ਉਹ ਲੀਡ ਕਰਦਾ ਮਤਲਬ ਉਹ ਲੀਡਰ ਹੈ ਭਾਈ ਤੂੰ ਅੱਗੇ ਹੋ ਕੇ ਸਾਡੇ ਵੱਲੋਂ ਗੱਲ ਕਰ ਕਿਉਂਕਿ ਜਿੱਥੇ 100 ਬੰਦਾ ਖੜ ਕੇ ਅੱਗੇ ਸਰਕਾਰ ਦੇ ਨਾਲ ਗੱਲ ਕਰੇਗਾ ਉਹ ਸਮਝ ਨਹੀਂ ਆਊਗੀ ਕਿਹੜਾ ਕੀ ਬੋਲਦਾ ਪਿਆ ਕਿਹੜਾ ਕੀ ਬੋਲਦਾ ਪਿਆ ਸੋ ਇੱਕ ਲੀਡਰ ਇਸ ਕਰਕੇ ਚੁਣਿਆ ਜਾਂਦਾ ਵੀ ਇਹ 100 ਬੰਦਿਆਂ ਦੀ ਆਵਾਜ਼ ਇੱਕ ਬੰਦਾ ਹੈ ਇਹ ਇੱਕ ਬੰਦੇ ਦੇ ਵਿੱਚ ਇਹ ਪਿੱਛੇ ਖੜੇ 100 ਬੰਦਿਆਂ ਦੀ ਆਵਾਜ਼ ਹੈ ਸੋ ਉਹ ਬੰਦਾ ਗੱਲ ਕਰਦਾ ਇਹ ਇਸ ਕਰਕੇ ਲੀਡਰ ਚੁਣਿਆ ਜਾਂਦਾ ਨਾ ਮਤਲਬ ਕਿ ਜੋ ਲੋਕਾਂ ਦੀ ਆਵਾਜ਼ ਹੁੰਦੀ ਹੈ ਉਹਨੂੰ ਪਹੁੰਚਾਉਂਦਾ ਅੱਗੇ ਇਹ ਲੀਡਰ ਉਹ ਨੇ ਜਿਹੜੇ ਲੋਕਾਂ ਦੀ ਆਵਾਜ਼ ਬਣ ਕੇ ਅੱਗੇ ਗਏ ਨੇ ਸੋ ਹੁਣ ਜੇਕਰ ਆਪਾਂ ਆਪਣੇ ਕੋਲ ਹੀ ਘਾੜਤਾਂ ਘੜੀ ਜਾਵਾਂਗੇ ਲੋਕਾਂ ਨੂੰ ਪੁੱਛਾਂਗੇ ਨਹੀਂ ਲੋਕਾਂ ਨੂੰ ਆਪਣੀ ਸੋਚ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰਾਂਗੇ ਫਿਰ ਤਾਂ ਗੱਲ ਨਹੀਂ ਬਣਨੀ ਲੋਕ ਬਿੱਲ ਮਾਫ ਕਰਵਾਉਣ ਆਏ ਨੇ ਜਿੰਨੇ ਜੋਸ਼ ਦੇ ਨਾਲ ਉਹ ਆਏ ਸੀ ਜਿੰਨੇ ਜੋਸ਼ ਦੇ ਨਾਲ ਅੱਜ ਉਹ ਸਾਰਾ ਕੁਝ ਹੈ ਉਸੇ ਤਰ੍ਹਾਂ ਬਰਕਰਾਰ ਹੈ ਦਿੱਲੀ ਬੈਠੇ ਹੋਏ ਜਿਹੜੇ ਲੋਕ ਨੇ ਅੱਜ ਵੀ ਮੈਂ ਇੱਕ ਗੱਲ ਤੁਹਾਨੂੰ ਕਹਿ ਦਿੰਦਾ ਦੁਬਾਰਾ ਮੈਂ ਪਿਛਲੀਆਂ ਵੀਡੀਓ 'ਚ ਵੀ ਹਰ ਇੱਕ ਵੀਡੀਓ ਦੇ ਵਿੱਚ ਇਹ ਗੱਲ ਕਹੀ ਹੈ ਭਾਵੇਂ ਤੁਹਾਡੇ ਕੰਨਾਂ ਤੇ ਜੂੰ ਸਰਕੇ ਜਾਂ ਨਾ ਪਰ ਆਪਾਂ ਆਪਣਾ ਫਰਜ਼ ਨਿਭਾ ਰਹੇ ਹਾਂ ਅੱਜ ਜਿਹੜਾ ਮਹਿਰਾਜ ਦੇ ਵਿੱਚ ਇਕੱਠ ਹੋਇਆ ਇਹ ਤੁਹਾਡੇ ਦਿੱਲੀ ਦੀ ਰੈਲੀਆਂ ਦੇ ਵਿੱਚ ਵੀ ਹੋ ਸਕਦਾ ਇਹ ਸਾਰਾ ਨੌਜਵਾਨ ਜਿੰਨਾ ਅੱਜ ਉੱਥੇ ਮਹਿਰਾਜ 'ਚ ਸੀਗਾ ਇਹ ਸਾਰਾ ਤੁਹਾਡੇ ਉੱਥੇ ਵੀ ਕਨਵਰਟ ਹੋ ਸਕਦਾ ਉਹ ਕਿੱਦਾਂ ਹੋਊਗਾ ਤੁਹਾਨੂੰ ਏਕਤਾ ਦਿਖਾਉਣੀ ਪੈਣੀ ਹੈ ਤੁਹਾਨੂੰ ਕਿਸਾਨ ਆਗੂ ਜਿਹੜੇ ਨੇ ਉਹਨਾਂ ਨੂੰ ਨਾਲ ਲਿਆਉਣਾ ਪੈਣਾ ਆਪਣੇ ਲੱਖੇ ਸਿਧਾਣੇ ਨੂੰ ਜਾਂ ਹੋਰ ਜਿੰਨੇ ਕਿਸਾਨ ਆਗੂ ਜਿਹੜੇ ਯੂਥ ਆਗੂ ਹੈਗੇ ਆ ਉਹਨਾਂ ਨੂੰ ਨਾਲ ਲਿਆਉਣਾ ਪੈਣਾ ਇਹ ਸਾਰਾ ਯੂਥ ਫਿਰ ਮੁੜ ਦਿੱਲੀ ਵੱਲ ਨੂੰ ਵਹੀਰਾਂ ਜਿਹੜੀਆਂ ਉਹ ਕੱਤ ਲੂਗਾ ਹਰ ਵੀਡੀਓ 'ਚ ਆਪਾਂ ਇਹ ਗੱਲ ਕਹਿ ਰਹੇ ਹਾਂ ਵੀ ਇਹ ਜਿਹੜਾ ਜਿੰਨੀ ਕਰੀਮ ਹੈ ਇਹ ਸਾਰੀ ਅੱਜ ਮਹਿਰਾਜ ਦੇ ਵਿੱਚ ਇਕੱਠੀ ਹੋਈ ਸੀ ਇਹਨਾਂ ਨੂੰ ਲੀਡ ਕਰਨ ਵਾਲਾ ਇਹਨਾਂ ਦੇ ਨਾਲ ਇਹਨਾਂ ਨੂੰ ਇਕੱਠਿਆਂ ਕਰਕੇ ਲਿਆਉਣ ਵਾਲਾ ਉਹ ਹੈ ਲੱਖਾ ਸਿਧਾਣਾ ਤੇ ਦੀਪ ਸਿੱਧੂ ਜਿਹਦੇ ਕਰਕੇ ਇੰਨਾ ਇਕੱਠ ਹੋਇਆ ਅੱਜ ਗਿਣ ਲਈਏ ਆਪਾਂ ਜਿਹੜਾ ਮੈਂ ਮੋਟਾ ਮੋਟਾ ਅੰਦਾਜ਼ਾ ਜਿਹੜਾ ਹੈ ਮੈਂ ਆਲੇ ਦੁਆਲੇ ਪਤਾ ਕੀਤਾ ਵੀ 1,20,000 ਦੇ ਕਰੀਬ ਜਿਹੜੇ ਉੱਥੇ ਨੌਜਵਾਨ ਬਜ਼ੁਰਗ ਵੀ ਪਹੁੰਚੇ ਸੀ 1,20,000 1,20,000 ਤੋਂ ਆਪਾਂ 20 ਛੱਡ ਵੀ ਦਈਏ 1,00,000 ਹੋਊਗਾ ਮੰਨ ਲਓ ਇਹ 1,00,000 ਬੰਦਾ ਜੇ ਦੀਪ ਸਿੱਧੂ ਦੇ ਨਾਲ ਲੱਖੇ ਸਿਧਾਣੇ ਦੇ ਨਾਲ ਹੈ ਤੇ ਜੇ ਉਹ ਤੁਸੀਂ ਲੀਡਰਾਂ ਨੂੰ ਕਹੋ ਵੀ ਆ ਜਾਓ ਸਾਡੇ ਨਾਲ ਸਾਡੇ ਤੋਂ ਗਲਤੀਆਂ ਹੋ ਗਈਆਂ ਗਲਤੀ ਨਾ ਵੀ ਮੰਨੋ ਚਲੋ ਗਲਤੀ ਨਾ ਵੀ ਕਹੋ ਵੀ ਚਲੋ ਸਾਡੀ ਗਲਤੀ ਤੁਸੀਂ ਬਜ਼ੁਰਗ ਹੋ ਇਹ ਕਹਿ ਦਿਓ ਵੀ ਸਾਡੇ ਨਾਲ ਆ ਜਾਓ ਵਾਪਸ ਤੁਹਾਡੀ ਲੋੜ ਹੈਗੀ ਹੈ ਸਾਨੂੰ ਬਜ਼ੁਰਗਾਂ ਨੂੰ ਬਜ਼ੁਰਗ ਜਿਹੜੇ ਕਹਿਣ ਵੀ ਸਾਨੂੰ ਯੂਥ ਦੀ ਲੋੜ ਆ ਆ ਜਾਓ ਸਾਡੇ ਨਾਲ ਤਾਂ ਇਹ 1,00,000 ਜਿਹੜਾ ਬੰਦਾ ਹੈ ਤੁਹਾਨੂੰ ਫੁੱਲ ਸਪੋਰਟ ਹੋ ਜਾਊਗੀ ਇਹਦੇ ਨਾਲ ਜਿਹੜਾ ਤੁਸੀਂ ਆਪਣੇ ਕੋਲੋਂ ਕਿਤੇ ਨਾ ਕਿਤੇ ਜ਼ਹਿਰ ਉਗਲ ਉਗਲ ਕੇ ਦੂਰ ਕਰ ਲਿਆ ਆਪਣੇ ਤੋਂ ਇਹ ਯੂਥ ਉਹ ਤੁਹਾਡੇ ਨਾਲ ਦੁਬਾਰਾ ਆ ਜਾਊਗਾ ਤੁਹਾਨੂੰ ਲੋੜ ਹੈ ਯੂਥ ਦੀ ਲੋੜ ਹੈ ਬਜ਼ੁਰਗਾਂ ਦੀ ਲੋੜ ਹੈ ਹਰ ਇੱਕ ਦੀ ਲੋੜ ਹੁੰਦੀ ਹੈ ਜਿਵੇਂ ਇੱਕ ਸਰਕਾਰ ਦੇ ਵਿੱਚ ਇੱਕ ਖੇਤੀ ਮੰਤਰੀ ਹੁੰਦਾ ਇੱਕ ਬਿਜਲੀ ਮੰਤਰੀ ਹੁੰਦਾ ਇੱਕ ਪਾਣੀਆਂ ਦਾ ਹੁੰਦਾ ਇਹ ਇਸੇ ਤਰ੍ਹਾਂ ਵੱਖ ਵੱਖ ਡਿਪਾਰਟਮੈਂਟ ਹੁੰਦੇ ਆ ਨਾ ਇਸੇ ਤਰ੍ਹਾਂ ਜਦੋਂ ਮੋਰਚੇ ਲੱਗਦੇ ਆ ਤੇ ਵੱਖ ਵੱਖ ਆਪਾਂ ਨੂੰ ਅਹੁਦਿਆਂ ਦੀ ਵੱਖ ਵੱਖ ਤਰ੍ਹਾਂ ਦੀ ਸਾਨੂੰ ਜਿਹੜੀ ਹੈ ਹਰ ਇੱਕ ਚੀਜ਼ ਦੀ ਲੋੜ ਪੈਂਦੀ ਹੈ ਯੂਥ ਦੀ ਲੋੜ ਹੈ ਸਾਨੂੰ ਔਰਤਾਂ ਦੀ ਲੋੜ ਹੈ ਉਹਨਾਂ ਦੇ ਵੀ ਲੀਡਰ ਬੀਬੀਆਂ ਦੇ ਵਿੱਚੋਂ ਵੀ ਆਪਣੇ ਵਿੱਚ ਲਿਆਓ ਬਜ਼ੁਰਗਾਂ ਦੇ ਵਿੱਚੋਂ ਵੀ ਲਿਆਓ ਇੰਟੈਲੈਕਚੁਅਲ ਜਿਹੜੇ ਬੰਦੇ ਨੇ ਵਿਦਵਾਨ ਉਹਨਾਂ ਦੀ ਇੱਕ ਟੀਮ ਵੱਖਰੀ ਬਣਾ ਦਿਓ ਉਹਨਾਂ ਦੀ ਕਮੇਟੀ ਵੱਖਰੀ ਹੋਵੇ ਵੀ ਆਹ ਮਸਲਾ ਜਿਹੜਾ ਇਹ ਵਿਦਵਾਨਾਂ ਨੂੰ ਦੇ ਦਿਓ ਆਹ ਮਸਲਾ ਜਿਹੜਾ ਹੈਗਾ ਯੂਥ ਨੂੰ ਦੇ ਦਿਓ ਭਾਈ ਆਹ ਤੁਸੀਂ ਕਰਨਾ ਜਿਹੜਾ ਬਜ਼ੁਰਗਾਂ ਦੇ ਹਿੱਸੇ ਆਇਆ ਉਹ ਬਜ਼ੁਰਗ ਦੇ ਲੈ ਜਾਓ ਬੀਬੀਆਂ ਨੂੰ ਕਹੋ ਵੀ ਤੁਹਾਡਾ ਆਹ ਕੰਮ ਹੈਗਾ ਤੁਸੀਂ ਆਹ ਕਰੋ ਜੇ ਤੁਸੀਂ ਏਦਾਂ ਬੜੇ ਸੋਹਣੇ ਤਰੀਕੇ ਦੇ ਨਾਲ ਵੰਡ ਕੇ ਕੰਮ ਲਓ
ਤੇ ਸਾਰਿਆਂ ਨੂੰ ਉਹਨਾਂ ਦਾ ਬਣਦਾ ਹੱਕ ਦਿਓ ਤਾਂ ਫਿਰ ਤੁਸੀਂ ਦੇਖਣਾ ਮੋਰਚਾ ਜਿਹੜਾ ਹੈ ਉਹ ਕਿਵੇਂ ਰਾਤੋ ਰਾਤ ਜਿਹੜਾ ਹੈ ਪੈਰਾਂ ਤੇ ਆ ਕੇ ਤੇ ਅਗਲੇ ਦਿਨ ਸ਼ਾਇਦ ਸਰਕਾਰ ਜਿਹੜੀ ਹੈ ਉਹ ਤੁਹਾਡੀਆਂ ਮੰਗਾਂ ਮੰਨਣ ਦੇ ਨੇੜੇ ਹੋਵੇਗੀ। ਪਰ ਜਦੋਂ ਕਹਿ ਦੇਣਾ ਨਾ ਮੈਂ ਹੀ ਹਾਂ ਬਸ ਮੈਂ ਹੀ ਹਾਂ ਮੈਂ ਹੀ ਕਹਿਣਾ ਜੋ ਕਹਿਣਾ। ਲੱਖੇ ਸਧਾਣਾ ਬਾਰੇ ਕੀ ਵਿਚਾਰ? ਨੋ ਕਮੈਂਟਸ। ਸਰਕਾਰ ਦੇਖੇ ਉਹਨਾਂ ਦਾ ਕੀ ਕਰਨਾ। ਸਾਰਾ ਕੁਛ ਆਪਾਂ ਹੀ ਬਣ ਗਏ ਜਦੋਂ ਆਪਾਂ ਹੀ ਬਣ ਗਏ। ਨਾ ਬਜ਼ੁਰਗ ਨਾ ਸਾਨੂੰ ਯੂਥ ਚਾਹੀਦਾ ਨਾ ਕੋਈ ਔਰਤ ਬੀਬੀਆਂ ਦੀ ਹੈਲਪ ਨਹੀਂ ਚਾਹੀਦੀ। ਮੈਂ ਹੀ ਹਾਂ ਜੋ ਹੈਗਾ। ਆ ਸਟੇਜ ਦੇ ਉੱਤੋਂ ਜੋ ਹੁੰਦਾ ਹੈ ਤੁਸੀਂ ਦੇਖਿਆ ਨਾ ਕਿੰਨਿਆਂ ਜਾਣਿਆਂ ਨੂੰ ਟੋਕਿਆ ਜਾਂਦਾ ਕਿੰਨੇ ਲੋਕਾਂ ਨੂੰ ਟੋਕ ਕੇ ਹਟਾ ਦਿੱਤਾ ਜਾਂਦਾ। ਕੋਈ ਚਲੋ ਇਹ ਵੀ ਹੁੰਦਾ ਕੋਈ ਸਿਰਫਰਾ ਵੀ ਹੋ ਗਿਆ ਮੰਨ ਲੈਂਦੇ ਆਪਾਂ। ਪਰ ਦੇਖਿਆ ਨਾ ਤੁਸੀਂ ਐਮੀ ਵਿਰਕ ਇੱਕ ਦਿਨ ਸਟੇਜ ਦੇ ਉੱਪਰ ਆ ਗਿਆ ਉਹਨੇ ਆਪਣਾ ਮਸ਼ਹੂਰ ਗਾਣਾ ਕਿਉਂਕਿ ਸਿੰਗਰਾਂ ਦਾ ਇਹੀ ਹੁੰਦਾ ਵੀ ਜਿਹੜਾ ਗੀਤ ਉਹਨਾਂ ਦਾ ਮਸ਼ਹੂਰ ਹੋਇਆ ਉਹ ਗਾ ਦਿੰਦੇ ਆ। ਚਲੋ ਉਹਨੇ ਜੋਸ਼ ਭਰਨ ਦੇ ਨਾਂ ਦੇ ਉੱਤੇ ਆਪਣਾ ਗੀਤ ਜਿਹੜਾ ਸੀਗਾ ਜ਼ਿੰਦਾਬਾਦ ਯਾਰੀਆਂ ਉਹ ਗਾ ਦਿੱਤਾ ਉਹਨੂੰ ਰੋਕ ਦਿੱਤਾ। ਭਾਈ ਇੰਨਾ ਹੰਕਾਰ ਗਏ ਆਪਾਂ। ਉਹ ਉਸ ਦਿਨ ਤੋਂ ਬਾਅਦ ਐਮੀ ਵਿਰਕ ਸਟੇਜ ਤੇ ਨਹੀਂ ਚੜਿਆ ਉਹ ਦੂਰ ਹੀ ਹੋ ਗਿਆ। ਏਦਾਂ ਦੂਰ ਹੁੰਦੇ ਬੰਦੇ ਏਦਾਂ ਦੂਰ ਹੁੰਦੇ ਆ। ਇਹ ਨਹੀਂ ਕਿ ਗੱਲ ਗੱਲ ਦੇ ਉੱਤੇ ਜਿਹਨੂੰ ਤੁਸੀਂ ਕਹੋਗੇ ਉਹਨੂੰ ਹੀ ਬੋਲਣ ਦੇਣਾ ਦੂਸਰਾ ਬੰਦਾ ਬੋਲ ਨਹੀਂ ਸਕਦਾ। ਅੱਜ ਨਵਦੀਪ ਜਿਹੜਾ ਵਾਟਰ ਕੈਨਨ ਵਾਲਾ ਉਹ ਬੋਲ ਗਿਆ ਨਾ ਪਿਛਲੇ ਦਿਨ ਆ ਕੇ ਵੀ ਲੀਡਰਸ਼ਿਪ ਦੀ ਨਲਾਇਕੀ ਸੀ ਕਿਹਾ ਨਾ ਉਹਨੇ ਤੁਹਾਡੀ ਉਹ ਸਟੇਜ ਤੋਂ ਕਿਹਾ ਰੇ ਤੇ ਵਧੀਆ ਵੀ ਕਿਹਾ। ਵਾਕਈ ਇਸ ਤਰ੍ਹਾਂ ਹੋਣਾ ਵੀ ਚਾਹੀਦਾ ਕਹਿਣਾ ਵੀ ਚਾਹੀਦਾ। ਅਗਲੇ ਨੇ ਕਹਿਤਾ ਜ਼ਰੂਰਤ ਦੇ ਨਾਲ ਇਹਨੇ ਗੱਲ ਕੀਤੀ ਹੈ। ਹੋਰ ਜਿੰਨੇ ਨਿਹੰਗ ਫੌਜਾਂ ਜਿਹੜੀਆਂ ਹੈਗੀਆਂ ਉਹ ਸਟੇਜ ਤੋਂ ਬੋਲਦੀਆਂ ਕੀ ਬੋਲ ਰਹੀਆਂ ਅੱਜ ਕੱਲ ਤੁਹਾਡੇ ਖਿਲਾਫ ਜਾ ਰਿਹਾ ਨਾ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਹੈ ਉਹ ਨਿਕਲ ਰਿਹਾ ਤੁਹਾਡੀ ਸਟੇਜ ਤੋਂ ਹੀ ਤੁਹਾਡੀ ਸਟੇਜ ਤੋਂ ਨਿਕਲ ਰਿਹਾ। ਤੁਹਾਡੇ ਖਿਲਾਫ ਹੀ ਅੱਜ ਆ ਕੇ ਲੋਕ ਜਿਹੜੇ ਆ ਉਹ ਬੋਲਣ ਲੱਗ ਪਏ ਆ ਜਿਨ੍ਹਾਂ ਨੂੰ ਤੁਸੀਂ ਚੁੱਪ ਕਰਾਇਆ ਹੋਇਆ ਸੀ। ਐਸੇ ਬਹੁਤ ਸਾਰੇ ਜਿਹੜੇ ਸਾਨੂੰ ਵੀ ਕਹਿੰਦੇ ਰਹਿੰਦੇ ਆ ਚੁੱਪ ਕਰ ਜੋ ਸਮਾਂ ਨਾਜੁਕ ਏਦਾਂ ਉਦਾਂ ਸਾਨੂੰ ਵੀ ਚੁੱਪ ਕਰਾਉਂਦੇ। ਪਰ ਜੇ ਹੁਣ ਨਾ ਬੋਲਾਂਗੇ ਤਾਂ ਕਦੋਂ ਬੋਲਾਂਗੇ? ਜੇ ਹੁਣ ਨਹੀਂ ਆਪਾਂ ਜਿਹੜੀਆਂ ਗੱਲਾਂ ਕੱਢ ਕੇ ਬਾਹਰ ਲਿਆਂਦੀਆਂ ਵੀ ਬਜ਼ੁਰਗੋ ਸਮਝ ਜਾਓ ਬਜ਼ੁਰਗੋ ਸਮਝ ਜਾਓ, ਜੇ ਆਪਾਂ ਹੁਣ ਨਾ ਕਿਹਾ ਤਾਂ ਫਿਰ ਕਦੋਂ ਕਹਿਣਾ? ਫਿਰ ਤਾਂ ਕਹਿ ਲਿਓ 6 ਮਹੀਨਿਆਂ ਨੂੰ ਸਾਲ ਨੂੰ ਜਦੋਂ ਇਹ ਸਾਰੇ ਪਿੰਡਾਂ ਦੇ ਵਿੱਚ ਬੈਠੇ ਸਵੇਰੇ ਸਵੇਰੇ ਨਾਸ਼ਤਿਆਂ ਦੇ ਵਿੱਚ ਮੂਲੀ ਵਾਲੇ ਪਰੌਂਠੇ ਛਕਦੇ ਹੋਣਗੇ ਉਦੋਂ ਕਹਿਣਾ ਇਹਨਾਂ ਨੂੰ ਜਾ ਕੇ? ਮੋਰਚਾ ਤਾਂ ਹੁਣ ਲੱਗਾ ਹੋਇਆ। ਇਸ ਕਰਕੇ ਆਪਾਂ ਨੂੰ ਫਿਰ ਮੈਂ ਇਹੀ ਕਹੂੰਗਾ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਕਮੈਂਟਸ ਬਹੁਤ ਜ਼ਿਆਦਾ ਨੇ ਇਸ ਕਰਕੇ ਮੈਂ ਚਾਹੁੰਦਾ ਸੀ ਵੀ ਆਪਾਂ ਪੜ੍ਹੀਏ ਪਰ ਫਿਰ ਵੀ ਖੈਰ ਨਹੀਂ ਪੜ੍ਹਾਂਗੇ ਆਪਾਂ ਕਿਉਂਕਿ ਇੱਕ ਕਮੈਂਟ ਪੜ੍ਹਾਂਗੇ ਤੇ ਦੂਸਰਾ ਵੀ ਪੜ੍ਹਨਾ ਪਊਗਾ ਤੇ ਆਪਾਂ ਨੂੰ ਇਹ ਚਾਹੀਦਾ ਵੀ ਹੁਣ ਕਿਸਾਨ ਲੀਡਰਾਂ ਤੱਕ ਵੀ ਆਪਾਂ ਪਹੁੰਚ ਕਰੀਏ ਉਹਨਾਂ ਨੂੰ ਸਵਾਲ ਪੁੱਛੀਏ ਉਹਨਾਂ ਨੂੰ ਕਹੀਏ ਵੀ ਭਾਈ ਕਿੱਦਾਂ ਕਰਨਾ ਆ ਲੰਬੇ ਚੱਲਣਗੇ ਮੋਰਚੇ ਆ ਹੁਣ ਮੋਰਚਾ ਸੁਧਰ ਗਿਆ ਜੀ ਹੁਣ ਸੂਝਵਾਨਤਾ ਉਹਦੇ ਵਿੱਚ ਆ ਗਈ ਹੈ ਕਿਉਂਕਿ ਨੌਜਵਾਨੀ ਦੂਰ ਹੋ ਗਈ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਮੋਰਚੇ ਕਾਮਯਾਬ ਨਹੀਂ ਹੁੰਦੇ ਹੁੰਦੇ ਪ੍ਰੈਕਟੀਕਲੀ ਸੋਚਣਾ ਪੈਣਾ ਸਾਨੂੰ ਗਰਾਊਂਡ ਲੈਵਲ ਦੇ ਉੱਤੇ ਆ ਕੇ ਸਰਕਾਰ ਕਿਵੇਂ ਤੁਹਾਡੇ ਨਾਲ ਡੀਲ ਕਰ ਰਹੀ ਤੁਸੀਂ ਕਿਵੇਂ ਕਰ ਰਹੇ ਹੋ ਤੁਹਾਡਾ ਹੁਣ ਤੱਕ ਕਿੰਨਾ ਕੁ ਪ੍ਰਭਾਵ ਪੈ ਗਿਆ ਕਿੰਨਾ ਕੁ ਪ੍ਰਭਾਵ ਤੁਹਾਡਾ ਸਰਕਾਰ ਦੇ ਉੱਤੇ ਆ ਤੁਹਾਨੂੰ ਤਾਂ ਅਗਲੇ ਗੱਜ ਵੱਜ ਕੇ ਅੱਜ ਵੀ ਇਹ ਗੱਲਾਂ ਕਹਿ ਰਹੇ ਵੀ ਕੋਈ ਮਾਫ਼ ਮੂਫ ਨਹੀਂ ਹੋਣੇ ਜਾਓ ਚਲੇ ਜਾਓ ਇੱਥੋਂ ਕਹਿਤਾ ਉਹਨਾਂ ਨੇ। ਇੰਟਰਨੈਸ਼ਨਲ ਪ੍ਰੈਸ਼ਰ ਪੈ ਗਿਆ ਰਿਹਾਨਾ ਆ ਗਈ ਰਾਜਪਾਲ ਸਾਹਿਬ ਕਹਿੰਦੇ ਰਿਹਾਨਾ ਸਾਡੀ ਬੱਚੀ ਹੈ ਗ੍ਰੇਟਾ ਆ ਗਈ ਉਹ ਵੀ ਬੱਚੀ ਹੈ ਸਾਡੀ ਪਰ ਪ੍ਰਭਾਵ ਉਹ ਜਿਹੜੀ ਤਾਕਤ ਹੈ ਨਾ ਜਿਹੜੀ ਇੰਡੀਅਨ ਸਰਕਾਰ ਹੈਗੀ ਹੈ ਬੀਜੇਪੀ ਸਰਕਾਰ ਕਹੀਏ ਆਪਾਂ ਏਦਾਂ ਨਹੀਂ ਹੈ ਮਾੜੀ ਮੋਟੀ ਨਹੀਂ ਹੈ ਉਹਨਾਂ ਦੀ ਪਲੈਨਿੰਗ ਹੈ ਮੈਂ ਪਹਿਲਾਂ ਵੀ ਕਿਹਾ ਸੀ ਕਈ ਕਹਿੰਦੇ ਵੀ ਉਹ ਬੀਜੇਪੀ ਦਾ ਸਫਾਇਆ ਕਰਤਾ ਪੰਜਾਬ ਚ ਅਸੀਂ ਮਿਊਂਸੀਪਲ ਚੋਣਾਂ ਦੇ ਵਿੱਚ ਅਗਲਿਆਂ ਨੇ ਪਹਿਲਾਂ ਹੀ ਇਹ ਪਲਾਨ ਬਣਾਇਆ ਹੋਇਆ ਉਹਨਾਂ ਨੂੰ ਕੋਈ ਲੈਣ ਦੇਣ ਨਹੀਂ ਹੈ ਉਹਨਾਂ ਨੂੰ ਕੋਈ ਲੈਣ ਦੇਣ ਨਹੀਂ ਐਮਸੀ ਕਿਹਦੇ ਬਣਦੇ ਆ ਇੱਥੋਂ ਤੱਕ ਕਿ ਸਟੇਟ ਲੈਵਲ ਦੀ ਸਰਕਾਰ ਵੀ ਜੇਕਰ ਉਹਨਾਂ ਦੀ ਨਹੀਂ ਬਣਦੀ ਨਾ ਪੂਰੇ ਜਿਹੜੀ ਉਹਨਾਂ ਨੂੰ ਕੋਈ ਲੈਣ ਦੇਣ ਨਹੀਂ ਸਿਰਫ ਤੇ ਸਿਰਫ ਐਮਪੀ ਜਦੋਂ ਚੁਣੇ ਜਾਣੇ ਆ ਜਦੋਂ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਉੱਥੇ ਅਗਲਿਆਂ ਨੇ ਆਪਣਾ ਫਿਰ ਤੋਂ ਕੰਮ ਕਰ ਜਾਣਾ ਤੇ ਸਰਕਾਰ ਫਿਰ ਉਹਨਾਂ ਦੀ ਸਟੇਟਾਂ ਦੇ ਵਿੱਚ ਭਾਵੇਂ ਨਾ ਹੋਣ ਸਰਕਾਰਾਂ ਆ ਐਮਸੀ ਦੀਆਂ ਚੋਣਾਂ ਚ ਹਾਰ ਗਿਆ ਸੀ ਬੀਜੇਪੀ ਦਾ ਸਫਾਇਆ ਕਰਤਾ ਕੋਈ ਸਫਾਇਆ ਸਫੂਇਆ ਨਹੀਂ ਉਹ ਪਹਿਲਾਂ ਹੀ ਮੰਨ ਕੇ ਚੱਲੇ ਹੋਏ ਸੀ ਕਈ ਸ਼ਹਿਰਾਂ ਦੇ ਵਿੱਚ ਕਈ ਮੁਹੱਲਿਆਂ ਦੇ ਵਿੱਚ ਉਹਨਾਂ ਨੇ ਬੂਥ ਲਾਏ ਨਹੀਂ ਉਹਨਾਂ ਨੇ ਬੂਥ ਨਹੀਂ ਲਾਏ ਕਈ ਵਿਚਾਰੇ ਗਰੀਬ ਜਿਹੜੇ ਸੀਗੇ ਉਹ ਖੜ ਗਏ ਉਹਨਾਂ ਵੱਲੋਂ ਬਾਅਦ ਚ ਉਹਨਾਂ ਨੇ ਮਾਫੀਆਂ ਮੰਗੀਆਂ ਵੀ ਨਾ ਸਾਨੂੰ ਵੋਟਾਂ ਪਾਇਓ ਬਿਲਕੁਲ ਸਹੀ ਗੱਲ ਹੈ ਵੋਟਾਂ ਪੈਣੀਆਂ ਵੀ ਨਹੀਂ ਸੀ ਵੋਟਾਂ ਪੈ ਜਾਂਦੀਆਂ ਤੇ ਫਿਰ ਗੱਲਾਂ ਹੋਰ ਹੋਣੀਆਂ ਸੀ ਪਰ ਅਸਲ ਦੇ ਵਿੱਚ ਉਹਨਾਂ ਦੇ ਪਲਾਨ ਵੱਡੇ ਨੇ ਉਹਨਾਂ ਨੂੰ ਪਹਿਲਾਂ ਪਤਾ ਸੀ ਵੀ ਆਪਾਂ ਜਿਹੜਾ ਹੈ ਐਮਸੀ ਵਾਲੀਆਂ ਚੋਣਾਂ ਜਿੰਨੀਆਂ ਵੀ ਹੋਣਗੀਆਂ ਹਾਰ ਜਾਣਗੇ ਇਹਦਾ 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 ਜਿਹੜਾ ਕੰਸਰਨ ਹੈ ਉਹ MLA ਤੱਕ ਹੀ ਹੁੰਦਾ ਵੱਧ ਤੋਂ ਵੱਧ ਐਮਸੀ ਦੀਆਂ ਚੋਣਾਂ ਦਾ ਇਹ ਸਿਰਫ ਉੱਥੇ ਤੱਕ ਹੀ ਰਹਿ ਜਾਂਦਾ ਸ਼ਹਿਰਾਂ ਤੱਕ ਹੀ ਰਹਿ ਜਾਂਦਾ ਪਿੰਡਾਂ ਤੱਕ ਹੀ ਮੁਹੱਲਿਆਂ ਤੱਕ ਰਹਿ ਜਾਂਦਾ ਗਰਾਂਟਾਂ ਆਉਣਗੀਆਂ ਦੇ ਦੇਣਗੇ ਉੱਤੇ ਕਾਂਗਰਸ ਸਰਕਾਰ ਹੈ ਪੰਜਾਬ ਦੇ ਉੱਤੇ ਕਾਂਗਰਸ ਸਰਕਾਰ ਹੈ
ਹੁਣ ਜੇ ਮਿਊਂਸੀਪਲ ਚੋਣਾਂ ਦੇ ਵਿੱਚ ਐਮਸੀ ਜਿਹੜੇ ਨੇ ਉਹ ਭਾਜਪਾ ਦੇ ਜਿੱਤ ਵੀ ਜਾਣ ਤਾਂ ਕਾਂਗਰਸ ਵਾਲੇ ਉਹਨਾਂ ਨੂੰ ਗਰੰਟੀ ਨਹੀਂ ਦਿੰਦੇ। ਠੀਕ ਹੈ ਜੀ, ਉਹਨਾਂ ਨੇ ਗਰੰਟੀ ਨਹੀਂ ਦੇਣੀ, ਉਹਨਾਂ ਨੂੰ ਕੰਮ ਕੋਈ ਨਹੀਂ ਹੋਣੇ ਤੁਹਾਡੇ। ਇੱਦਾਂ ਪਿਛਲੇ ਸਮੇਂ ਚ ਵੀ ਹੁੰਦਾ ਆਇਆ ਵੀ ਜਿਹੜੇ ਸਾਡੇ ਲੋਕ ਨੇ ਸ਼ਹਿਰਾਂ ਚ ਵਸਣ ਵਾਲੇ ਉਹ ਇਹ ਗੱਲ ਸੋਚਦੇ ਆ ਵੀ ਉੱਪਰ ਕਾਂਗਰਸ ਹੈ ਤੇ ਜੇ ਹੁਣ ਆਪਾਂ ਬੀਜੇਪੀ ਦਾ ਬੰਦਾ ਜਿਤਾਤਾ ਤੇ ਇਹਨੂੰ ਤਾਂ ਮਿਲਣਾ ਕੁਛ ਨਹੀਂ ਉਤੋਂ, ਇਹਨੂੰ ਕੋਈ ਗਰੰਟ ਨਹੀਂ ਆਉਣੀ, ਸਾਡੇ ਕੰਮ ਨਹੀਂ ਹੋਣੇ। ਫਿਰ ਉਹ ਲੋਕ ਕੀ ਕਰਦੇ ਨੇ, ਉਹ ਕਾਂਗਰਸ ਜਿਹੜੀ ਸਟੇਟ ਦੇ ਵਿੱਚ ਸਰਕਾਰ ਹੈ ਉਹਨਾਂ ਦੇ ਐਮਸੀ ਜਿਤਾਉਂਦੇ ਆ ਵੀ ਕੁਛ ਨਾ ਕੁਛ ਆਵੇ, ਸਾਡੇ ਮਹੱਲੇ ਦੀਆਂ ਗਲੀਆਂ ਨਾਲੀਆਂ ਬਣ ਜਾਣ। ਸੋ ਇਹ ਤਾਂ ਪਹਿਲਾਂ ਤੋਂ ਹੀ ਡਿਸਾਈਡ ਸੀਗਾ ਵੀ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਇਹਨਾਂ ਦੇ ਐਮਸੀ ਚੁਣੇ ਜਾਣੇ ਆ। ਸੋ ਬੀਜੇਪੀ ਇੱਥੋਂ ਪਹਿਲਾਂ ਹੀ ਆਪਣਾ ਜਿਹੜਾ ਹੈ ਹੱਥ ਚੁੱਕ ਕੇ ਬੈਠੀ ਹੋਈ ਸੀ, ਉਹਨਾਂ ਨੂੰ ਕੋਈ ਲੈਣ ਦੇਣ ਨਹੀਂ ਸੀਗਾ। ਹੁਣ 2022 ਦੀਆਂ ਚੋਣਾਂ ਆਉਣੀਆਂ, ਇਹਦੇ ਵਿੱਚ ਵੀ ਵੱਡਾ ਝਟਕਾ ਲੱਗਣਾ ਹੈ ਬੀਜੇਪੀ ਨੂੰ, ਕਿਉਂਕਿ ਤਾਜ਼ਾ ਤਾਜ਼ਾ ਅਸਰ ਹੈ, ਤਾਜ਼ਾ ਅਸਰ ਹੈ। ਮਤਲਬ ਆ 5-7 ਮਹੀਨਿਆਂ ਦੀ ਗੇਮ ਰਹਿ ਗਈ, ਉਸ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਚੋਣਾਂ ਆ ਗਈਆਂ ਵਿਧਾਨ ਸਭਾ ਦੀਆਂ, ਉਹਦੇ ਵਿੱਚ ਵੀ ਬੀਜੇਪੀ ਨੂੰ ਝਟਕਾ ਲੱਗੂਗਾ। ਪਰ ਉਹਨਾਂ ਨੇ ਉਹ ਵੀ ਸਾਰਾ ਕੁਛ ਆਪਣੇ ਕਹਿ ਲਈਏ ਵੀ ਅੰਡਰ ਸੋਚ ਕੇ ਸਾਰੀ ਗੱਲ ਸਮਝ ਕੇ ਕੀਤਾ ਹੋਇਆ। ਜਦੋਂ ਕੋਈ ਦੇਸ਼ ਦੀ ਜਨਤਾ ਦੇ ਵਿਰੁੱਧ ਭੁਗਤਦਾ, ਉਹ ਵੀ ਇੱਕ ਵੱਡਾ ਦਾਇਰਾ, ਵੱਡਾ ਇੱਕ ਆਪਾਂ ਕਹਿ ਲਈਏ ਪਾਪੂਲੇਸ਼ਨ ਹੈ ਜਿਹੜੀ ਇਸ ਵੇਲੇ ਮੋਦੀ ਸਰਕਾਰ ਨੂੰ ਗਾਲਾਂ ਕੱਢ ਰਹੀ ਹੈ, ਹੈਗੀ ਹੈ ਨਾ। ਆਪਾਂ ਜੇ ਕਹੀਏ ਵੀ 40 ਲੱਖ ਕਿਸਾਨ ਆ ਜੇ ਉੱਥੇ ਗਏ ਆ ਜਾਂ ਜਿਹੜੇ ਪਿੰਡਾਂ ਚ ਬੈਠੇ ਪੰਜਾਬ ਦੇ ਆਮ ਲੋਕ, ਹਰ ਕੋਈ ਇਸ ਵੇਲੇ ਖਿਲਾਫ ਹੋਇਆ ਹੋਇਆ, ਦੇਸ਼ ਦੇ ਵਿੱਚੋਂ ਬਹੁਤਾਤ ਲੋਕ ਜਿਹੜੇ ਆ ਉਹ ਖਿਲਾਫ ਹੋਏ ਹੋਏ ਆ। ਸੋ ਤੁਹਾਨੂੰ ਕੀ ਲੱਗਦਾ ਕਿ ਇਹਦੇ ਨਾਲ ਕੀ ਹੈ ਕਿ ਬੀਜੇਪੀ ਸਰਕਾਰ ਜਿਹੜੀ ਉਹਨੂੰ ਕੋਈ ਅਸਰ ਪਊਗਾ? ਉਹਨਾਂ ਨੇ ਸੋਚਿਆ ਹੋਇਆ ਪਹਿਲਾਂ ਹੀ, ਉਹਨਾਂ ਨੇ ਸਾਰਾ ਇੱਥੋਂ ਤੱਕ ਦੇ ਮਾਰ ਉਹਨਾਂ ਨੇ ਝੱਲਣੀ ਹੈ, ਇਹ ਗੱਲਾਂ ਉਹਨਾਂ ਨੇ ਪਹਿਲਾਂ ਸੋਚੀਆਂ ਹੋਈਆਂ, ਉਹਨਾਂ ਦੇ ਪਲਾਨ ਦੇ ਵਿੱਚ ਆਏ, ਉਹਨਾਂ ਦੇ ਪਲਾਨ ਦੇ ਵਿੱਚ ਆ। ਹੁਣ 2022 ਦੀਆਂ ਵੋਟਾਂ ਜਦੋਂ ਆਉਣੀਆਂ ਇਹਦੇ ਵਿੱਚ, ਚਾਹੇ ਹਾਰ ਜਾਵੇ ਭਾਜਪਾ, ਪਰ 2024 ਤੱਕ ਦਾ ਉਹਨਾਂ ਦੇ ਕੋਲ ਫਿਰ ਵੀ ਟਾਈਮ ਹੈ। ਉਹਨਾਂ ਨੇ ਆਪਣਾ ਸਾਰਾ ਕੁਝ ਜਿਹੜਾ ਹੈ ਮੁਕੰਮਲ ਰੂਪ ਦੇ ਵਿੱਚ ਜਿੱਥੋਂ ਜਿੱਥੋਂ ਤੱਕ ਜਿਹੜਾ ਉਹਨਾਂ ਦਾ ਟਾਰਗੇਟ ਹੈ ਉਹਨੂੰ ਕੰਪਲੀਟ ਕਰ ਦੇਣਾ। ਉਸ ਤੋਂ ਬਾਅਦ 2024 ਦੇ ਵਿੱਚ ਚੋਣਾਂ ਹੋਣਗੀਆਂ, ਫਿਰ ਅਗਲੇ 5 ਸਾਲ ਜਿਹੜੇ ਹੈ ਬੀਜੇਪੀ ਸਰਕਾਰ ਕਿਤੇ ਨਹੀਂ ਜਾਣੀ, ਜੋ ਇਸ ਵੇਲੇ ਅਸਾਰ ਦੇਖਦੇ ਨੇ, ਜੋ ਅਸਾਰ ਦੇਖਦੇ ਆ, ਇਹ ਲੰਬਾ ਇੱਕ ਟਾਰਗੇਟ ਆਪਣਾ ਬਣਾ ਕੇ ਆਏ ਹੋਏ ਆ ਵੀ ਇੰਨੀ ਵਾਰ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਇੰਨੇ ਸਾਲਾਂ ਦੇ ਵਿੱਚ 20 ਸਾਲ ਜਾਂ 25 ਸਾਲ ਦੇ ਵਿੱਚ ਅਸੀਂ ਆਹ ਕੰਮ ਕਰਨੇ ਨੇ, ਵੱਡੀਆਂ ਅਨਾਉਂਸਮੈਂਟਾਂ। ਐਵੇਂ ਨਹੀਂ ਫੇਰ ਬਦਲ ਹੋ ਰਿਹਾ ਆਪਾਂ ਕਿਸੇ ਨੇ, ਵੈਸੇ ਤਾਂ ਚਲੋ ਬਹੁਤ ਸਾਰੇ ਸਾਡੇ ਨਾਲ ਜੁੜੇ ਹੋਏ ਜਿਹੜੇ ਦੋਸਤ ਮਿੱਤਰ ਨੇ ਛੋਟੇ ਹੋਵੋਗੇ ਜਾਂ ਉਦੋਂ ਤੁਹਾਨੂੰ ਨਹੀਂ ਸ਼ਾਇਦ ਤੁਸੀਂ ਨਾਲ ਜੁੜੇ ਇਹ ਚੀਜ਼ਾਂ ਦੇ, ਕਿ ਅੱਜ ਤੋਂ ਜੀ 6-7 ਸਾਲ ਪਹਿਲਾਂ ਜਦੋਂ ਬੀਜੇਪੀ ਸਰਕਾਰ ਸੱਤਾ ਚ ਨਹੀਂ ਸੀ ਆਈ, ਕਾਂਗਰਸ ਸਰਕਾਰ ਸੀ, ਮਨਮੋਹਨ ਸਿੰਘ ਸਰਕਾਰ ਸੀ, ਉਦੋਂ ਤੱਕ ਕੋਈ ਦੇਸ਼ ਦੇ ਵਿੱਚ ਵੱਡੇ ਫੇਰ ਬਦਲ ਆਪਾਂ ਦੇਖੇ ਸੀ? ਇੱਦਾਂ ਦੀਆਂ ਗੱਲਾਂ ਸੁਣੀਆਂ ਸੀ ਆਪਾਂ? ਨਹੀਂ ਸੀ ਸੁਣੀਆਂ। ਵੱਡੇ ਫੇਰਬਦਲ ਛੋਟੇ ਮੋਟੇ ਹੁੰਦੇ ਰਹਿੰਦੇ ਸੀ, ਅੰਦੋਲਨ ਚੱਲਦੇ ਰਹਿੰਦੇ ਸੀ, ਕਦੇ ਟੀਚਰਾਂ ਨੇ ਕਰਤਾ, ਕਦੇ ਕਿਸੇ ਨੇ ਕਰਤਾ, ਵੱਡੇ ਫੇਰਬਦਲ ਨਹੀਂ ਸੀ ਹੁੰਦੇ ਕਾਂਗਰਸ ਤੱਕ। ਅਸੀਂ ਇਹ ਨਹੀਂ ਕਹਿੰਦੇ ਕਾਂਗਰਸ ਬੜੀ ਚੰਗੀ ਆ, ਕਾਂਗਰਸ ਨੇ ਬਹੁਤ ਕੁਝ ਕੀਤਾ ਹੋਇਆ, ਬੜਾ ਧੱਕਾ ਕੀਤਾ ਉਹਨਾਂ ਨੇ, ਪਰ ਜਦੋਂ ਬੀਜੇਪੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਆਉਂਦਿਆਂ ਹੀ ਨੋਟਬੰਦੀ ਵਰਗਾ ਵੱਡਾ ਫੈਸਲਾ ਲਿਆ ਗਿਆ, ਨੋਟਬੰਦੀ ਕਰ ਦਿੱਤੀ ਗਈ, ਤਬਾਹੀ ਹੋ ਗਈ ਆਲੇ ਦੁਆਲੇ। ਇਹ ਹਿੱਸਾ ਸੀ ਇਹ ਪਲਾਨ ਦਾ। ਠੀਕ ਹੈ ਜੀ, ਅਗਲਾ ਜਿਹੜਾ ਇਹਨਾਂ ਨੇ ਕੰਮ ਕੀਤਾ NRC CNN ਜਿਹੜਾ ਬਿੱਲ, CCN ਕੁਛ ਇਸ ਤਰ੍ਹਾਂ ਦਾ ਜਿਹੜਾ ਬਿੱਲ ਸੀਗਾ NRC, ਤੇ ਇਹ ਬਿੱਲ ਜਿਹੜੇ ਲਿਆਂਦੇ ਗਏ, ਇਹ ਬਿੱਲ, ਇਹਦਾ ਵੀ ਪੂਰੀ ਦੁਨੀਆਂ ਦੇ ਵਿੱਚ ਜਿਹੜਾ ਰੋਲਾ ਪਿਆ, ਇਹਦਾ ਪੂਰੀ ਦੁਨੀਆਂ ਦੇ ਵਿੱਚ ਰੋਲਾ ਪਿਆ ਕਿ ਇਹ ਬਿੱਲ ਬਣ ਰਹੇ ਨੇ ਗਲਤ ਨੇ, ਮੁਸਲਮਾਨ ਭਾਈਚਾਰੇ ਨੇ ਬੜਾ ਵਿਰੋਧ ਕੀਤਾ, ਪਰ ਨਹੀਂ, ਉਹ ਪਲਾਨ ਦਾ ਦੂਸਰਾ ਹਿੱਸਾ ਸੀ। ਤੀਸਰਾ ਸੀ ਕਸ਼ਮੀਰ ਦੇ ਵਿੱਚੋਂ ਧਾਰਾ 370 ਖਤਮ ਕਰਨੀ, ਉਹ ਵੀ ਕਰ ਦਿੱਤੀ। 1 ਸਾਲ ਕਰਫਿਊ ਲੱਗਿਆ ਰਿਹਾ, ਸਾਰਾ ਕੁਛ ਹੋਇਆ ਰਿਹਾ, ਨੈੱਟ ਬੰਦ ਕਰ ਦਿੱਤਾ ਗਿਆ, ਪਿਆ ਕੋਈ ਅਸਰ? ਕੋਈ ਅਸਰ ਨਹੀਂ ਪਿਆ, ਉਹ ਵੀ ਪਲਾਨ ਦਾ ਹਿੱਸਾ ਸੀ। ਖੇਤੀ ਬਿੱਲ ਵੀ ਉਸੇ ਪਲਾਨ ਦਾ ਹਿੱਸਾ, ਤੇ ਇਹ ਵੀ ਨਾ ਕਿਤੇ ਭੁੱਲ ਜਾਇਓ ਵੀ ਖੇਤੀ ਕਾਨੂੰਨ ਉਹਨਾਂ ਨੇ ਬਣਾ ਦਿੱਤੇ ਆ, ਤੇ ਇਸ ਤੋਂ ਅਗਲਾ ਕੋਈ ਉਹਨਾਂ ਦਾ ਹੈ ਨਹੀਂ ਪਲਾਨ। ਇਸ ਤੋਂ ਅਗਲੇ ਪਲਾਨ ਵੀ ਤਿਆਰ ਪਏ ਨੇ, ਪਰ ਉਹ ਟਾਈਮ ਟੂ ਟਾਈਮ ਕਰਨੇ ਆਪਾਂ, ਟਾਈਮ ਟੂ ਟਾਈਮ। ਖੇਤੀ ਬਿੱਲਾਂ ਨੂੰ ਝੱਲ ਕੇ ਜਦੋਂ ਲੋਕ ਝੱਲ ਲੈਣਗੇ, ਉਸ ਤੋਂ ਬਾਅਦ ਅਗਲਾ ਟਾਰਗੇਟ ਹੈਗਾ। ਇਹ ਸਾਰਾ ਕੁਛ ਇੱਕ ਲੜੀ ਦਾ ਆਪਾਂ ਕਹਿ ਲਈਏ, ਇੱਕ ਲੜੀ ਦੇ ਵਿੱਚ ਜਿਵੇਂ ਮੋਤੀ ਹੁੰਦੇ ਆ, ਇੱਕ ਗਾਨੀ ਦੇ ਵਿੱਚ, ਮਾਲਾ ਦੇ ਵਿੱਚ ਮੋਤੀ ਹੁੰਦੇ ਆ, ਜਾਂ ਆਪਾਂ ਕਹਿ ਲਈਏ ਵੀ ਕੋਈ ਵੀ ਆਪਾਂ ਕਿਸ ਤਰ੍ਹਾਂ ਵੀ ਉਹਨੂੰ ਲੈ ਲਈਏ ਐਗਜ਼ਾਮਪਲ ਨੂੰ, ਇਹ ਸਾਰਾ ਕੁਛ ਪਲਾਨ ਬਣਿਆ ਹੋਇਆ। ਖੇਤੀ ਬਿੱਲ ਉਹਨਾਂ ਦਾ ਹੀ ਹਿੱਸਾ ਨੇ, ਇਸ ਤੋਂ ਬਾਅਦ ਤੁਹਾਡੇ ਉੱਤੇ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਛ ਜਿਹੜਾ ਹੈ ਫੇਰ ਬਦਲ ਕੀਤਾ ਜਾਣਾ, ਇਹਦੇ ਲਈ ਵੀ ਆਪਾਂ ਤਿਆਰ ਹੋਣਾ ਚਾਹੀਦਾ, ਰਹਿਣਾ ਚਾਹੀਦਾ ਸਾਨੂੰ। ਸੋ ਆਪਾਂ ਕਿਵੇਂ ਆਪਣੀ ਸੋਚ ਦੇ ਨਾਲ, ਆਪਣੀ ਸਮਝ ਦੇ ਨਾਲ ਇਹ ਸਾਰਾ ਕੁਛ ਆਪਣੇ ਦਿਮਾਗਾਂ ਦੇ ਵਿੱਚ ਬਿਠਾ ਕੇ ਵੀ ਕੀ ਚੱਲ ਰਿਹਾ, ਕੀ ਚੱਲ ਰਿਹਾ, ਇਹਦੀਆਂ ਤਾਰਾਂ ਕਿੱਥੇ ਕਿੱਥੇ ਤੱਕ ਜੁੜੀਆਂ ਹੋਈਆਂ, ਉਹ ਸੋਚ ਕੇ ਫੇਰ ਆਪਾਂ ਇਹ ਸਾਰਾ ਕੁਛ ਕਰ ਸਕਦੇ ਹਾਂ। ਤੇ
ਗਲੋਬਲਿਸਟ ਤੋਂ ਉਪਰੋਂ ਜਿਹੜੇ ਆਰਡਰ ਆਏ ਆ ਨਿਊ ਵਰਲਡ ਆਰਡਰ ਇਹਦੇ ਬਾਰੇ ਜ਼ਿਆਦਾ ਗੱਲ ਕਰੀਏ ਤਾਂ ਵੀਡੀਓ ਡਿਲੀਟ ਹੋ ਜਾਂਦੀ ਹੁੰਦੀ ਹੈ। ਖੈਰ ਇੱਕ ਬੜਾ ਵੱਡਾ ਏਜੰਡਾ ਚੱਲ ਰਿਹਾ ਪੂਰੀ ਦੁਨੀਆਂ ਦੇ ਵਿੱਚ ਨਿਊ ਵਰਲਡ ਆਰਡਰ ਜਿਹਨੂੰ ਕਿਹਾ ਜਾਂਦਾ ਤੇ ਇਸ ਵੇਲੇ ਸਿਆਣੇ ਵਿਦਵਾਨ ਜਿਹੜੇ ਨੇ ਜਿਨ੍ਹਾਂ ਨੇ ਨਿਊ ਵਰਲਡ ਆਰਡਰ ਦੇ ਨਾਲ ਮੱਥਾ ਲਾਇਆ ਹੋਇਆ ਉਹ ਤਾਂ ਇਹ ਵੀ ਗੱਲ ਮੰਨ ਰਹੇ ਨੇ ਵੀ ਇਹ ਖੇਤੀ ਕਾਨੂੰਨ ਜਿਹੜੇ ਨਿਊ ਵਰਲਡ ਆਰਡਰ ਦਾ ਹਿੱਸਾ ਨੇ ਇਹਨਾਂ ਨੂੰ ਨੈਸ਼ਨਲ ਲੈਵਲ ਤੋਂ ਨਹੀਂ ਇਹਨਾਂ ਨੂੰ ਇੰਟਰਨੈਸ਼ਨਲ ਲੈਵਲ ਤੋਂ ਇਹ ਹਦਾਇਤਾਂ ਮਿਲੀਆਂ ਹੋਈਆਂ MSP ਖਤਮ ਕਰੋ ਖੇਤੀ ਕਾਨੂੰਨ ਬਣਾਓ ਇਹ ਨਿਊ ਵਰਲਡ ਆਰਡਰ ਦਾ ਹਿੱਸਾ ਦੱਸਿਆ ਜਾਂਦਾ ਜਿਹਦਾ ਆ ਵਾਇਰਸ ਜਿਹੜਾ ਚੱਲ ਰਿਹਾ ਉਹਦਾ ਉਹ ਵੀ ਉਹਦਾ ਹੀ ਹਿੱਸਾ ਇਹ ਬੜੀਆਂ ਡੂੰਘਾਈ ਵਾਲੀਆਂ ਗੱਲਾਂ ਕਈ ਕਈ ਵਾਰੀ ਸਾਡੇ ਉਪਰੋਂ ਲੰਘ ਜਾਂਦੀਆਂ ਪਰ ਕਿਸੇ ਦਿਨ ਵਿਸਤਾਰ ਦੇ ਨਾਲ ਇਹਦੇ ਨਿਊ ਵਰਲਡ ਆਰਡਰ ਬਾਰੇ ਵੀ ਗੱਲ ਕਰਾਂਗੇ ਜੇ ਸਾਡੀ ਵੀਡੀਓ ਡਿਲੀਟ ਨਾ ਹੋਈ ਕਿਤੇ ਕਿਉਂਕਿ ਇਹ ਹੁਣ ਕੰਮ ਚੱਲ ਪਿਆ ਆਪਾਂ ਕਹਿੰਦੇ ਹੁੰਦੇ ਸੋਸ਼ਲ ਮੀਡੀਆ ਤੇ ਆਪਣੀ ਆਵਾਜ਼ ਆਪਾਂ ਚੁੱਕ ਸਕਦੇ ਹਾਂ ਪਰ ਅੱਜ ਜੇਕਰ ਕੋਈ ਨਿਊ ਵਰਲਡ ਆਰਡਰ ਬਾਰੇ ਗੱਲ ਕਰਦਾ ਤਾਂ ਉਹਦੀ ਵੀਡੀਓ ਡਿਲੀਟ ਹੋ ਜਾਂਦੀ ਹੈ ਉਹਦਾ ਪ੍ਰੋਗਰਾਮ ਡਿਲੀਟ ਹੋ ਜਾਂਦਾ ਅਸੀਂ ਆਪਣੇ ਪ੍ਰਾਈਡ ਪੰਜਾਬ ਟੀਵੀ ਦੇ ਉੱਤੇ ਪਿਛਲੇ ਦਿਨੀ ਪ੍ਰੋਗਰਾਮ ਕੀਤਾ ਪਰ ਖੈਰ ਹਜੇ ਤੱਕ ਉਹ ਪ੍ਰੋਗਰਾਮ ਉੱਥੇ ਹੀ ਹੈਗਾ ਜਾ ਕੇ ਦੇਖ ਸਕਦੇ ਹੋ ਯੂਟਿਊਬ ਦੇ ਉੱਤੇ ਉਹਦੇ ਵਿੱਚ ਆਪਾਂ ਇੱਕ ਬੜੀ ਵੱਡੀ ਝਲਕ ਦਿੱਤੀ ਹੋਈ ਹੈ ਉਹਦੇ ਵਿੱਚ ਸਾਡੇ ਨਾਲ ਦੋ ਸਾਡੇ ਬਹੁਤ ਨੌਜਵਾਨ ਵਿਦਵਾਨ ਜੁੜੇ ਸੀ ਪ੍ਰਾਈਡ ਪੰਜਾਬ ਟੀਵੀ ਦੇ ਯੂਟਿਊਬ ਪੇਜ ਦੇ ਉੱਤੇ ਜਾ ਕੇ ਉਹ ਵੀਡੀਓ ਦੇਖ ਲਿਓ ਤਕਰੀਬਨ ਉਹਦੇ ਉੱਤੇ ਨਾਮ ਲਿਖਿਆ ਹੋਇਆ ਮੈਂ ਨਾਮ ਲੈਣਾ ਨਹੀਂ ਜਿਹੜੀ ਬਿਮਾਰੀ ਇਸ ਵੇਲੇ ਚੱਲ ਰਹੀ ਹੈ ਸੋ ਉਹਦੇ ਬਾਰੇ ਉਹ ਪ੍ਰੋਗਰਾਮ ਹੈ ਉਹਦੇ ਵਿੱਚ ਇੱਕ ਝਲਕ ਦੱਸੀ ਸੀ ਅਸੀਂ ਜਿਹੜੇ ਸਾਡੇ ਨਾਲ ਵਿਦਵਾਨ ਜੁੜੇ ਸੀ ਕਿ ਕਿਵੇਂ ਖੇਤੀ ਬਿੱਲ ਵੀ ਉਹਨਾਂ ਦਾ ਹਿੱਸਾ ਨਿਊ ਵਰਲਡ ਆਰਡਰ ਕੀ ਹੈਗਾ ਕਿਵੇਂ ਦੁਨੀਆ ਨੂੰ ਗੁਲਾਮ ਬਣਾਉਣਾ ਡੀ ਪਾਪੂਲੇਸ਼ਨ ਕਰਨੀ ਇਹ ਸਾਰਾ ਕੁਝ ਆਪਾਂ ਉਹਦੇ ਵਿੱਚ ਦੱਸਿਆ ਸੋ ਜ਼ਰੂਰ ਤੁਸੀਂ ਉਹ ਵੀ ਜਾ ਕੇ ਦੇਖਿਓ ਖੈਰ ਆਪਣੀ ਵੀਡੀਓ ਅੱਜ ਦੀ ਕਾਫੀ ਲੰਬੀ ਹੋ ਗਈ ਹੈ ਤੇ ਕਰਾਂਗੇ ਫਿਰ ਗੱਲਬਾਤ ਦੀਪ ਸਿੱਧੂ ਦੀ ਅਖੀਰ ਦੇ ਵਿੱਚ ਮੈਂ ਜਾਂਦੇ ਜਾਂਦੇ ਫਿਰ ਗੱਲ ਕਰ ਦਵਾਂ ਕਿ ਦੀਪ ਸਿੱਧੂ ਹੋਰਾਂ ਦਾ ਰਿਮਾਂਡ ਖਤਮ ਹੋ ਗਿਆ ਤੇ ਹੁਣ ਆਸ ਦੀ ਕਿਰਨ ਨਹੀਂ ਬਹੁਤ ਜ਼ਿਆਦਾ ਚਾਂਸਸ ਹੈਗੇ ਆ ਕਿ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ 10-15 ਦਿਨਾਂ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲ ਜੂਗੀ ਤੇ ਉਹ ਬਾਹਰ ਆ ਜਾਣਗੇ ਤੇ ਕਿਉਂਕਿ ਜ਼ਿਆਦਾ ਕੁਝ ਵੀ ਵੱਡਾ ਕੇਸ ਦੇ ਵਿੱਚ ਹੈ ਵੀ ਨਹੀਂ ਸੀਗਾ ਕੁਝ ਵੀ ਉਹਨਾਂ ਨੇ ਵਾਇਲੈਂਸ ਨਹੀਂ ਕੀਤੀ ਅੱਜ ਦੀਪ ਸਿੱਧੂ ਦੇ ਪੇਜ ਤੋਂ ਇੱਕ ਵੀਡੀਓ ਪੋਸਟ ਕੀਤੀ ਗਈ ਹੈ ਉਹ ਵੀ ਜਾ ਕੇ ਦੇਖ ਲਿਓ ਉਹਦੇ ਵਿੱਚ ਸਾਰਾ ਕੁਝ ਸਾਫ਼ ਦੱਸਿਆ ਹੋਇਆ ਵੀ ਕੀ ਹੋਇਆ ਕਿੱਦਾਂ ਕਿੱਦਾਂ ਸਾਰਾ ਕੁਝ ਹੋਇਆ ਖੈਰ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਤਾਂ ਕਿ ਜਿਹੜੀ ਗੱਲਬਾਤ ਅਸੀਂ ਕੀਤੀ ਹੈ ਇਹਦਾ ਕੋਈ ਫਾਇਦਾ ਹੋਵੇ ਹਰ ਘਰ ਤੱਕ ਸਾਡੀ ਆਵਾਜ਼ ਜਿਹੜੀ ਹੈ ਉਹ ਜਾ ਸਕੇ ਹਰ ਇੱਕ ਨੌਜਵਾਨ ਤੱਕ ਸਾਡੀ ਆਵਾਜ਼ ਪਹੁੰਚ ਸਕੇ ਹਰ ਇੱਕ ਬਜ਼ੁਰਗ ਤੱਕ ਆਵਾਜ਼ ਸਾਡੀ ਪਹੁੰਚ ਸਕੇ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋਏ ਹੋ ਕਿ ਚੱਲ ਕੀ ਰਿਹਾ ਕਿਵੇਂ ਆਪਾਂ ਚੱਲਣਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਲਾਈਵ ਕਰਾਂਗੇ ਮੈਂ ਕੋਸ਼ਿਸ਼ ਕਰਦਾ ਹੁੰਦਾ ਨਿਤ ਦਿਨ ਇੱਕ ਨਾ ਇੱਕ ਲਾਈਵ ਹੋਵੇ ਜਿਹਦੇ ਵਿੱਚ ਆਹ ਗੱਲਾਂ ਬਾਤਾਂ ਕੀਤੀਆਂ ਜਾਣ ਪਰ ਬਿਜ਼ੀ ਸ਼ਡਿਊਲ ਕਰਕੇ ਕਈ ਵਾਰੀ ਨਹੀਂ ਵੀ ਹੁੰਦਾ ਸੋ ਦੋਸਤੋ ਜ਼ਰੂਰ ਕੈਮਰੇ ਤੇ ਐਡ ਕਰਨ ਦੀ ਜਿਹੜੀ ਹੈ ਪਰ ਹੁਣ ਨਹੀਂ ਹੁਣ ਆਪਾਂ ਸੌਰੀ ਕਹਿਣਾ ਮੈਂ ਕਿਉਂਕਿ ਹੁਣ ਟਾਈਮ ਕਾਫੀ ਹੋ ਗਿਆ ਵੀਡੀਓ ਲੰਬੀ ਹੋ ਗਈ ਹੈ ਸੋ ਦੇਖਣ ਵਾਲੇ ਦੋਸਤ ਮਿੱਤਰ ਵੀ ਫਿਰ ਕਈ ਵਾਰੀ ਕਹਿੰਦੇ ਆ ਵੀ ਬਹੁਤ ਲੰਬੀ ਹੋ ਗਈ ਟਾਈਮ ਵੀ ਚਾਹੀਦਾ ਹੁੰਦਾ ਜਦੋਂ ਲੰਬੀਆਂ ਵੀਡੀਓਜ਼ ਦੇਖਣੀਆਂ ਹੁੰਦੀਆਂ ਸੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੇ ਇੱਕ ਗੱਲ ਮੈਂ ਦੁਬਾਰਾ ਜਿਹੜੀ ਦੱਸ ਦੇਣਾ ਚਾਹੁੰਦਾ ਵੀ ਪ੍ਰਾਈਡ ਪੰਜਾਬ ਟੀਵੀ ਨੂੰ ਯੂਟਿਊਬ ਦੇ ਉੱਤੇ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਵੀਡੀਓ ਦੇਖਣ ਤੋਂ ਬਾਅਦ ਅਸੀਂ ਉਹਦੇ ਉੱਤੇ ਹਰ ਇੱਕ ਸੱਚਾਈ ਦੇ ਉੱਤੇ ਜਿਹੜੀ ਖਰੀ ਉੱਤਰ ਦੀ ਗੱਲ ਹੈ ਉਹ ਕਰਦੇ ਹੁੰਦੇ ਹਾਂ ਅਸੀਂ ਕਿਸੇ ਦੇ ਦਬਾਅ ਦੇ ਵਿੱਚ ਗਲਤ ਗੱਲ ਨਹੀਂ ਫੈਲਾਉਂਦੇ ਕੁਛ ਵੀ ਇਸ ਤਰ੍ਹਾਂ ਦਾ ਨਹੀਂ ਕਰਦੇ ਪ੍ਰਾਈਡ ਪੰਜਾਬ ਟੀਵੀ ਜੋ ਅਸੀਂ UK ਤੋਂ ਤੇ ਪੰਜਾਬ ਤੋਂ ਰਨ ਕਰ ਰਹੇ ਹਾਂ ਇੱਕ ਨਵਾਂ ਮੀਡੀਆ ਜਿਹੜਾ ਤੁਹਾਡੇ ਵਿੱਚ ਅਸੀਂ ਲੈ ਕੇ ਆਏ ਹਾਂ ਕੋਸ਼ਿਸ਼ ਕਰਾਂਗੇ ਹਰ ਇੱਕ ਚੀਜ਼ ਜਿਹੜੀ ਹੈ ਹੂਬਹੂ ਉਸੇ ਤਰ੍ਹਾਂ ਜਿਵੇਂ ਹੈ ਸਾਰੀ ਗੱਲਬਾਤ ਤੁਹਾਨੂੰ ਦੱਸੀਏ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇੱਕ ਪ੍ਰੋਗਰਾਮ ਵੀ ਸ਼ੁਰੂ ਕਰੂੰਗਾ ਪ੍ਰਾਈਡ ਪੰਜਾਬ ਟੀਵੀ ਦੇ ਉੱਤੇ ਇੱਕ ਐਸਾ ਪ੍ਰੋਗਰਾਮ ਹੋਊਗਾ ਅੱਧੇ ਘੰਟੇ ਦਾ ਜਿਹਦੇ ਵਿੱਚ ਅਸੀਂ ਜੋ ਲੇਖਾ ਜੋਖਾ ਹੈਗਾ ਸਾਰਾ 1-2 ਦਿਨਾਂ ਦਾ ਕਰਿਆ ਕਰਾਂਗੇ ਜਿਵੇਂ ਆਪਾਂ ਆਪਣੇ ਇਸ ਲਾਈਵ ਦੇ ਵਿੱਚ ਕਰਦੇ ਹਾਂ ਸੋ ਜ਼ਰੂਰ ਜਾ ਕੇ ਸਬਸਕ੍ਰਾਈਬ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਕੋਲੋਂ ਵੀ ਉਹਨੂੰ ਸਬਸਕ੍ਰਾਈਬ ਕਰਾਇਓ ਫੇਸਬੁੱਕ ਦੇ ਉੱਤੇ ਸਾਡਾ ਪੇਜ ਜ਼ਰੂਰ ਲਾਈਕ ਕਰਿਓ ਬਹੁਤ ਧੰਨਵਾਦ ਚੜ੍ਹਦੀ ਕਲਾ ਦੇ ਵਿੱਚ ਰਹੋ ਖੁਸ਼ ਰਹੋ ਤੇ ਇਹ ਜਿਹੜੀਆਂ ਤੰਗੀਆਂ ਤੁਰਸ਼ੀਆਂ ਨੇ ਇਹ ਵੀ ਲੰਘ ਜਾਣੀਆਂ ਜਿੱਥੇ 26 ਜਨਵਰੀ ਤੋਂ ਬਾਅਦ ਨਮੋਸ਼ੀ ਸੀ ਅੱਜ ਦੂਰ ਹੋਈ ਹੈ ਤੇ ਇਹ ਵੀ ਸਾਰਾ ਕੁਝ ਹੁਣ ਸਾਫ਼ ਹੋ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਲਾਈਵ ਹੋਵਾਂਗੇ ਗੱਲਬਾਤ ਕਰਾਂਗੇ ਧੰਨਵਾਦ ਬਹੁਤ ਸਾਰਾ ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ TV ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ TV ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਓ।